ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਦੋ ਕੁ ਦਿਨ ਮੇਰੇ ਤੋਂ ਹਾਜ਼ਰੀ ਨਹੀਂ ਭਰੀ ਗਈ, ਥੋੜ੍ਹੀ ਸਿਹਤ ਢਿੱਲੀ ਸੀ ਅਤੇ ਮੈਂ ਜਦੋਂ ਵੀ ਆਉਂਦਾ ਵਾਂ ਤਾਂ ਸਰਕਾਰ ਬਾਰੇ ਬੋਲ ਕੇ ਜਾਂਦਾ ਤਕਰੀਬਨ ਤਕਰੀਬਨ। ਅੱਜ ਵੀ ਇਹਨਾਂ ਬਾਰੇ ਬੋਲਾਂਗੇ ਵੀ ਇਹਨਾਂ ਦੇ ਕੀ ਹਾਲਾਤ ਹੋਏ ਪਏ ਆ। ਕੁਝ ਦਿਨ ਪਹਿਲਾਂ ਤੁਸੀਂ ਵੇਖਿਆ ਹੋਣਾ ਵਿਧਾਨ ਸਭਾ ਦੇ ਵਿੱਚ ਹੰਕਾਰੀ ਮੁੱਖ ਮੰਤਰੀ ਕਿਵੇਂ ਬੋਲ ਰਿਹਾ ਸੀ। ਦੂਸਰੇ ਐੱਮ ਐੱਲ ਏ ਜਿੰਨੇ ਆ ਪਾਰਟੀਆਂ ਦੇ ਉਹਨਾਂ ਨੂੰ ਕਹਿੰਦਾ ਚੁੱਪ ਚੁੱਪ ਚੁੱਪ, ਅੱਖਾਂ ਐੜੀਆਂ ਐੜੀਆਂ ਮੋਟੀਆਂ ਬਾਹਰ ਕੱਢੀਆਂ, ਪਤਾ ਨਹੀਂ ਕਿੰਨਾ ਕੁ ਪੈਗ ਲਾਇਆ ਗਿਆ ਹੁੰਦਾ। ਇਹਨੂੰ ਕੋਈ ਸ਼ਰਮ ਨਹੀਂ ਹੈਗੀ ਵੀ ਇੱਥੇ ਪਰਿਵਾਰ ਕਿੰਨੇ ਦਿਨਾਂ ਦੇ ਬੈਠੇ ਆ। ਕਿਸੇ ਨੇ ਉੱਥੋਂ ਆਪ ਤਾਂ ਕੀ ਹੋਣਾ ਕਿ ਇਹਨਾਂ ਨੇ ਆਪਦੇ ਨੁਮਾਇੰਦੇ ਨੂੰ ਨਹੀਂ ਭੇਜਿਆ ਵੀ ਜਾ ਕੇ ਉਹਨਾਂ ਪਰਿਵਾਰਾਂ ਨਾਲ ਆਪਾਂ ਗੱਲਬਾਤ ਕਰੀਏ। ਆਪਣੇ ਹੀ ਪਰਿਵਾਰ ਆ। ਕਹਿੰਦੇ ਆ ਵੀ ਇੱਕ ਨਾ ਬੜਾ ਹੰਕਾਰੀ ਰਾਜਾ ਹੋਇਆ ਸੀ, ਦੁਨੀਆ ਨੂੰ ਜਿੱਤਦਾ ਆਉਂਦਾ ਸੀ ਅਤੇ ਰਸਤੇ ਵਿੱਚ ਕਿਸੇ ਸਾਧੂ ਦੀ ਝੌਂਪੜੀ 'ਚ ਰੁਕਿਆ ਅਤੇ ਸਾਧੂ ਨੇ ਪੁੱਛਿਆ, ਸਾਧੂ ਜਾਣੀ ਜਾਣ ਸੀ ਵੀ ਤੁਸੀਂ ਕੌਣ ਹੋ? ਉਹਨੇ ਕਿਹਾ ਮੈਂ ਸਿਕੰਦਰ ਮਹਾਨ। ਅਤੇ ਕਹਿੰਦਾ ਕੀ ਕੰਮ ਕਰਦੇ? ਕਹਿੰਦਾ ਮੈਂ ਦੁਨੀਆ ਜਿੱਤਣ ਦਿਆਂ। ਉਹਨੇ ਕਿਹਾ ਦੁਨੀਆ ਜਿੱਤਣ ਦਿਆਂ ਕਿਤੇ ਕਿਹੜਾ ਕਿਹੜਾ ਦੇਸ਼ ਦੱਸਿਆ ਉਹਨੇ? ਆਹ ਜਿੱਤਿਆ ਜੀ। ਉਹਨੇ ਕਿਹਾ ਫਿਰ? ਕਹਿੰਦਾ ਆਹ ਵੀ ਜਿੱਤਿਆ ਜੀ। ਕਹਿੰਦਾ ਹੁਣ ਅੱਗੇ ਕਰਨਾ? ਕਹਿੰਦਾ ਹੁਣ ਅਗਲਾ ਜਿੱਤਣਾ ਤੇ। ਕਹਿੰਦਾ ਫਿਰ ਕੀ ਕਰਨਾ? ਕਹਿੰਦਾ ਫਿਰ ਰੈਸਟ ਕਰਾਂਗੇ। ਕਹਿੰਦਾ ਮੈਂ ਤੇਰੇ ਨਾਲ ਚੰਗਾ, ਮੈਂ ਕਿਸੇ ਨੂੰ ਨਹੀਂ ਮਾਰਿਆ ਕੁੱਟਿਆ ਅਤੇ ਮੈਂ ਚੁੱਪ ਕਰਕੇ ਰੈਸਟ ਕਰਨ ਦਿਆਂ। ਕਹਿੰਦੇ ਉਹ ਸਦਮਾ ਸਿਕੰਦਰ ਦੀ ਮੌਤ ਦਾ ਕਾਰਨ ਬਣਿਆ ਸੀ। ਇਤਿਹਾਸਕਾਰਾਂ ਨੂੰ ਜ਼ਿਆਦਾ ਪਤਾ ਹੋਊਗਾ ਸ਼ਾਇਦ, ਚਲੋ ਆਪਾਂ ਇਤਿਹਾਸ ਨਹੀਂ ਪੜ੍ਹਿਆ, ਗੱਲ ਸੁਣੀ ਸੁਣਾਈ ਕੀਤੀ ਆ। ਅਤੇ ਇਹਦੇ ਨਾਲ ਵੀ ਇਹਨੂੰ ਵੀ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵੀ ਹੰਕਾਰ ਛੱਡੋ, ਆ ਜਾਓ ਸਹੀ ਰਾਹ 'ਤੇ ਆ ਜਾਓ। ਪੰਜਾਬ ਦੇ ਲੋਕ ਬੜੇ ਖੁੱਲ੍ਹੇ ਦਿਲ ਵਾਲੇ ਆ, ਤੁਹਾਨੂੰ ਫਿਰ ਮਾਫ਼ ਕਰ ਦੇਣਗੇ। ਪਰ ਜੇ ਤੂੰ ਇਹੋ ਹਾਲਾਤ ਰੱਖੇ ਤਾਂ ਕਿਸੇ ਨੇ ਤੁਹਾਡੀ ਬਾਤ ਨਹੀਂ ਪੁੱਛਣੀ। ਤੂੰ ਇਕੱਲੇ ਤੁਰੇ ਫਿਰਨਾ ਭਗਵੰਤ ਸਿੰਘ, ਤੂੰ ਇਕੱਲੇ ਤੁਰੇ ਫਿਰਨਾ, ਕਿਸੇ ਨੇ ਤੇਰੇ ਨਾਲ ਨਹੀਂ ਤੁਰਨਾ। ਅੱਜ ਤੇਰੇ ਜਿਹੜੇ ਐੱਮ ਐੱਲ ਏ ਬੋਲਦੇ ਨਹੀਂ ਨਾ, ਉਹ ਵੀ ਤੇਰੇ ਖਿਲਾਫ ਹੀ। ਇਹ ਵਾਅਦੇ ਨਾਲ ਮੈਂ ਕਹਿੰਦਾ ਵਾਂ, ਕਿਉਂਕਿ ਉਹਨਾਂ ਨੂੰ ਅਹੁਦਿਆਂ ਦੀ ਪਈ ਆ ਅਹੁਦੇ ਵੀ ਸਾਡੇ ਅਹੁਦੇ ਨਾਲ ਕੁਝ ਜਾਣ, ਤਾਂ ਕਰਕੇ ਨਹੀਂ। ਜਦੋਂ ਰਹਿ ਗਏ ਨਾ ਦੋ ਕੁ ਮਹੀਨੇ, ਤੇਰੇ ਨਾਲ ਕਿਸੇ ਨੇ ਨਹੀਂ ਤੁਰਨਾ, ਇਕੱਲੇ ਰਹਿ ਜਾਣਾ ਤੂੰ। ਠੋਕਰਾਂ ਵੱਜਦੀਆਂ ਫਿਰਨੀਆਂ ਤੈਨੂੰ, ਤੈਨੂੰ ਕਿਸੇ ਨੇ ਪੁੱਛਣਾ ਨਹੀਂਗਾ। ਉਹ ਗੱਲ ਤਾਂ ਉਹ ਸਹੀ ਹੈ ਨਾ ਵੀ ਜੇ ਆਪਦੇ ਧੀਆਂ ਪੁੱਤਾਂ ਦਾ ਖਿਆਲ ਰੱਖਿਆ ਹੁੰਦਾ ਤਾਂ ਦੂਸਰੇ ਦੇ ਧੀਆਂ ਪੁੱਤਾਂ ਦਾ ਵੀ ਉਹਨੂੰ ਪਤਾ ਹੁੰਦਾ ਵੀ ਦਰਦ ਕੀ ਹੁੰਦਾ ਆਪਦੇ ਧੀਆਂ ਪੁੱਤਾਂ ਦਾ। ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਆਪਣੇ ਬੱਚੇ ਪੜ੍ਹਾਓ। ਮੈਂ ਵੀ ਆਪਦੀ ਗੁੜੀਆਂ ਨੂੰ ਔਖਾ ਸੌਖਾ ਗਿਆ ਯੂ ਪੀ ਐੱਸ ਸੀ ਦਾ ਕੋਰਸ ਕਰਾਉਂਦਿਆਂ, ਬੱਚਾ ਮੇਰਾ ਬਾਹਰ ਗਿਆ ਵਾ ਮੁੰਡਾ। ਜਦੋਂ ਕਹਿੰਦੇ ਆ ਵੀ ਯੋਧਿਆਂ ਨੂੰ ਇਹਨੇ ਮਾਰਿਆ ਸੀ ਹਿਟਲਰ ਨੇ ਅਤੇ ਥੋੜ੍ਹੇ ਜਿਹੇ ਚੰਦ ਕੁ ਦੁਨੀਆ ਰਹਿ ਗਏ ਸੀ ਅਤੇ ਜਾ ਕੇ ਇਹਨਾਂ ਨੇ ਆਪਦਾ ਇਜ਼ਰਾਈਲ ਵੇਖੋ, ਹੁਣ ਇਸ ਵੇਲੇ ਸਾਰੇ ਦੇਸ਼ਾਂ ਦੇ ਉੱਤੇ ਚਲੇ ਗਿਆ। ਉੱਥੋਂ ਨਿਕਲ ਕੇ ਇਹਨਾਂ ਆਣ ਕੇ ਇਜ਼ਰਾਈਲ 'ਤੇ ਆਣ ਕੇ ਆਪਦਾ ਦੇਸ਼ ਬਣਾਇਆ। ਉੱਥੋਂ ਇਹਨਾਂ ਪੜ੍ਹਾਈ ਅੱਗੇ ਰੱਖੀ ਆ, ਪੜ੍ਹਾਈ ਅੱਗੇ ਰੱਖ ਕੇ ਇਹਨਾਂ ਅੱਜ ਜਿੰਨੀਆਂ ਵੀ ਵੱਧ ਤੋਂ ਵੱਧ ਚੋਟੀ ਦੀਆਂ ਦੁਨੀਆ ਦੀਆਂ ਸੰਸਥਾਵਾਂ ਨੇ ਉਹਨਾਂ ਸਾਰਿਆਂ 'ਤੇ ਜੂਦੀ ਕਾਬਜ ਆ। ਆਪਣੇ ਸਿੱਖ ਵੀ ਹੋ ਰਹੇ ਆ, ਵਿਸ਼ਵ ਬੈਂਕ ਦਾ ਜਿਹੜਾ ਆਪਣਾ ਹੈਗਾ ਵਾ ਮੁਖੀ ਉਹ ਆਪਣਾ ਸਿੱਖ ਲੱਗਾ ਹੋਇਆ ਵਾ। ਸਾਰਿਆਂ ਨੂੰ ਇਹੋ ਬੇਨਤੀ ਆ ਵੀ ਆਪੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ, ਕਿਉਂਕਿ ਇਹ ਬਹੁਤ ਵਧੀਆ ਹਥਿਆਰ ਹੈ ਪੜ੍ਹਾਈ। ਜਦੋਂ ਆਪਣੇ ਬੱਚੇ ਸਾਰੇ ਦੁਨੀਆ ਦੇ ਵੱਡੇ ਵੱਡੇ ਅਹੁਦਿਆਂ 'ਤੇ ਤੈਨਾਤ ਹੋਣਗੇ ਤਾਂ ਖਾਲਸਤਾਨ ਆਪੋ ਬਣੂ, ਇਹਨਾਂ ਨੂੰ ਦੇਣਾ ਪਊ, ਅਗਲੇ ਆਪੇ ਹੀ ਲੈ ਲੈਣਗੇ ਜਾਚ ਹੁੰਦੀ ਸਾਰਾ ਕੁਛ ਹੀ। ਇਹ ਜ਼ਿਆਦਾ ਦੂਰ ਨਹੀਂ ਗਾ, ਟਾਈਮ ਬਹੁਤ ਲਾਗੇ ਝੁੱਕ ਚੁੱਕਾ ਹੈ ਅਤੇ ਸਰਕਾਰਾਂ ਨੇ ਇਸ ਤਰ੍ਹਾਂ ਨਹੀਂ ਮੰਨਣਾ। ਆਪਣੀ ਜਿਹੜੀ ਕਮੇਟੀ ਬਣਾਈ ਹੋਈ ਆ ਸ੍ਰੀ ਅਕਾਲ ਸਿੰਘ ਸਾਹਿਬ ਦੇ ਜਥੇਦਾਰ ਵੱਲੋਂ, ਉਹਨਾਂ ਨੂੰ ਅਪੀਲ ਆ ਸਤਿਕਾਰਯੋਗ ਚਾਚਾ ਜੀ ਕਹਿਣ ਦੇ, ਇਸ ਵੇਲੇ ਮੈਂ ਸੁਣਦਿਆਂ ਘਰੇ ਵੀਡੀਓ ਵੇਖਣ ਦਿਆ ਸੀ ਵੀ ਜਿਹੜੀ ਆਪਾਂ 13 ਤਰੀਕ ਦਿੱਤੀ ਆ ਥੋੜ੍ਹੀ ਜਿਹੀ ਲੰਮੀ ਆ। ਚਲੋ ਤੁਸੀਂ ਆਪਦੇ ਹਿਸਾਬ ਕਿਤਾਬ ਨਾਲ ਜਿੱਦਾਂ ਦਿੱਤੀ ਆ, ਜਿਹੜਾ ਹੁਣ ਅਗਲਾ ਪ੍ਰੋਗਰਾਮ ਦੇਣਾ ਹੈ ਉਹ ਜ਼ਿਆਦਾ ਲੰਮਾ ਨਾ ਕਰੋ। ਇੱਥੇ ਵੇਖਣ ਦੇ ਪਰਿਵਾਰਾਂ ਦੀ ਸਿਹਤ ਢਿੱਲੀ ਹੋ ਰਹੀ ਆ, ਉੱਥੋਂ ਦਾ ਪਤਾ ਨਹੀਂ ਵਿਚਾਰੇ ਸਿੰਘਾਂ ਨਾਲ ਉੱਥੇ ਕੀ ਬੀਤਣ ਦੀ ਹੋਊਗੀ। ਅਤੇ ਜ਼ਿਆਦਾ ਲੰਮਾ ਟਾਈਮ ਨਾ ਦਿਓ ਅਤੇ ਪਿੰਡਾਂ ਦੇ ਨੌਜਵਾਨ ਆਪੋ ਆਪਣੇ ਤੌਰ 'ਤੇ ਪੱਕੇ ਹੋ ਜਾਓ ਵੀ ਜਿੱਦਣ ਪ੍ਰੋਗਰਾਮ ਮਿਲਦਾ ਵੀ ਹੀਰਾਂ ਘਰ ਦਿਓ, ਜਿੰਨਾ ਚਿਰ ਸੜਕਾਂ ਜਾਮ ਨਾ ਹੋਈਆਂ ਪੰਜਾਬ ਦੀਆਂ ਉਨਾ ਚਿਰ ਉਹਨਾਂ ਦੇ ਕੰਨ 'ਤੇ ਜੂਹ ਨਹੀਂ ਸਰਕਣੀ। ਇਹੋ ਬੇਨਤੀ ਆ ਮੇਰੀ ਵੀ ਛੇਤੀ ਤੋਂ ਛੇਤੀ ਆਪਣੇ ਅਕਾਲ ਸਿੰਘ ਦਾ ਜਥੇਦਾਰ ਆਪਣਾ ਪ੍ਰੋਗਰਾਮ ਦੇਣ, ਜਿਹੜੀ ਕਮੇਟੀ ਬਣਾਈ ਉਹ ਪ੍ਰੋਗਰਾਮ ਦੇਣ ਅਤੇ ਸਾਰੇ ਨੌਜਵਾਨ ਇਕੱਠੇ ਹੋ ਕੇ ਆਪੋ ਆਪਣੇ ਪਿੰਡਾਂ 'ਚ ਤਿਆਰੀਆਂ ਸ਼ੁਰੂ ਕਰ ਦੇਣ। ਕਿਸਾਨ ਜਥੇਬੰਦੀਆਂ ਨੂੰ ਸੁਨੇਹਾ ਲੈ ਜਾਵੇ, ਸਾਰੀਆਂ ਜਿੰਨੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਆਪਣੇ ਨਾਲ, ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਅਤੇ ਫਿਰ ਆਪਣਾ ਮਸਲਾ ਹੱਲ ਹੋਣਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਵੀਰ ਜੀ ਦਾ। ਹੁਣ ਮੈਂ ਸੰਤ ਬਾਬਾ ਦਲਜੀਤ ਸਿੰਘ ਜੀ ਮਕੇਰੀਆਂ ਵਾਲਿਆਂ ਨੂੰ, ਉਹਨਾਂ ਨੂੰ ਬੇਨਤੀ ਕਰਾਂਗਾ ਉਹ ਚੰਦ ਮਿੰਟਾਂ ਵਾਸਤੇ ਆਪਣੇ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਿਆਰੀ ਸਾਧ ਸੰਗਤ ਜੀਓ, ਉਹਨਾਂ ਯੋਧਿਆਂ ਦੀ, ਉਹਨਾਂ ਅਣਖੀਲੇ ਸੂਰਮਿਆਂ ਦੀ ਰਿਹਾਈ ਦੇ ਵਾਸਤੇ
एकत्र होई ये जिन्नी भी साढ़े सतगुरु की कृपा नाल संगत है सब नू बेनती है कि गज के फतेह बुलाओ। वाहेगुरु जी का खालसा वाहेगुरु जी की फतेह। आज तो दो ढाई साल पहलों की गल है कि भाई अमृतपाल सिंह जी की एक मैं फेसबुक पर वीडियो वेखी सी जिदे विच दस्या सी कि आने वाला समा आने वाले विचार आने वाला हालात वो किदां दे बनने हैं। तो मैं गल कही सी कि एक दिन ऐसा आना है सितारा बन के चमकेगा साढ़े पंजाब दे विच। बोली दस दिंदी है, हालात दस दिंदे ने, अणख दस दिंदी है और दस्या उन्होंने ऐसिया चीकां निकलियां प्रशासन दियां। वरजिया गया मैनू प्रबंधकों वालों के किसी के खिलाफ नहीं बोलना और मैं बोल के राजी भी नहीं। इन्नी गल जरूर कहांगा अमृतपाल सिंह जी आए एयरपोर्ट तो लैके दिल्ली, दिल्ली तो लैके पिंड तक गौरमेंट वक्त पैना शुरू हो गया उस दिन तो ही कि यह की बनिया। समा आया, साथियों ने साथ दिता, वहीर कत्तियां संगत लै लैके श्री आनंदपुर साहब गए, अमृत छकाया, चिट्टा पीने वाले शराबियां कबाबियां नू ऐसी सतगुर की उत्ते कृपा होई, ऐसा नूर चमकिया। पर उस नूर का लिशकारा, उस नूर का प्रभाव इन्हां पैड़ियां गौरमेंटा कोलों बर्दाश्त नहीं होया। चीकां निकल गईयां सारियां दियां, सेंटर तक हिल गया, मिनिस्टर नू भाजड़ा पै गईयां, विधानसभा विच खलो खलो के पिटन लग पे, फड़ो 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 इहनू। मान होए पता नहीं की बन के आ गया साढ़े उत्ते। पर प्यारिओ जिहड़े सितारे चमकदे ने उहनां दी चमक नू कोई रोक नहीं सकदा। भले अज डिब्रूगढ़ जेल दे विच साढ़े ओह प्यारे साढ़े सत्कारे साढ़े योधे अनखीले, मैं एक बेनती करा साढ़े प्रधानमंत्री बाजे के नू बड़े लोग कमेंट करते सन बड़े बड़े भैड़े तरह के, चमक गया वह भी क्योंकि संग कर लिया उन्हें, भाई अमृतपाल सिंह जी का संग किया, वह भी सितारा बन के चमक गया। अज उहदियां भी धुम्मां पईआं ने पूरे वर्ल्ड में। सो प्यारिओ मैं इन्नी गल जरूर कहांगा कि ऐसे पुत्रां नू कोई की माँ जन्म देंदी है। मैं चरण छूए ने माता जी दे आके पिता जी दे आके किसी किसी घर में ऐसा लाल पैदा होंदा जिहड़ा अपना नाम चमकाउंदा है। और वह दिन दूर नहीं, इन्हां गौरमेंटां नू इन्हां कानून दे अन्या लोकां नू यह छड़ना पएगा। एक दिन ऐसा आएगा डिब्रूगढ़ जेल चो रिहा होणगे भाई अमृतपाल सिंह अपने साथियों के नाल, बंदी जेल च जिहड़े सिंह ने वह भी निहरा होकर वापस आउणगे। सो प्यारिओ मैं एक बेनती करांगा, किन्ने जने बैठे असी इत्थे शाम नू ते सवेरे दो टाइम, सवेरे अमृत वेले श्री जपजी साहब का पाठ करके अरदास करिया करो, अरदास बिरथा नहीं जाती। शाम नू रह रास करके सोदर का पाठ करके अरदास करिया करो भाई अमृतपाल सिंह जी रिहाई वास्ते, सतगुरु जरूर सुनगे। सो मेरे वीरो यह बेनती है, मकेरियां तो मैं आया, नाल साथी मेरे आए ने, सतगुर के सन्मुख होए हैं, उस तो बाद क्या सी पे वापस आके इत्थे रुकांगे। सो बेनती है कि वध तो वध भीरां कत के इत्थे आओ, जिदा दस के गए ने साडे प्रबंधक 13 तरीक तो जो भी प्रोग्राम देणगे असी भी बसां लैके उत्थों भर के आवांगे जिथे सानू हुक्म होएगा असी। धन्नवाद, सत श्री अकाल। वध तो वध संगत लैके आवांगे असी, साडा प्रण करदे आ अमृतपाल सिंह भाई जी साडी जिंद ने साडी जान बार जांगे, अपना आप सानू परवाह नहीं इस गल तो। वाहिगुरु जी का खालसा वाहिगुरु जी की फतेह जी। भाई साहब जी ने बड़े थोड़े लफ्जों में बड़े वधिया विचार सानू दसे ने, इन्हों का बहुत बहुत धन्यवाद है। भाई हरप्रीत सिंह जी बठिंडा तो अपना नाल खा के गए सन, उन्होंने बेनती है जे इत्थे लागे ने तो वो पहुँच जान, अपने 10-5-7 मिनट वास्ते विचार लै सकते ने। वाहेगुरु जी का खालसा वाहेगुरु जी की फतेह। सारिया ही सिख संगत सामने आप जी का नमाणा जा सिख भाई अमृतपाल सिंह जी दे हक दे विच कुछ गल्लां करन लग्या, कुछ बेनतियां करन लग्या। Yeah.
दोबारा तो शुरू करते हैं। पहला संगतों को दोपहर के 12:00 का टाइम हो गया, हजे सुस्ती जी पई पी एक जकारा लाइए बोले सो निहा वाहेगुरु जी का खालसा वाहेगुरु जी की फतेह। पहला तो मैं सरदार भगवंत सिंह मान नूं बेनती करना चाहांगा कि पंजाब दी सारी ही आवाम ने सारी ही नौजवानी ने बहुत सारे नौजवान इत्थे होणगे भी अज जिन्हां ने एक नौजवान कल इत्थे मैं बेनती करदा सुनिया उहदे अखां दे विच पाणी आ गया। वह कहिंदा वी असीं मान साहब की पार्टी भगवंत मान साहब की पार्टी का कहिंदा बहुत ही जच के जाने कि समर्थन करिया सी ते कल वह रो के इतों स्टेज तो बेचारा उतरिया। उहदा मन बड़ा दुखी सी भी भगवंत मान नूं लैके। मैं यही बेनती उहनूं करनी चाहुंदा कि भाई तू एक गल सोच, तुहाडे भी मां है, तू अपना कहना हुंदा मैं आपदी मां नूं सब तो वड्डी मानदा है, मैं जाके पैरी हाथ लाउणा, मैं मां तो आशीर्वाद लैणा, तो अज तैनूं सोचना चाहिए भाई अमृतपाल सिंह दी माता जी बारे जो कि किन्ने दिनों तो लेके भुख हड़ताल ते बैठे हन। उन्हां दा भी अज एक माई भागो दी तरह इतिहास दर्ज हो रहा है जो कि अपने अज के 23-24 दिनों तो भाई अमृतपाल सिंह जी लंगर पानी नहीं छकिया, भुख हड़ताल ते ने। इस करके मैं भगवंत मान नूं बेनती करना चाहुंदा भी साडी कोई इह मंग नहीं, जे साडी मंग होवे तां तूं सानूं मंगता वांगूं थोड़ी घणी चीज़ दे के पासे कर दे तां असीं फिर जाइए। ये साडा हक है, साडी कौम दा हक है। सारी ही नौजवानी नूं मेरी बेनती है क्योंकि जिस तरह मैं भाई अमृतपाल सिंह दीआं स्पीचां तों प्रभावित हो के अमृतपान कीता सी, दसवें पातशाह की कृपा हुई तो मैं गुरु वाला होया। जे भाई साहब जथेबंदी के आगू ना होंदे ना इन्हों स्पीचा सुनता तो मैं लगता मैं घोना मोना ही रहना सी, ते ना ही अज मैनू इस स्टेज पर आके बोलण का मौका मिलना सी। इस तो बाद एक गल मैं होर कहनी चाहना है, उन्होंने जिहड़ी कि 50 साल की उम्र के एक होर शादी करवाई है तो जदों वो बीबी वर्त रखती हो तो भगवंत मान सिंह बहुत ज़्यादा नाल सिक्योरिटी नूं लैके कोई फल फ्रूट वो वास्ते भी खरीदन जाता हो तो वह भी डीकते होंगे कि अज चंद छेती चढ़ जाए तो छाननी च मूँह देख के रोटी खाइए। साडे भाई साहब बारे भी उन्हें सोचना चाहिए जे वो भी आके जेल चो बहर आके प्रशादा पानी छकन तो नाले रिहा हो के अपने परिवार के बैठ के गल्लां बातां करन, सिख संगतां नूं मिलन। उस तो बाद आपां मैं पंजाब के सारे ही गुरुद्वारां दे ग्रंथी सिंघां नूं भी बेनती करना चाहुंदा इस स्टेज तो जिथों तक मेरी आवाज़ पहुँचती है मीडिया राही जां किवें भी ला लो जां नौजवानी बैठी इत्थे पहुँचा दिंदी है, गल्लां पिंडां तक पहुँच जांदियां, बाकी इत्थे सारे ही तरीकां दे बंदे बैठे हन गल्लां मल्लो मल्ली पहुँच जांदियां उच्चे लेवल तक। सारे ही ग्रंथी सिंघां नूं पिंडां दा 13,000 पिंड है, एक एक नौजवान भी जे एक पिंड तो आउंदा है तां अज 13,000 नौजवान इत्थे चाहीदे है, बाकी 15-20 हज़ार नौजवान ने अमृत भी छकिया भाई अमृतपाल सिंह तो प्रभावित हो के, उन्हां दीआं स्पीचां तो प्रभावित हो के उन्हां दे बहीर दे विच नौजवान नाल भी हुंदे सन। उन्होंने पता नहीं तो उन्होंने इस गल का डर है कि अपना जे भाई अमृतपाल सिंह पंजाब आउणगे तो साडे सारे सरकारी कारोबार नशे दे, इन्हां ने एक जिहड़ा नशे बेचण दा कारोबार है उन्हूं सरकारी कारोबार नालों वधिया चंगा कारोबार समझ रखिया, जिहदे विच जिवें इन्हां ने नौकरियां देण दा वादा कीता सी ते अज नौजवानां नूं नशे दे रहे हन। ये उन्हां नूं मैं बेनती करना चाहुंदा भाई भगवंत मान सिंह नूं भी भाई तू बेंत सिंह वाला दर्जा ना लै ते आपदा जे तू भाई साहब नूं रिहा करावे ये भी एक तेरी प्राप्ति है,
तो स्टेजा तो बाकी बोर्डा से कह रहा मेरिया 29,000 नौकरियों की प्राप्ति है जहाँ प्राप्ति है एक मैं सोचता नवाणा जहाँ सिख हो जिनी कि मेरी सोच है जे तू भाई साहब नाथियों लेके आवे पंजाब तो मैं कहना ये तेरी सारा तो वड्डी प्राप्ति होगी। उस तो बाद एक जो कि कल मैं देखा सच बोले बिना रहा नहीं जाता सोचा था सही भी चल नहीं बोलना भी चल नहीं बोलना पर एक कल बापू संत जरनैल सिंह जी भिंडरां वाले असं बापू आख दें संत जरनैल सिंह जी भिंडरां वाले खालसा जी का जो कि गुरु घर है वो कल इतने आके एक देखिया मन में बड़ा दुख लग्या तो घटना वह अपना उद्घाटन किया वह कल 9 मार्च को तुसी देखोगे जो आओगे सारिया संगतों को बेनती है देख के भी जरूर आयो जो कि साढ़े चाचे ताए बजुर्ग उस संघर्ष के उन्हों का हिस्सा सीगा। मैं सोनू कल भी दसिया सी कि मेरे चाचा जी खाड़कू संघर्ष लहर का हिस्सा रहे ने भाई गुरजंट सिंह तो कल जेड़ा मैं उत्थे देख के बड़ा मन दुखी होया तुसी भी जाओगे पढ़ोगे देखोगे कई नौजवान तो मैं कहते यार तू ना बोली पर नहीं सच नहीं लुके रहा जो होना है वह होकर रहना है अभी तो कल इन्होंने जेलों चो होर सिंह धक्ने जो साढ़े दूजा वापस नहीं लियाते तो ये कसूरवार ने तो मैं धुम्मा जी को बेनती करना चाहना सरदार हरनाम सिंह धुम्मा दमदमी टकसाल के मुखी जे कोई इतने उन्होंने टकसाल का बंदा बैठा तो उन्होंने जरूर दस जेड़ा कि उन्होंने उद्घाटन कर उदे विच जिन्ने हमले होए है साढ़े दरबार साहब ते जिन्नियां सरकारां आईयां सारियां सरकारां दा सारे हमलावरां दा इन्हां ने डिटेल दे विच उदे विच वेरवा लिखा होया है सारा इको एक जो कि जिवें जिवें उन्हां नूं भाजी मोड़दे रहे बदला लैंदे रहे साढ़े सिंघ वह भी उदे विच डिटेल दे रूप च सारा लिखिया जे तुहाडे चों कोई भी सिख संगत जाऊगी तां जाके जरूर पढ़िओ जिहड़ी गैलरी दे विच जो आपां सामने जाने दरबार साहब की फोटो है मूर्त बनाई हुई है ढत्थे हुए दरबार साहब की जो कि ढह ढेरी किया होया देख के बंदे का मन प्रभावित होंदा सामने संत जरनैल सिंह बाबा अमरीक सिंह बाबा ठारा सिंह जनरल सुवेग सिंह जी उन्होंने सत्कारयोग शख्सियत फोटो लाइया हुई हैं तो वो जो कोई भी बंदा जाके देखता अकाल तख्त को तो वह एकदम सामने जाता तो उन्हों की नज़र संत जरनैल सिंह जी की फोटो पर जाती है पर सामने एक अखरों के बड़ा सारा काले अखरों के स्टील का बोर्ड लग्या होया वो उत्ते जिहड़ा पंजवां हमलावर इन्हां दी जो सीगी इंदिरा गांधी जिन्हों बीबी जी कहिंदे हुंदे सी संत वो बीबी जी की करतूत उत्थे नहीं लिखी जो कि उदू बाद दे विच मान लो भाई सतवंत सिंह बेअंत सिंह का भी लिखता उत्थे लिख छड्या कि भारतीय फौजा ने हमला किया हुण तुसीं भी इन्नी संगतां बैठी हो कि भारतीय फौजा ने इंदिरा गांधी के बिना कहे तो हमला करता जां किसी उत्थों के जिहड़े जनरल सीगे उस टाइम के उन्हां दा जो सुखे जिंदे का जिक्र आ सकता है तो जनरल वैद्या का जिक्र क्यों नहीं आ सकता। इस करके मैं नौजवानी नूं कहना चाहुंदा अपने नाल कुछ जिहा हरकतां कीतियां जांदियां अपने आगू बिक जाते हैं इस करके अपने नाल हरकत होंदिया मेरा वीर नौजवानी दोबारा फिर बेनती है आप माड़ा जा खोपड़ खोलीए अपने सिर के ठीकरे चक के वेखीए कि आपां किवें गुलाम बनाया जा रहा है आने वाली नस्ल अज ही मान लो मैं आपकी बच्ची नाल लेके आता तो उत्थे पढ़ती उन्हें मैनू कहना सी पापा तुसी इंदिरा गांधी बारे कहिंदे रहिंदे हो भी साढ़े ते अटैक करता साढ़े ते ऐ करता उन्हें जरूर कहना सी कि मैं इत्थे उहदा नाम नहीं लिखा देखिया ये हुण तुसी आप देख सकते हो जाके जे मैं एक नमाणा जां सिख होण ते झूठ बोलदा है मैनू रात कल मैं शाम नू पढ़िया तो सारी रात मैनू चैन नहीं आई हुण तुसी देखो भी इन्हां दी किन्नी सोच गलत हो चुकी है। बाकी भाई जी का राज है जे अपना राज आया तो आप हरिमंदर नू सोने च मढ़ाया अज उन्हां दा राज है पर मैं सिखां नू बेनती करना चाहुंदा है कि अपने अकाल तख्त दे लई आपां इन्ना लहू आपदा चिट्टा ना करिए अपनी यही सुप्रीम है आपां नू इत्थों ही सारा कुछ मिलना है इसे दी ताकत नाल ही आपां चलना है। मैं अज तुहाडे सामने चौथी बार स्टेज पर बोल रहा हाँ मैं कदे पहला स्टेज पर ज़्यादा बोलिया भी नहीं चलो बेनतियां तो करते रहे हैं छोटे मोटे मान ला समागम ते गुरु घरां दे विच जाके भी पर अज भाई साहब का करके मैनू इत्थे उन्हां तों प्रभावित हो के मैं अमृत छकिया तुहानू दस्सिया फिर ही इत्थे बोलण दा मौका मिलिया इन्ना कहिंदा होया खिमां दा जा चुका वाहेगुरु जी का खालसा वाहेगुरु जी की फतेह बोले इच्छो निहां खालिस्तान जिंदाबाद खालिस्तान जिंदाबाद।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਦਿਨ ਭਾਈ ਹਰਪ੍ਰੀਤ ਸਿੰਘ ਜੀ ਕੋਟ ਸਮੀਰ ਤੋਂ ਬਠਿੰਡਾ ਤੋਂ ਚੱਲ ਕੇ ਜਿਹੜੇ ਬਹੁਤ ਦੂਰ ਦੁਰਾਡੇ ਤੋਂ ਆਏ ਨੇ, ਬੜੇ ਵਧੀਆ ਇਹਨਾਂ ਨੇ ਵਿਚਾਰ ਰੱਖੇ ਨੇ ਔਰ ਦੱਸਿਆ ਕਿ ਮੇਰੀ ਜਿਹੜੀ ਸ਼ਕਲ ਸੀਗੀ ਪਹਿਲਾਂ ਦੇਖਦੇ ਹੋਣਗੇ ਆਪਣੇ ਸਿਰ ਮੂੰਹ ਮੁੰਨੇ ਨੂੰ ਤਾਂ ਪਹਿਲਾਂ ਗਿੱਦੜਾਂ ਵਾਲੀ ਸੀ, ਅੱਜ ਵੇਖੋ ਇਹਦੀ ਭਾਈ ਦੀ ਲੁੱਕ ਵੇਖੋ ਸੂਰਮਾ ਸ਼ੇਰ ਵਰਗਾ ਲੱਗਦਾ ਹੈ। ਅਤੇ ਇਹ ਦੱਸ ਰਿਹਾ ਸੀ ਵੀ ਭਾਈ ਅੰਮ੍ਰਿਤਪਾਲ ਦੀ ਬਦੌਲਤ ਮੈਂ ਇਸ ਤਰ੍ਹਾਂ ਦਾ ਬਣਿਆ ਵਾਂ। ਹੋਰ ਇਹਨੇ ਜਿਹੜੀ ਬੇਨਤੀ ਕੀਤੀ ਉਹ ਬੜੀ ਮੈਨੂੰ ਚੰਗੀ ਲੱਗੀ ਆ ਵੀ ਹਰ ਗੁਰਦੁਆਰੇ ਤੋਂ ਹਰ ਗ੍ਰੰਥੀ ਦਾ ਫਰਜ਼ ਬਣਦਾ ਹੈ ਵੀ ਸਾਰੇ ਰੋਜ਼ ਅਨਾਊਂਸਮੈਂਟਾਂ ਕਰੇ, ਦਿਨੇ ਵੀ ਅਤੇ ਰਾਤ ਨੂੰ ਵੀ, ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਅਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਬਾਰੇ ਜਿਹੜਾ ਮੋਰਚਾ ਲੱਗਿਆ ਉਸ ਵਿੱਚ ਆਪਣੀ ਸ਼ਮੂਲੀਅਤ ਦਿਓ। ਇਹਨਾਂ ਬਹੁਤ ਸੋਹਣੀ ਵਿਚਾਰੇ ਵੀਰ ਨੇ ਸਾਡੇ ਨੇ ਬੜੇ ਬੜੀ ਸੋਹਣੇ ਤਰੀਕੇ ਨਾਲ ਗੱਲ ਰੱਖੀ ਹੈ। ਹੁਣ ਮੈਂ ਭਾਈ ਚਮਕੌਰ ਸਿੰਘ ਜੀ ਬੁਲਾਰੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਚੰਦ ਮਿੰਟ ਵਾਸਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਬਾਅਦ ਬਾਬਾ ਜਸਵੰਤ ਸਿੰਘ ਜੀ, ਬਾਬਾ ਲੱਖਾ ਸਿੰਘ ਜੀ ਜੱਲੂਪੁਰ ਖੇੜੇ ਵਾਲੇ, ਉਹਨਾਂ ਦਾ ਖੁੱਲ੍ਹਾ ਟਾਈਮ ਹੈ, ਉਹ ਜਥੇ ਸਮੇਤ ਆਏ ਨੇ, ਉਹ ਆਪਣਾ ਟਾਈਮ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ। ਤਖ਼ਤ ਚਵਰ ਛਤਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਸਮਝਦਿਆਂ ਹੋਇਆਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਹੋਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿੰਨੇ ਵੀ ਨਜ਼ਰਬੰਦ ਸਾਡੇ ਬੰਦੀ ਸਿੰਘ ਆ, ਉਹਨਾਂ ਦੀ ਪੰਜਾਬ ਤਬਦੀਲੀ ਵਾਸਤੇ ਆਪਾਂ ਸਾਰੇ ਜੁੜ ਮਿਲ ਕੇ ਬੈਠੇ ਹਾਂ ਅਤੇ ਸਾਰੇ ਹੀ ਤੁਸੀਂ ਜੁਝਾਰੂ ਹੋ, ਯੋਧੇ ਹੋ, ਜਾਗਦੀਆਂ ਜ਼ਮੀਰਾਂ ਵਾਲੇ ਹੀ ਇੱਥੇ ਆਏ ਆ। ਜਿਸ ਤਰ੍ਹਾਂ ਜੰਗਲ ਦੇ ਵਿੱਚ ਸ਼ੇਰਾਂ ਦੀ ਗਿਣਤੀ ਘੱਟ ਹੁੰਦੀ ਹੈ, ਉਸ ਤਰ੍ਹਾਂ ਜਾਗਦੀਆਂ ਜ਼ਮੀਰਾਂ ਵਾਲੇ ਜਿਹੜੇ ਮਨੁੱਖ ਹੈ ਉਹਨਾਂ ਦੀ ਗਿਣਤੀ ਵੀ ਘੱਟ ਹੈ ਅਤੇ ਘੱਟ ਗਿਣਤੀ ਨੇ ਵੱਡਿਆਂ ਵੱਡਿਆਂ ਦੇ ਤਖ਼ਤ ਪੁੱਟੇ ਆ, ਵੱਡੀਆਂ ਵੱਡੀਆਂ ਹਕੂਮਤਾਂ ਦੇ ਨਾਲ ਮੱਥੇ ਲਾਏ ਆ। ਸਾਡੀ ਗਿਣਤੀ ਭਾਵੇਂ ਘੱਟ ਆ ਪਰ ਸਾਡੇ ਅੰਦਰ ਜਿਹੜਾ ਜਜ਼ਬਾ ਹੈ ਸਵਾ ਲੱਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ ਵਾਲਾ ਹੈ। ਸੋ ਆਓ ਕੁਝ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਪਾਂ ਗੱਜ ਵੱਜ ਕੇ ਫਤਿਹ ਦੀ ਨਾਲ ਸਾਂਝ ਕਰੀਏ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਖੋ ਲਗਭਗ ਅੱਜ 18-19 ਦਿਨ ਹੋ ਗਏ ਆਪਾਂ ਨੂੰ ਇੱਥੇ ਬੈਠਿਆਂ ਅਤੇ ਸਰਕਾਰ ਦਾ ਕੋਈ ਵੀ ਰਿਸਪੋਂਸ ਨਹੀਂ ਆ ਰਿਹਾ। ਤੁਹਾਨੂੰ ਵੀ ਪਤਾ ਤੁਸੀਂ ਵੱਧ ਹਾਜ਼ਰੀ ਭਰ ਰਹੇ ਹਾਂ ਸਾਡੇ ਨਾਲੋਂ, ਮੋਰਚੇ ਦੇ ਵਿੱਚ ਬੈਠ ਕੇ ਕੋਈ ਸੇਵਾ ਕਰ ਰਹੇ ਹਾਂ। ਕੰਨ ਜਿਹੜੀ ਸਰਕਾਰ ਹੈ ਉਹਦੇ ਕੰਨ 'ਤੇ ਜੂੰ ਵੀ ਨਹੀਂ ਸਰਕ ਰਹੀ ਵੀ ਸ਼ਾਇਦ ਕੁਝ ਹੋ ਹੀ ਨਹੀਂ ਰਿਹਾ। ਪਿਛਲੇ ਦਿਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ, ਉਹਨਾਂ ਦੀ ਵੀ ਸਰੀਰਕ ਹਾਲਤ ਤੁਸੀਂ ਦੇਖੀ ਹੈ। ਭਾਈ ਗੁਰਪ੍ਰੀਤ ਸਿੰਘ ਉਹਨਾਂ ਦੇ ਸਤਿਕਾਰਯੋਗ ਸੁਪਤਨੀ, ਉਹਨਾਂ ਦੀ ਹਾਲਤ ਵੀ ਦੇਖੀ ਹੈ। ਜੇਲ੍ਹ ਦੇ ਵਿੱਚ ਬੈਠੇ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਭਾਈ ਬਸੰਤ ਸਿੰਘ, ਹੋਰ ਜਿਹੜੇ ਸਿੰਘ ਆ ਜਿਨ੍ਹਾਂ ਦੇ ਸਰੀਰਕ ਹਾਲਤ ਬਹੁਤ ਨਿਰਬਲ ਹੋ ਚੁੱਕੀ ਹੈ ਪਰ ਉਹਨਾਂ ਦੇ ਉੱਪਰ ਕਿਸੇ ਦੀ ਨਜ਼ਰ ਨਹੀਂ ਹੈ। ਕੋਈ ਸਰਕਾਰ ਕੋਈ ਬਿਆਨ ਨਹੀਂ ਦੇ ਰਹੀ, ਕੋਈ ਆਪਣੇ ਬੰਦੇ ਭੇਜ ਕੇ ਮੀਟਿੰਗ ਕਰਨ ਵਾਸਤੇ ਤਿਆਰ ਨਹੀਂ ਹੈ, ਕੋਈ ਵੀ ਗੱਲਬਾਤ ਨਹੀਂ ਹੋ ਰਹੀ। ਸ਼ਾਇਦ ਹੋ ਸਕਦਾ ਵੀ ਉਹਨਾਂ ਨੂੰ ਸਾਡੀ ਫਿਕਰ ਹੀ ਕੋਈ ਨਹੀਂ ਹੈ ਵੀ ਅਸੀਂ ਲੋਕਤੰਤਰ ਦਾ ਹਿੱਸਾ ਹੀ ਨਹੀਂ ਹੈ, ਅਸੀਂ ਬੰਦੇ ਹੀ ਨਹੀਂ ਹੈ, ਅਸੀਂ ਮਨੁੱਖ ਨਹੀਂ ਹੈ, ਸਾਡੇ ਨਾਲ ਜਾਨਵਰਾਂ ਵਾਲਾ ਵਤੀਰਾ ਕੀਤਾ ਰਾਹ ਜਾ ਰਿਹਾ। ਅੱਜ ਕੱਲ੍ਹ ਦੇ ਤੇ ਵਿੱਚ ਜਾਨਵਰਾਂ ਨੂੰ ਵੀ ਰਾਸ਼ਟਰੀ ਪੰਛੀ ਰਾਸ਼ਟਰੀ ਜਾਨਵਰ ਕਹਿ ਕੇ ਉਹਨਾਂ ਦਾ ਵੀ ਅਦਬ ਸਤਿਕਾਰ ਕਾਇਮ ਰੱਖਿਆ ਜਾਂਦਾ ਪਰ ਸਾਡਾ ਉਹ ਵੀ ਨਹੀਂ ਹੈਗਾ। ਕਹਿਣ ਤੋਂ ਭਾਵ ਇਹ ਗੁਲਾਮੀ ਕਿੰਨੀ ਸਾਡੇ ਸਿਰ ਮੜ ਦਿੱਤੀ ਹੈ ਇਹਨਾਂ ਹਕੂਮਤਾਂ ਨੇ। ਗੁਲਾਮੀ ਹੈ ਕੀ ਪਹਿਲਾਂ ਇਹ ਸਮਝਣ ਦਾ ਯਤਨ ਕਰੀਏ, ਗੁਲਾਮੀ ਹੈ ਕੀ। ਹੁਣੇ ਇੱਥੇ ਵੀਰ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਚਲੋ ਪਹਿਲੀ ਦੂਜੀ ਵਾਰ ਜਿਹੜਾ ਬੰਦਾ ਬੋਲਦਾ ਉਹ ਬੋਲਣ ਤੋਂ ਵੀ ਝਕਦਾ ਥੋੜ੍ਹਾ ਬਹੁਤਾ। ਗੁਲਾਮੀ ਕੀ ਹੈ? ਜਿਸ ਦਿਨ ਸਾਡੀ ਮਾਨਸਿਕਤਾ ਦੇ ਵਿੱਚੋਂ ਗੁਲਾਮੀ ਖਤਮ ਹੋ ਗਈ ਨਾ ਉਸ ਦਿਨ ਮਸਲੇ ਸਾਰੇ ਹੱਲ ਹੋ ਜਾਣੇ ਆ। ਜਿਸ ਦਿਨ ਸਾਡੀ ਜ਼ਮੀਰ ਜਾਗ ਗਈ, ਜਿਸ ਦਿਨ ਅਸੀਂ ਰੂਹਾਂ ਤੋਂ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਫਿਰ ਖਾਲਸਾ ਰਾਜ ਸਾਡੇ ਪੈਰਾਂ ਦੇ ਵਿੱਚ ਹੋਵੇਗਾ। ਫਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਾਡੇ ਤੋਂ ਖੁਸ਼ ਹੋਣਗੇ, ਅਸੀਂ ਮਾਨਸਿਕ ਤੌਰ 'ਤੇ ਜਿਹੜੀ ਗੁਲਾਮੀ ਨੇ ਸਾਨੂੰ ਜਕੜਿਆ ਹੋਇਆ ਨਾ ਅਸੀਂ ਉਹਦੇ ਵਿੱਚੋਂ ਨਹੀਂ ਨਿਕਲ ਰਹੇ। ਇਹ ਹਿੰਦ ਹਕੂਮਤ ਜਿਹਦਾ ਰਾਜ ਹੈ
हिंद हकूमत साढ़े 700 साल मुगलिया हकूमत की गुलाम रही, पर जदों अजो तख्त ते काबज होए अजे उन्होंने केवल 75 साल होए ने, 75-76 साल। जेकर 750 साल कोई कौम गुलाम रह के अज राज तख्त ते बैठ सकती है, सानू तो अजे 150 साल होया, किन्ना क साल होया, असी राज भाग की गल नहीं कर सकते, असी खालसा राज की गल क्यों नहीं कर सकते। जेकर वो खालसा अज अपना राज अजमा के प्रजा के उपर धक्के शाहियां बे इंसाफियां कर रहे ने, लोगों को कुचल रहे ने, मुसलमानों के उपर जुल्म हो रहे ने। परसों चौथ की एक वीडियो है, मुसलमान भरा सड़क के सैड के उपर नमाज अदा कर रहे ने, एक हिंदू राष्ट्र का पुलसिया उन्होंने ढिड के जिवें ठुडे मार रहा जाके, ये मता समझियो मुसलमान नमाज अदा कर रहा तो वो ढिड के जिवें ठुडे वज रहे ने। 1984 के ग्रंथी सिंह गुरु ग्रंथ साहिब पातशाह जी की हजूरी के पाठ कर रहे थे, उन्होंने भी ढेडा के ठुडे वजे से वजने अज भी है। जिन्ना चिर असी इंडियन स्टेट नूं समझते नहीं भी साढ़े नाल वापर की रहा, मुसलमानों के उपर जिहड़ा जुल्म हो रहा, बहुत वड्डी गिनती दे विच जुल्म हो रहा, जिहड़ा नैशनल मीडिया नहीं विखा रहा ते ना विखाऊगा, क्योंकि नैशनल मीडिया उन्हां दा जिन्ना जुल्म मुसलमानों के उपर हो रहा, मुसलमान तो बहुत वड्डी गिनती दे विच है हिंदुस्तान दे विच, लगभग 30% तो उपर मुसलमान बैठा होया हिंदुस्तान दे विच, वह तो किसी ना किसी हिसाब के नाल जुल्म दा टाकरा कर सकते हैं, क्योंकि उन्हां दी गिनती बहुत है, तो असी तो 1.5% रह गए, 2 तो भी घट चुके हैं, 2% साड़ी गिनती मन्नी जांदी सी, जिहदे विचों 50% विदेश उड़ गए ते अद्धे नशियां दे विच फसे हुए ने, ते जिहड़े कोई सिख कौम दे विचों 10-20 हज़ार की मैं गिनती दसांगा, 10-20 हज़ार की गिनती वह है जिहड़े संघर्ष कर रहे ने। केवल हुण इत्थे वेखदे हां जेकर इत्थे कॉल दिती आ उही सिख इत्थे होणगे, जेकर होर किते कॉल दे दो उही उत्थे चले जाणगे, तीजे पासे कॉल दे दिओ उह उत्थे चले जाणगे। असीं लड़न वाले बहुत थोड़े हाँ, असीं गुलामी नूं क्यों नहीं समझ रहे। 1984 दे विच इन्नी नफरत दे नाल जेकर संत ज्ञानी जरनैल सिंह खालसा भिंडरां वालियां नूं फड़ना हुंदा ना, ते बड़े यतन सी, होर बड़े तरीकियां दे नाल फड़िया जा सकदा सी, पर उन्होंने नफरत दे नाल सचखंड श्री हरिमंदर साहब श्री अकाल तख्त साहब के उपर हमला किया। एक नफरत, 2.5 साल के बच्चे नूं लत्तां तों फड़ के 2 फाड़ कर देना, ये नफरत की निशानी है। 5-7 महीने के बच्चे नूं लत्तां वालियों पास्यों फड़ के बुरजी दे नाल सिर मार के मार देना, ये नफरत है इंडियन स्टेट के अंदर, तो अज भी है, ये ना समझो उदों सी ते अज उन्हां दे अंदरों नफरत खत्म हो गई है। वह साडा कतलेआम करन वास्ते तैयार बैठे आ, ते ये साडे अंदर होश ते जोश चाहीदा भी असी उन्हां दा सामना किस तरह करना, असी उन्हां दे नाल टाकरा किहड़े तरीके दे नाल करना, ये साडे ही होश जोश चाहीदी है। ते जेकर असी सुचेत नहीं हुंदे, जेकर असी गुलामी नूं स्वीकार नहीं करते, जदों जदों दुनिया के उपर किसी भी कौम ने गुलामी नूं स्वीकार करके आजादी के संघर्ष के पैंडियां ते तुरे, वह कौम आजाद हो जांदियां ने ते अपने कौमी घर नूं भी बना लैंदियां ने। सब तो पहली गल है भी असी गुलामी समझनी है, भी साढ़े मानसिकते विच इत्थे गुलामी पाती। हुण गुलामी देखो, साढ़े नौजवान हुणे वीर जी गिनती दस रहे सी, 15-20 हज़ार नौजवान सी जिन्हां ने भाई अमृतपाल सिंह जी दीआं स्पीचां तो प्रभावित हो के अमृत छकिया, वह 15-20 हज़ार कित्थे है, वह 15-20 हज़ार ने अमृत छक लिया। मैं अगे भी बेनती करदा हुन्ना, किसी धर्म दे विच पैदा हो जाना महानता वाली गल नहीं, पंज ककारी वर्दी पा लैनी महानता वाली गल नहीं, जेड़ी गुरु दी दित्ती हुई मर्यादा दिरड़ा रा किसे धर्म दे विच पैदा होना महानता वाली गल नहीं हुंदी,
पांच ककारी वर्दी भी पा लेनी, मैं कहूँगा महानता वाली गल नहीं, पर दित्ती हुई गुरु की मर्यादा अमृत छकण तो बाद जिहड़ा अगला पैंडा तो उत्थों शुरू होया ना, जिहड़ा पैंडा जिस दिन खंडे बाटे की पौल छक ली ना, आप जिस दिन गुरु की वर्दी नू अपना लिया पांच ककारी बन गए, उहदे तो बाद शुरू हुंदी है रहत। रहत मर्यादा के उपर जदों चलदियां दृढ़ इरादे पैदा हुंदे ने, आत्म विश्वास पैदा हुंदा है, दूर अंदेशी पैदा हुंदी है, ते जदों ओ चीज़ां साडे अंदर पैदा हुंदियां ने फिर सानू कोई हकूमत ना डुला सकदी है ना झुका सकदी है, जदों साडे अंदर दृढ़ इरादा पैदा हो गया ते ओ पैदा करना बड़ा जरूरी है। जदों ओ इरादा पैदा हो गया ना फिर भावें सानू थाने दे विच बुला के धमकाउण असीं फिर भी नहीं डरदे, चाहे साड़ी घर आके पुछ गिछ करन असीं तां भी नहीं डरदे, चाहे सानू फोन ला के धमकाउण असीं तां भी नहीं डरदे। जदों अंदर इरादा पैदा हो गया, जदों रूह तों असीं संघर्ष दे नाल जुड़ गए, फिर भावें साडे ते एक परचा हो जाए, चार परचे, पांच, दस, जिन्ने मर्जी कर लैण, फिर असीं डुलदे नहीं। फिर भावें सानू जेलां दा तशद्दद दे देण, अज वी भाई साहब बैठी है ना, चढ़दी कला दे बयान आउंदे ने, कोई उन्हां दे अंदर कोई डोलन वाली बिरती है नहीं है, वह डोलदे नहीं क्योंकि अंदरों पक गए। सानू अज लोड़ है असी अंदरों मजबूत होइए, जिस दिन अंदरों मजबूत हो गए फिर फांसी का रस्सा भी हस के चुमन वाली बिरती पैदा हो जाएगी। फिर जेलां दा तशद्दद झलण की बिरती पैदा होगी, फिर छाती दे विच गोलियां खाण की हिम्मत पैदा होगी जदों अंदरों मजबूत होए। धन गुरु तेग बहादुर महाराज जी का बचन असीं पढ़दे हां ना, भय काहू को देत नह नह भय मानत आण, भय का अर्थ की है डर, वो डर कढ़ना मनां दे विचों। इत्थे भी नौजवान हर रोज़ आ रहे ने, हाजरियां भर रहे ने, खास करके जिहड़े इत्थे बोलदे ने जिथे मैं बोल रहा, उन्हां ते एजेंसियां की निगाह ज़्यादा हुंदी है, इत्थे भी पांच सत्त बैठे ही होणगे, उन्हां दा काम है, उन्होंने अपनी रिपोर्ट देनी है, जाके फोटोआं खिंच के देनिया ने, इत्थे चमकौर सिंह भी आया सी, इत्थे फलाना सिंह भी आया सी, इत्थे वह भी आया सी, फिर तुहानूं डिटेन करके फिर उत्ते रिपोर्ट देणगे, आ बंदा आया सी इहनूं फोन लाओ, फिर फोन आउणगे, खड़कदे ने साडे फोन, फिर इत्थे आ के हाजरी लवाओ, वह भी आउणगे, फिर डराउणगे, आ परचा कर देंगे उत्थे नहीं जाणा, मतलब ये चीज़ां वापरदियां ने, ते इन्हां दे नाल सामना असीं करना। जेकर साडे कोल गुरबाणी है, दृढ़ इरादा ते असीं सामना कर सकदे हां, हस के करांगे वी असीं गुरु नूं खुश करना, असीं काल पुरख नूं खुश करना, जो मर्जी कर लो तुसीं। सो इस करके नौजवानों जिहड़े भी आपां इत्थे सिंघ हाजरी भर रहे हां, आपां दृढ़ इरादा कायम करिए, आपां आत्म विश्वास दूर अंदेशी, कई बार नौजवान इत्थे काले बड़े पैंदे ने, उत्थे साडी दूर अंदेशी ने काम करना भी साडी कीती हुई एक गलती दे नाल मोर्चे का की नुकसान हो रहा, ये आपां सोचना है, साडी कीती हुई एक गलती मोर्चे का नुकसान भी कर सकती है, ते साडी एक समझदारी मोर्चे नूं सफल कर सकती है, ये सानू सोचना पवेगा। दूर अंदेशी पैदा करो, आपां इत्थे बैठे हाँ बड़ी सुचेतता दे नाल, बड़े वधिया तरीके दे नाल, बड़े तरीके दे नाल आपां इह संघर्ष नूं जितना है, इस मोर्चे नूं फतेह करना है, तां ही असीं समझांगे साडी कोई ना कोई कामयाबी होई है। सारे बड़ी दृढ़ता दे नाल इत्थे सेवा कर रहे आ, ते कर रहे जिहड़े नौजवान सेवा कर रहे ने, किसे तरह की सेवा कर रहा, किसे तरह की सेवा कर रहा है, ते हर एक तुसीं जिन्ने भी इत्थे बैठे हो हरेक का योगदान है, इस मोर्चे का तुसीं हिस्सा हो, ते अपने पिंडां नगरां शहरां दे विच्चों कोई भी संगत इत्थे आउंदी आ दरबार साहिब दे दर्शन करन, अपने पिंडां नगरां शहरां दे विच जाके अनाउंसमेंटां भी करवाओ, मोर्चे नूं होर प्रफुल्लित करिए, आपां जिन्ना वड्डा मोर्चा होवेगा ते उन्ना सरकार ते प्रभाव वध पवेगा, ते साडे मसले तां ही हल होणे जेकर एका बनावांगे। किते अबदाली साडी पहचान पुछदा है, मैं एके दी गल कर लगा, अबदाली ने जदों सिखां दी पहचान पुछी ना, बने रहे सब सके बरादर, एक दूसरे को देवत आदर, है इन मह इतफाक महान, सिख सिख परवारत जान। अज असीं इत्थे किसी टकसाल नूं नहीं भंडना, किसी संपर्दा नूं नहीं भंडना, किसी होर जथेबंदियां नूं नहीं भंडना,
सानू पता कौन किथे गरदार है ते किथे कोई सरदार है, सब नू पता, किसे तो कोई नहीं छुपया। सानू पता केड़े जथेदार ने किथे गदारी की है किथे सरदारी की है, सानू पता केड़ी संपर्दा ने किथे गरदारी की है किथे सरदारी की, सब का पता है। पर अज साडा जिहड़ा टीचा है ना, बने रहे सब सके बरादर, एक दूसरे को देवता आदर, ये अपना लिए असी आदर दे के सत्कार करना है हरेक का। सिख सिख परिवार जाने वाली बिरती रखनी है, तो जदों बिरती पैदा होगी एका साडा फिर मजबूत होगा, फिर असी कैम होवांगे, फिर असी तकड़े होवांगे, तो संघर्ष दे विच अगे वधांगे, संघर्ष दे विच कामयाब होवांगे। सो ये दास दियां कुछ विचारां सी, आपां गुलामी नू मेन जतन करिए समझण दा भी गुलामी है की है। जिस दिन गुलामी नू समझ लिया तो साढ़े इत्थों आ जिहड़े आ खोपड़ी है ना, जिस दिन आ खोपड़ी दे विचों गुलामी निकल गई सारे मसले हल है। गुरु गोबिंद सिंह महाराज जी ने गुलामी कढ़ी सी ना उन्हां दी खोपड़ी दे विचों, गुलामी कढ़ के पंजां बाणियां दा जाप भर दिता, रहिरास दा जाप भरिया, सोहला साहिब दा जाप भरिया, बंदगी भरी, सिमरन भरिया, जिहड़े पंज प्यारे आए सी ना उन्हां दे इत्थों गुलामी कढ़ी ते गुरु ने प्यारे बना ले, प्यारे भाई दया सिंह जी, प्यारे भाई धर्म सिंह जी, जदों प्यारे बन गए गुलामी निकल गई। तो फिर उही कहिंदे ने भी असी सवा लख दे नाल लड़न दी ताकत रखते हाँ, बल रखते हाँ। उही कहिंदे ने फिर जदों हाथी सामने आया तो बाबा बजित्र सिंह ने कहा भावें इहदे नाल दा 100 हाथी होवे पूछ तो घुमा के आकाश दे विच सुट देवांगा। जदों गुलामी जदों मस्तक दे विचों मानसिकता दे विचों गुलामी निकली फिर वड्डियां वड्डियां हकूमतां दे अगे डोले नहीं। बाबा जरनैल सिंह एवें नहीं बनिया जा सकता, बाबा जरनैल सिंह नू फड़न वास्ते 2.5 लाख की फौज आई सी, 2.5 लाख की, तो कहिंदे अंदरों फड़ लांगे बाबा जरनैल सिंह, पर रोम रोम दे विच बंदगी सी, सिमरन सी। जेकर कोई माड़ा मोटा लीडर हुंदा डोल जांदा, झुक जांदा, विक जांदा, 2 अरब अमरीकी डालर कहे सी भी बाबा जी अमरीकी डालर दे देंगे छड़ के ते चले जाओ। बाबा जरनैल सिंह ने कहा इहदे पैरां दे विच रुलदे आ, दो कोई मैनू अमरीकी डालर नहीं चाहिए, सेंसर ला के कहिंदे मुख्यमंत्री बना देंगे, कहिंदे कुछ नहीं चाहिए, मुख्यमंत्री की कुर्सी असीं की करनी है। सारियां नू ठोकर मारी, किसी लालच नू अपनाया नहीं, किसी कुर्सी दे अहुदे नू मुख नहीं रखिया। क्यों नहीं रखिया? क्योंकि उन्हां दे मनां दे विच किसी प्रकार का लालच नहीं सी, निस्वार्थ होकर संघर्ष लड़िया, तो ता ही उन्होंने इन्नी वड्डी हिंद हकूमत दे नाल मथा लाया, तो उन्होंने चने चबा के रख दिते भी कौन हुंदा है सिख। पिंड रोडियां च जम्मिया जो अणखी दलेर सी, दुनिया ते होगी जिस दे बोलां दी कहल सी, सिख पंथ दा सच्चा सुच्चा इंसान सी, जेड़े पासे जांदा उसकी वक्री पहचान सी, हुण ना घाटा पूरियां मर्द दलेर दियां, केड़ा कर लू रीसां पिंडरां वाले शेर दियां। वो सचमुच मर्द सी, तो इन्नी वड्डी हकूमत का उन्हें सामना किया। हुण भाई अमृतपाल सिंह जी का जिहड़ा 6-7 महीने का सफर है ना, सफर तुसी एक ना ईसाइयों का नारा सुनिया होवेगा, अमृतसर कुरसेड। मैं उन्हूं अपने सोशल मीडिया पर भी शेयर किया सी, ते वड्डी गिणती दे विच सिखां नूं पता नहीं लगा। वो कुरसेड का अर्थ हुंदा धर्म युद्ध। वेखो कांसी बनारस हिंदुआं दी एक अहम धरती है, समझण दा यतन करियो। जिहड़ा ईसाई है वह कांसी बनारस दी धरती ते नहीं कह सकदा कांसी बनारस कुरसेड, हिम्मत नहीं उहदे विच। जिहड़ा ईसाई है वह मक्के मदीने दी धरती ते जाके नहीं कह सकदा मक्का मदीना कुरसेड, पर उहदी हिम्मत पै गई, उन्हें अमृतसर साहब जी की धरती ते आके कहता अमृतसर कुरसेड। लख की लाणत है साढ़े ते। अज तक साढ़े किसी जथेदार का बयान नहीं आया, तुसी धर्म युद्ध का ऐलान कर रहे हो। अमृतपाल भाई अमृतपाल सिंह योधा सी जदों कुरसेड का ऐलान होया तो सामने आके डट गया सी। ईसाई एक बड़ी प्लैनिंग दे नाल, वेखो गुरबाणी दे विच शब्द आया अमृतसर सिफती का घर,
जेड़ा सिफती दा घर सी उहदे अगे अमृतसर कुरसेड़ शब्द आ गया ते साडियां गलतियां दा करके आया, साडियां गलतियां दा करके आया। किस तरह हिम्मत पैदे उन्हां दी वी सानू कहन धर्म युद्ध दा ऐलान कर रहे ने, अपनी अमृतसर साहब जी की धरती ते कहिंदे कुरसेड़ रखांगे धर्म युद्ध दा ऐलान करांगे, असीं सुते हां। ते मैं ये गल वादे ना कहना जेकर भाई अमृतपाल सिंह इत्थे हुंदा ते कुरसेड़ दा जवाब दे के रख दिंदा। अज नहीं है इन्हां दे लत्तां दे विच इन्ना दम भी उन्हां दे उस पोस्टर दा जवाब दे देना, उन्हां दे दित्ते नारे दा जवाब दे देना, ये गुलामी दीआं निशानियां ने। मैं तो उन्हां नूं गल कहना भी जेकर तुसीं इन्नी हिम्मत रखते जो कांसी बनारस जाओ, कांसी बनारस की धरती से जाके कुरसेड़ कहो, मन जावांगे तुहानूं। तुसीं इन्नी हिम्मत रखते हो जाओ मक्के मदीने की धरती से जाके कुरसेड़ कहो, उत्थे तुहानूं वापस आउण दित्ता ते जो मर्जी कह दिओ। मेरे हिसाब नाल साडे विचों दम नहीं रहा, वो ताकत नहीं रही, तो लोग सानू आके इत्थे कुरसेड़ कुरसेड़ धर्म युद्ध का ऐलान कर रहे ने। असीं सौ गए, साडे मनां दे विचों कौमी संघर्ष विसर गया, वो ताकत विसर गई। सो सचेत होइए, गुलामी की वलगण एक पास्यों नहीं, बड़े दुवालियों दुवालियों आ रही है, हर पास्यों घिरे हुए हैं, तो समझन का आपां यतन करना है। साडे स्कूलों के विच वो साडे बच्चों पढ़ा रहे ने, साडे बच्चे ईसाइयों के स्कूलों के विच जिहड़े कहिंदे ना साडे कोल चार पैसे आ, चार पैसों वाले ईसाइयों के स्कूलों के विच बच्चे पढ़ा के खुश आ। तुसीं वी इत्थे बैठे होवोगे, तुहाडे वी कई कईआं दे बच्चे ईसाइयों के स्कूलों के विच पढ़दे होणगे, ते जिहड़ा बच्चा छोटी उम्र के विच ईसाइयों के स्कूलों के विच पढ़ गया उहदा धर्म तब्दील करवाउणा बड़ा सौखा है। जिहड़ा बच्चा ईसाइयों के स्कूलों के विच पढ़ गया वो अपने सभ्याचार दे नाल कदी नहीं जुड़ सकता, तो ये की है। तो साडियां संस्था अज तक जिले वाइज एक एक स्कूल नहीं तैयार कर सकदी, जेकर हुंदा तो असी ईसाइयों के स्कूलों के जवाक पढ़ाते। हुण एक कोरा कागज़ है, कोरा कागज़ कोरे कागज़ के उपर उड़ा अड़ा लिख दो, ए बी सी लिख दो, जो मर्जी लिख दो, उस तरह के कागज़ के उपर लिखे अक्षर दिसणगे। बच्चा एक कोरा कागज़ हुंदा। ईसाइयों ने अज साडे बच्चों के मन रूपी कोरे कागज़ के उपर अपने धर्म की रंगत लिख देनी है, तो असी जदों 20 सालों के होए असी उन्होंने भज भज के मोड़ना भी आप सिखी दे विच सी, उन्हें कहना सानू तो पढ़ाया ही ईसाई बारे गया, तुही कि सिखी की गल करते जो। ये गल्लां सोचण वालियां, अज सानू लगता साडे बच्चे इंग्लिश वधिया बोलनी सीख जाणगे, जदों 20 साल समा अगे होगा, 50 साल समा अगे होगा ना, फिर कोई पुछण वाला होना भी नहीं, दसण वाले भी किसी ने नहीं होना भी आ गल करके असी बोलते सी भी साडा नुकसान तो इत्थे पिया यार। सो ये बेनतियां आपां बड़ी सुचेतता दे नाल बड़े वधिया ढंग दे नाल अपने घर दे विचों सिखी नूं पैदा करिए, ते चढ़दी कला दे विच रहिए। भाई साहब भाई अमृतपाल सिंह जी ते उन्हां दे नाल डिब्रूगढ़ दे विच जिन्ने भी सिंह भूखड़ ताल ते ने, कोई अमृतसर जेल दे विच है, माता जी हुणी बैठे आ, होर मतावां होणा भूखड़ ताल रखी, सब की चढ़दी कला की अरदास भुल्लां चुक्कां की खिमा गज के फतेह बुलाओ, आखो वाहेगुरू जी का खालसा वाहेगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਚਮਕੌਰ ਸਿੰਘ ਜੀ, ਜਿਨ੍ਹਾਂ ਨੇ ਜ਼ੁਲਮ ਜ਼ਬਰ ਅਤਿਆਚਾਰ ਦੀ ਜੋ ਦਾਸਤਾਨ ਹੈ ਬੜੀ ਲੰਬੀ ਚੌੜੀ ਹੈ, ਇਸ ਦਾ ਵਿਸਥਾਰ ਤਾਂ ਇੰਨਾ ਕਹੇ ਭਾਵੇਂ ਇਹ 10 ਦਿਨ 20 ਦਿਨ ਵੀ ਬੋਲਦੇ ਰਹਿਣ, ਇਹ ਮੁੱਕਦੀ ਕਹਾਣੀ ਮੁੱਕਦੀ ਨਹੀਂ ਹੈ। ਸੋ ਇਹਨਾਂ ਦੀਆਂ ਗੱਲਾਂ ਵਿੱਚੋਂ ਮੈਨੂੰ ਵੀ ਗੱਲ ਯਾਦ ਆ ਗਈ ਵੀ ਐਵੇਂ ਲੱਗਦਾ ਜਿਵੇਂ ਜ਼ੁਲਮ ਅਤਿਆਚਾਰ ਦੀ ਇੰਤਹਾ ਹੋ ਗਈ, ਇਹਦੋਂ ਅੱਗੇ ਵੀ ਕੋਈ ਜ਼ੁਲਮ ਹੋ ਸਕਦਾ? ਆ ਪਿੱਛੇ ਜੇ ਬੜੀ ਵਾਇਰਲ ਜਿਹੜੀ ਇੱਕ ਪੋਸਟ ਹੋਈ ਸੀ, एक गुंडा जो BJP का नेता का कोई वड्डा गुंडा होगा, वो एक शूदर के मूँह से पेशाब कर रहे हैं, हाथ में सिगरट ला के, तुसी सारिआं नूं पता होगा आपां भुल जाने हैं, वो हाथ में सिगरट बीड़ी ला के ते मूँह के उत्ते एक शूदर के पेशाब कर रहा है। वो अपना मूँह इस करके नहीं पेशाब कर रहा क्योंकि उन्हें पता है कि मैं सवेरे मूँह हाथ अपना साबण ला के धो लवांगा, ये तो ठीक है, पर जे मैं मूँह इधर उधर कर लिया तो मेरी जान चल जानी है, तो इनू कख भी नहीं होना,
ਇੱਥੋਂ ਤੱਕ ਜਿਹੜਾ ਜ਼ੁਲਮ ਜ਼ਬਰ ਜਿਹੜਾ ਕਿ ਨਹੀਂ ਸਾਡੇ ਦੇਸ਼ ਵਿੱਚ ਗੁਰੂਆਂ ਪੀਰਾਂ ਦੀ ਪੀਰਾਂ ਪੈਗੰਬਰਾਂ ਦਾ ਦੇਸ਼ ਆਪਾਂ ਮੰਨਦੇ ਹਾਂ, ਇੱਥੋਂ ਤੱਕ ਜ਼ਬਰ ਜ਼ਬਰ ਹੋ ਰਿਹਾ ਹੈ। ਸੋ ਮੈਂ ਕਬੀਰ ਨੇ ਮੈਨੂੰ ਇੱਕ ਗੱਲ ਦੱਸੀ ਹੈ, ਭਾਈ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਜੋ ਘੱਟ ਗਿਣਤੀ ਕਮਿਸ਼ਨ ਦੇ ਜਿਹੜੇ ਕਿ ਨਹੀਂ ਚੇਅਰਮੈਨ ਨੇ, ਉਹ ਅੱਜ ਬੜੀ ਗੱਲ ਕਰ ਰਹੇ ਨੇ ਭਾਰਤ ਅਤੇ ਯੂਕਰੇਨ ਦੇ ਵਿੱਚ ਉੱਥੇ ਜਿਹੜਾ ਯੁੱਧ ਛਿੜ ਰਿਹਾ ਹੈ, ਉੱਥੋਂ ਘੱਟ ਗਿਣਤੀਆਂ ਦੇ ਜਿਹੜੇ ਘੱਟ ਗਿਣਤੀਆਂ ਦੇ ਲੋਕ ਨੇ ਉਹਨਾਂ ਨੂੰ ਕੱਢਣ ਵਾਸਤੇ ਉੱਥੋਂ ਜ਼ੋਰ ਪਾ ਰਹੇ ਨੇ। ਸੋ ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ, ਰੂਸ ਵਿੱਚੋਂ ਤੋਂ ਘੱਟ ਗਿਣਤੀਆਂ ਨੂੰ ਤੁਹਾਨੂੰ ਫਿਕਰ ਹੋ ਗਿਆ, ਚਲੋ ਇਹ ਵੀ ਬਣਦਾ ਹੈ, ਜ਼ਰੂਰੀ ਹੈ, ਪਰ ਇੱਥੇ ਘੱਟ ਗਿਣਤੀਆਂ ਨਾਲ ਜੋ ਕੁਝ ਅੱਜ ਸਾਡੇ ਨਾਲ ਹੋ ਰਿਹਾ ਹੈ, ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰ ਨਾਲ ਜੋ ਹੋ ਰਿਹਾ ਹੈ, ਭਾਈ ਅੰਮ੍ਰਿਤ ਸਿੰਘ ਦੇ ਜਿਹੜੇ ਨਾਲ ਦੇ ਸਾਥੀ ਸਨ ਉਹਨਾਂ ਦੇ ਪਰਿਵਾਰਾਂ ਨਾਲ, ਅਤੇ ਉਹਨਾਂ ਨਾਲ ਜੋ ਜ਼ਬਰ ਜ਼ੁਲਮ ਢਾਇਆ ਜਾ ਰਿਹਾ ਹੈ, ਕੀ ਗੱਲ ਇਹ ਤੁਹਾਨੂੰ ਯਾਦ ਨਹੀਂ? ਸਿੱਖ ਹੋਣ ਦੇ ਨਾਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਹੈ, ਜੇ ਤੁਹਾਨੂੰ ਰੂਸ ਦੇ ਘੱਟ ਗਿਣਤੀਆਂ ਦਾ ਫਿਕਰ ਹੈ ਤਾਂ ਇੱਧਰ ਵੀ ਕੋਈ ਫਿਕਰ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਥੋੜ੍ਹੀ ਚੰਦ ਮਿੰਟਾਂ ਵਾਸਤੇ, ਮੈਨੂੰ ਹੁਕਮ ਹੋਇਆ ਸੀ ਕਿ ਸਟੇਜ ਦੀ ਕਾਰਵਾਈ ਬੰਦ ਕਰਕੇ ਅਤੇ ਆਪਣਾ ਜਿਹੜੇ ਸਪੀਕਰ ਜਿਹੜੇ ਨਵੇਂ ਸਪੀਕਰ ਜਿਹੜੇ ਲਾ ਰਹੇ ਨੇ ਉਹਨਾਂ ਨੂੰ ਚਾਲੂ ਰੱਖਣਾ ਹੈ, ਚਾਲੂ ਕਰਨਾ ਹੈ। ਸੋ 2-4 ਮਿੰਟ ਵਾਸਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗੇ ਕਰ ਲਓ। ਇਸ ਤੋਂ ਬਾਅਦ ਭਾਈ ਅਮਰੀਕ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਾਂਗਾ। ਉਹ ਤੋਂ ਬਾਅਦ ਭਾਈ ਸੁਖਰਾਜ ਸਿੰਘ ਜੀ, ਉਹ ਤੋਂ ਬਾਅਦ ਭਾਈ ਬਾਬਾ ਬੋਤਾ ਸਿੰਘ ਜੀ ਦਮਦਮੀ ਟਕਸਾਲ ਵਾਲੇ ਫਗਵਾੜੇ ਤੋਂ, ਉਹਨਾਂ ਨੂੰ ਬੇਨਤੀ ਕਰਾਂਗੇ, ਉਹ ਆਪਣਾ ਟਾਈਮ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਅੱਜ ਅਸੀਂ ਜਿਸ ਮਕਸਦ ਲਈ, ਜਿਸ ਕਾਰਜ ਲਈ ਸੰਭੂ ਸੰਗਤ ਇਕੱਤਰ ਹੋ ਕੇ ਇਸ ਸਥਾਨ ਦੇ ਉੱਤੇ ਬੈਠੇ ਹਾਂ, ਸਾਡੇ ਸਾਰੇ ਲਗਭਗ ਪੰਜਾਬ 'ਚ ਨਹੀਂ, ਸਾਰੇ ਭਾਰਤ ਵਿੱਚ ਹਰ ਥਾਂ ਦੇ ਉੱਤੇ ਜਿੱਥੇ ਵੀ ਸਿੱਖਾਂ ਦੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਹਨ ਘੱਟ ਗਿਣਤੀ ਦੇ ਨਾਲ, ਉੱਥੇ ਜੇਕਰ ਸਾਡੇ ਸਿੱਖੀ ਲਹਿਰ ਦੇ ਵਿੱਚ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਗੂ ਪੰਥ ਦੀ ਇਕਾਗਰਤਾ ਦੀ ਗੱਲ ਕਰਦਾ ਤਾਂ ਸਰਕਾਰ ਜਿਹੜੀ ਹੈ ਉਹਨੂੰ ਵੀ ਆਪਣੇ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਕੇਸ ਦੇ ਵਿੱਚ ਫਸਾ ਕੇ ਉਹਨੂੰ ਵੀ ਕਿਸੇ ਨਾ ਕਿਸੇ, ਚਾਹੇ ਨਿਰਦੋਸ਼ ਸਿੱਖ ਨੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਉਲਝਾ ਕੇ ਰੱਖਦੀ ਹੈ। ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੁੰਦਾ ਕਿ ਜਦੋਂ ਸਾਡੇ ਗੁਰਸਿੱਖ ਵੀਰ ਜਿਨ੍ਹਾਂ ਨੇ ਅੱਜ ਜਿਵੇਂ ਪਿਛਲੇ ਸਾਲ ਦੀ ਗੱਲ ਹੈ, ਉਦੋਂ ਇੱਕ ਸਾਡੇ ਕੋਲੋਂ ਹਰ ਵਾਰ ਇੱਕ ਮਕਸਦ ਹੁੰਦਾ ਵੀ ਜਦੋਂ ਖਾਲਸਾ ਸਾਜਨਾ ਦਿਵਸ ਆਉਂਦਾ ਤਾਂ ਅਸੀਂ ਇਸ ਤਰ੍ਹਾਂ ਤਵੱਜੋ ਦੇਣੀ ਹੁੰਦੀ ਹੈ ਕਿ ਵੱਧ ਤੋਂ ਵੱਧ ਜਿਹੜੇ ਗੁਰਮੁਖ ਪਿਆਰੇ ਅੰਮ੍ਰਿਤ ਛਕਣ, ਸਿੰਘ ਸੱਜਣ। ਅੱਜ ਦੇਖਣ ਨੂੰ ਮਿਲਦਾ ਵੀ ਸਰਕਾਰ ਉੱਦਾਂ ਤਾਂ ਨਸ਼ੇ ਦੀ ਆਪਣੇ ਆਪ ਦੇ ਵਿੱਚ ਗੱਲਾਂ ਬਾਤਾਂ ਨਾਲ ਮੁਹਿੰਮ ਵਿੱਢਦੀ ਹੈ, ਪਰ ਆਪ ਹੀ ਇਸ ਨਸ਼ਾ ਵਰਤਾਉਂਦੀ ਹੈ। ਪਰ ਜਿੱਦਾਂ ਮੇਰੇ ਤੋਂ ਸਿਆਣੇ ਵੀਰ, ਮੈਂ ਉਹਨਾਂ ਦੇ ਕੋਲੋਂ, ਮੈਂ ਉਹਨਾਂ ਤੋਂ ਹੀ ਬੜਾ ਪ੍ਰਭਾਵਿਤ ਹੋਇਆ ਸੁਣ ਕੇ, ਉਹਨਾਂ ਦੀ ਤਕਰੀਰ ਬਹੁਤ ਵਧੀਆ ਸੀ। ਪਰ ਇਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਇਹ ਵਚਨ ਕਿਹਾ, ਸਾਨੂੰ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਹਰ ਥਾਵਾਂ ਦੇ ਉੱਤੇ ਹਰ ਗ੍ਰੰਥੀ ਸਿੰਘ ਦਾ, ਗੁਰੂ ਘਰ ਦਾ ਫਰਜ਼ ਬਣਦਾ ਵੀ ਤੁਸੀਂ ਜਿੱਥੇ ਜਿੱਥੇ ਵੀ ਬੈਠੇ ਹੋ, ਇੱਕ ਤਾਂ ਪੰਥਕ ਏਕਤਾ ਜ਼ਰੂਰੀ ਹੈ ਅਤੇ ਦੂਸਰਾ ਹੈ ਪੰਥ ਦਾ ਪ੍ਰਚਾਰ ਜ਼ਰੂਰੀ ਹੈ। ਜਿਹੜੇ ਵੀ ਵੀਰ ਮੇਰੇ ਅਜੇ ਤੱਕ ਜਾਂ ਪਤਤ ਦੇ ਜਾਂ ਸਿੱਖੀ ਤੋਂ ਵਾਂਝੇ ਨੇ, ਉਹ ਗੁਰਮਤ ਦੇ ਧਾਰਨੀ ਬਣੋ, ਅੰਮ੍ਰਿਤ ਛਕੋ, ਸਿੰਘ ਸੱਜੋ। ਇੱਕ ਪਾਸੇ ਸਾਡੇ ਪਰਿਵਾਰਾਂ, ਬਜ਼ੁਰਗ ਮਾਤਾਵਾਂ ਨੇ ਆਪਣੇ ਪੁੱਤਰਾਂ ਦੀ, ਜੋ ਪੰਥ ਦੀ ਅਗਵਾਈ ਕਰ ਰਹੇ ਸੀ, ਉਹਨਾਂ ਦੀ ਰਿਹਾਈ ਵਾਸਤੇ ਭੁੱਖ ਹੜਤਾਲ 'ਤੇ ਬੈਠੇ ਨੇ। ਦੂਸਰੇ ਪਾਸੇ ਸਾਨੂੰ ਜੇਕਰ ਆਪਾਂ ਭੁੱਖ ਹੜਤਾਲ ਇੱਕ ਨਿਰਣਾ ਸਾਡੇ ਵੱਲੋਂ ਭਾਵੇਂ ਲਿਆ ਗਿਆ, ਆਪਾਂ ਇਹਦੇ ਆਪਾਂ ਕਿੰਨਾ ਕੁ ਚਿਰ ਰਹਿ ਸਕਦੇ ਹਾਂ ਭੁੱਖ ਦੇ ਆਸਰੇ 'ਤੇ? ਇਸ ਕਰਕੇ ਇਹ ਗੱਲ ਦੇਖਣ ਦੀ ਵਾਲੀ ਹੈ ਵੀ ਸਾਡੀ ਗਿਣਤੀ ਜਿਹੜੀ ਹੈ ਉਹਨੂੰ ਵਧਾਉਣ ਲਈ ਵਾਸਤੇ ਜਾਂ ਪੰਥਕ ਏਕਤਾ ਵਾਸਤੇ ਕੀ ਯਤਨ ਕਰਨੇ ਚਾਹੀਦੇ ਨੇ। ਜਿਸ ਤਰ੍ਹਾਂ ਅੱਜ ਸਿੱਖ ਦੀ ਜਿਹੜੀ ਹਾਲਾਤ ਹੈ ਉਹ ਦੇਖਿਆ ਜਾਏ ਤਾਂ ਵੱਖ ਵੱਖ ਥਾਵਾਂ 'ਤੇ, ਥਾਂ ਥਾਂ 'ਤੇ ਮੋਰਚੇ ਲੱਗੇ। ਇੱਕ ਤਾਂ ਸਾਡੇ ਨਜ਼ਦੀਕ ਹੀ ਲੱਗਾ, ਇੱਕ ਥਾਂ ਥਾਂ ਦੇ ਉੱਤੇ ਹੈ ਤਾਂ ਸਾਰੇ ਸਿੱਖ ਭਾਈ ਹੈ। ਤਾਂ ਸਾਨੂੰ ਚਾਹੀਦਾ ਵੀ ਜਿਹੜੇ ਪੰਜਾਬ ਦੇ ਮਸਲੇ ਆ ਉਹਨਾਂ ਨੂੰ ਇੱਕ ਥਾਂ 'ਤੇ ਇਕੱਠੇ ਕਰਕੇ ਅਤੇ ਇੱਕੇ ਆਵਾਜ਼ ਦੇ ਵਿੱਚ ਪਤਾ ਲੱਗ ਗਿਆ ਵੀ ਇਹ ਇੱਕ ਪੰਜਾਬ ਦਾ ਸਿਲੇਬਸ ਬਣ ਜਾਣਾ, ਵੀ ਜਦੋਂ ਵੀ ਆਵਾਜ਼ ਉੱਠੇ ਉਦੋਂ ਪੰਥਕ ਏਕਤਾ ਦੀ ਗੱਲ ਹੋਵੇ। ਤਾਂ ਇਸ ਵਾਸਤੇ ਜਿਹੜਾ ਭਾਈ ਸਾਹਿਬ ਜੀ ਨੇ ਉਦਮ ਉਪਰਾਲਾ ਕੀਤਾ ਸੀ ਉਹਦੇ ਵਿੱਚ ਸਾਨੂੰ ਪੰਥਕ ਤੌਰ 'ਤੇ ਵੱਡੀ ਜਿਹੜੀ ਕਾਮਯਾਬੀ ਇਹ ਮਿਲੀ ਸੀ
ਤੇ ਮੇਰੇ ਆਪਣੀ ਨਿਗਾਹ ਵਿੱਚ ਕਈ ਐਸੇ ਨੌਜਵਾਨ ਸੀ ਜਿਹੜੇ ਪਤਿਤ ਸਨ ਉਹਨਾਂ ਦੀ ਸਪੀਚ ਸੁਣ ਕੇ ਸੰਗਤ ਕਰਕੇ ਇਹਨੇ ਗੱਲ ਮੈਂ ਕਹਿੰਦਾ ਵੀ ਪਹਿਲਾਂ ਨਹੀਂ ਸੀ ਅੰਮ੍ਰਿਤ ਦੇ ਨਾਲ ਜੁੜੇ ਹੋਏ ਪ੍ਰਾਣੀ ਪਰ ਉਹਨਾਂ ਦਾ ਜਿਹਨੂੰ ਨੌਜਵਾਨੀ ਦੀ ਅਗਵਾਈ ਕਰਨ ਵਾਸਤੇ ਸਾਨੂੰ ਜਿਹੜੇ ਐਸੇ ਮਹਾਨ ਆਗੂ ਮਿਲ ਗਏ ਸੀ ਜਿਨ੍ਹਾਂ ਦੇ ਬਚਨਾਂ ਦੇ ਉੱਤੇ ਕਈਆਂ ਨੇ ਕਈ ਐਸੇ ਪਰਿਵਾਰ ਸੀ ਜਿਨ੍ਹਾਂ ਦੀ ਆਪਸ ਵਿੱਚ ਰੋਜ਼ ਮੈਂ ਦੇਖਿਆ ਤਣ ਬਣ ਰਹਿੰਦੀ ਸੀ ਵੀ ਸਾਡਾ ਪੁੱਤ ਨਸ਼ਾ ਬੜਾ ਕਰਦਾ ਮਾਪੇ ਪਰੇਸ਼ਾਨ ਸੀ ਉਹਨਾਂ ਨੂੰ ਕਿਸੇ ਹੋਰ ਨੇ ਨਹੀਂ ਸਮਝਾਇਆ ਪਰ ਉਹ ਚੰਗੀ ਵਾਰਤਾ ਤਕਰੀਰ ਸੁਣ ਕੇ ਸਮਝ ਗਏ ਤਾਂ ਬਾਅਦ ਵਿੱਚ ਉਹਨਾਂ ਨੇ ਕਿਹਾ ਭਾਈ ਸਾਹਿਬ ਜੀ ਸਾਡਾ ਤਾਂ ਪੁੱਤਰ ਜਿਹੜਾ ਉਹ ਸਿੱਖੀ ਵਾਲੇ ਪਾਸੇ ਮੁੜ ਗਿਆ ਮੈਂ ਭਾਅ ਕੀ ਹੋਇਆ ਤਾਂ ਉਹ ਕਹਿੰਦੇ ਵੀ ਭਾਈ ਇਹਦਾ ਸਪੀਚ ਸੁਣ ਕੇ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਸਪੀਚ ਸੁਣ ਕੇ ਉਹ ਗੁਰਸਿੱਖੀ ਦੇ ਨਾਲ ਜੁੜਿਆ ਤਾਂ ਇਸ ਤਰ੍ਹਾਂ ਖੁਸ਼ੀ ਹੁੰਦੀ ਹੈ ਵੀ ਜਦੋਂ ਅਸੀਂ ਦੇਖੋ ਅੱਜ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਉਹਦੇ ਵਿੱਚ ਜ਼ਿਕਰ ਆਇਆ ਕਿ ਜਿਸ ਤਰ੍ਹਾਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪਹੁਲ 1699 ਈਸਵੀ ਨੂੰ ਉਹਨਾਂ ਨੇ ਸੰਗਤ ਦੇ ਵਿੱਚੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਲਖਾਰੀ ਨੇ ਲਿਖਿਆ ਵੀ ਜਿਹੜਾ ਬਾਟਾ ਹੈ ਉਹ ਸਿੱਖ ਦਾ ਹਿਰਦਾ ਹੈ ਉਹਦੇ ਵਿੱਚ ਜਿਹੜਾ ਜਲ ਹੈ ਅਤੇ ਬਾਣੀ ਹੈ ਉਹ ਸਿੱਖ ਦੇ ਸੰਸਕਾਰ ਹਨ ਤਾਂ ਜਿਹੜੀ ਸਿੱਖ ਦੀ ਰਹਿਤ ਮਰਜ਼ਾਦਾ ਦੇ ਮੁਤਾਬਕ ਉਹਦੇ ਪੰਜ ਕਕਾਰ ਹੈ ਉਹਨਾਂ ਦੇ ਸਾਨੂੰ ਧਾਰਨੀ ਬਣਨਾ ਚਾਹੀਦਾ ਅਸੀਂ ਵੀ ਪੰਥ ਦੇ ਵਿੱਚ ਇੱਕ ਅੰਗ ਹਮਦਰਦੀ ਰੱਖਦੇ ਹੋਏ ਇਸ ਮੋਰਚੇ ਦੇ ਵਿੱਚ ਆਈਦਾ ਅਤੇ ਸਿੰਘਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰੀਦੀ ਹੈ ਭਾਈ ਸਾਹਿਬ ਜੀ ਨੇ ਕਿਹਾ ਵੀ ਤੁਸੀਂ ਦੋਰ ਥੋੜ੍ਹਾ ਸਮਾਂ ਤੁਸੀਂ ਵੀ ਜੇ ਲਾਉਣਾ ਤਾਂ ਹਿੰਮਤ ਤਾਂ ਹੁੰਦੀ ਹੈ ਵੀ ਆਪਾਂ ਵੀ ਕੋਈ ਪਰ ਸਾਡੇ ਤੋਂ ਕਈ ਸੁਚੱਜੇ ਵਿਦਵਾਨ ਜਿਹੜੇ ਨੇ ਬੈਠੇ ਨੇ ਅਤੇ ਜੋ ਵੀ ਉਹ ਪੰਥ ਦੇ ਵਾਸਤੇ ਜਾਂ ਪੰਥ ਦੀ ਏਕਤਾ ਵਾਸਤੇ ਹੁਕਮ ਲਾਉਣਗੇ ਮੈਂ ਵੀਰ ਜੀ ਹੁਣਾਂ ਨੂੰ ਉੱਦਾਂ ਬੇਨਤੀ ਕਰ ਰਿਹਾ ਸੀ ਵੀ ਜਿਵੇਂ ਸਾਡੇ ਕੋਲੋਂ ਹੋਰ ਵੀ ਜਿੰਨੇ ਵੀਰ ਜਾਂ ਪੰਥਕ ਜਥੇਬੰਦੀਆਂ ਨੇ ਅਸੀਂ ਵੀ ਆਪਣੇ ਤੌਰ ਕਹਿੰਦੇ ਰਹਿੰਦੇ ਹਾਂ ਤਾਂ ਉੱਧਰੋਂ ਅਸੀਂ ਗੁਰਦੁਆਰਾ ਪਿਪਲੀ ਸਾਹਿਬ ਵਾਲੇ ਪਾਸੇ ਤੋਂ ਸੰਗਤ ਨੂੰ ਬੇਨਤੀ ਕਰੀਦੀ ਹੈ ਭਾਈ ਤੁਸੀਂ ਵੀ ਉੱਥੇ ਹਾਜ਼ਰੀ ਭਰ ਕੇ ਆਇਆ ਕਰੋ ਸਮੇਂ ਸਮੇਂ ਮੁਤਾਬਕ ਆਪਣੇ ਕਾਰਜ ਵੀ ਕਰੋ ਪਰ ਇਸ ਦੇ ਨਾਲ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਮੋਰਚੇ ਵਿੱਚ ਜੂਝ ਰਹੇ ਹਾਂ ਉੱਥੇ ਵੱਧ ਤੋਂ ਵੱਧ ਇਹ ਪ੍ਰਚਾਰ ਵੀ ਪਿੰਡਾਂ ਤੱਕ ਪਹੁੰਚਾਓ ਕਿ ਜਿਹੜੇ ਪਤਿਤ ਨੌਜਵਾਨ ਨੇ ਜਿਹੜੀ ਸਾਡੇ ਵੀਰਾਂ ਦੀ ਮਨਸ਼ਾ ਸੀ ਕਿ ਵੱਧ ਤੋਂ ਵੱਧ ਗੁਰਸਿੱਖੀ ਵਧੇ ਫੈਲੇ ਜਿਸ ਤਰ੍ਹਾਂ ਵੀਰ ਜੀ ਹੁਣਾਂ ਨੇ ਇਹੋ ਜਿਹੇ ਨੁਕਤੇ ਵੀ ਦੱਸੇ ਆ ਵੀ ਸਾਡੀ ਭਾਸ਼ਾ ਵੀ ਖੋਈ ਜਾ ਰਹੀ ਹੈ ਸਾਡੇ ਕੋਲ ਸਕੂਲਾਂ ਦੇ ਵਿੱਚ ਵੀ ਸਾਡੇ ਜਿਹੜੇ ਸੰਸਕਾਰ ਹਨਨ ਕੀਤੇ ਜਾ ਰਹੇ ਨੇ ਇਹਨਾਂ ਤੋਂ ਸੁਚੇਤ ਹੋਵੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਇੱਕ ਇਹ ਬੇਨਤੀ ਵੀ ਆ ਵੀ ਭਾਈ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਸਾਡਾ ਬੱਚਾ ਕੋਈ ਬਾਰ੍ਹਵੀਂ ਪੜ੍ਹ ਜਾਂਦਾ ਤਾਂ ਉਹ ਕਹਿੰਦਾ ਵੀ ਮੈਂ ਆਈਲੈਟਸ ਬੜੀ ਵੱਡੀ ਡਿਗਰੀ ਹੈ ਬਾਹਰ ਜਾ ਕੇ ਰਹਿਣਾ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਬਾਹਰ ਨਹੀਂ ਜਾਓ ਇੱਥੇ ਰਹਿ ਕੇ ਇਸ ਧਰਤੀ ਦੇ ਉੱਤੇ ਵੱਧ ਤੋਂ ਵੱਧ ਵਿੱਦਿਆ ਪ੍ਰਾਪਤ ਇਹੋ ਜਿਹੀ ਤੁਹਾਨੂੰ ਨਾ ਧਰਤੀ ਮਿਲਣੀ ਹੈ ਨਾ ਵਿਰਸਾ ਮਿਲਣਾ ਉੱਥੇ ਜਾ ਕੇ ਤੁਸੀਂ ਉੱਥੇ ਦੇ ਮਾਲਕ ਨਹੀਂ ਬਣ ਜਾਣਾ ਹੈ ਇਸ ਵਾਸਤੇ ਇਹ ਗੱਲਾਂ ਜਿਹੜੀਆਂ ਸਿੱਖੀ ਵਿਰਸੇ ਨਾਲ ਜੁੜੀਆਂ ਹੋਈਆਂ ਜਦੋਂ ਵੀ ਕੋਈ ਪ੍ਰਾਣੀ ਕਰਦਾ ਤਾਂ ਸਰਕਾਰਾਂ ਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਉਹਨਾਂ ਦੇ ਸਾਹਮਣੇ ਆਉਂਦੀ ਹੈ ਵੀ ਸਾਡੇ ਵਰਗੇ ਜਿਹੜੇ ਨਸ਼ਈ ਵਿਸ਼ਈ ਲੋਕ ਆ ਫਿਰ ਸਾਨੂੰ ਤਾਂ ਕਿਸੇ ਨੇ ਪੁੱਛਣਾ ਤੱਕ ਨਹੀਂ ਕਦੀ ਵੀ ਕਿਸੇ ਸਿੱਖ ਨੇ ਜਿਹਨੇ ਅੰਮ੍ਰਿਤ ਛਕਿਆ ਪੰਜ ਕਕਾਰਾਂ ਦਾ ਧਾਰਨੀ ਹੈ ਕਦੇ ਉਹਨੇ ਸਰਕਾਰ ਦੇ ਅੱਗੋਂ ਬੇਨਤੀਆਂ ਕੀਤੀਆਂ ਹੋਣ ਵੀ ਮੇਰੀ ਜਾਨ ਮਾਲ ਨੂੰ ਇੰਨਾ ਖਤਰਾ ਮੈਨੂੰ ਸਿਕਿਉਰਟੀਆਂ ਚਾਹੀਦੀਆਂ ਵੀ ਮੈਨੂੰ ਕਈ 10 ਵੀ ਜਿਹੜੇ ਨੇ ਸਹਾਇਕ ਗਨਮੈਨ ਦਿਓ ਸਿੱਖ ਜਿਹੜਾ ਹੈ ਦਸ਼ਮੇਸ਼ ਪਿਤਾ ਮਹਾਰਾਜ ਨੇ ਆਪਣੇ ਆਪ 'ਤੇ ਸੁਤੰਤਰ ਅਤੇ ਆਪਣੇ ਆਪ 'ਤੇ ਮਹਾਰਾਜ ਜੀ ਨੇ ਉਹਨੂੰ ਵਿਲੱਖਣ ਬਣਾਇਆ ਸਿੱਖ ਕਿਰਤ ਵੀ ਆਪ ਕਰਦਾ ਆਪਦੀ ਰੱਖਿਆ ਵੀ ਆਪ ਕਰਦਾ ਪਰਮਾਤਮਾ ਦੇ ਨਾਮ ਨਾਲ ਜੁੜਦਾ ਅਤੇ ਵੰਡ ਕੇ ਛਕਦਾ ਇਸ ਵਾਸਤੇ ਕਈ ਵਾਰ ਸਰਕਾਰਾਂ ਨੂੰ ਇਹ ਦੇਖਣ ਨੂੰ ਮਿਲਦਾ ਵੀ ਜਦੋਂ ਬਹੁਤੀਆਂ ਕਈ ਰਿਆਤਾਂ ਦਿੰਦੀਆਂ ਅਤੇ ਪ੍ਰਵਾਸੀ ਲੋਕ ਇੱਧਰ ਨੂੰ ਮੂੰਹ ਕਰ ਰਹੇ ਆ ਅਤੇ ਸਾਡੇ ਵਾਲੇ ਜਿਹੜੇ ਆ ਉਹ ਵਿਦੇਸ਼ਾਂ ਨੂੰ ਜਾ ਰਹੇ ਇਸ ਵਾਸਤੇ ਸਾਰੀਆਂ ਸੰਗਤਾਂ ਦਾ ਗੁਰਮੁਖਾਂ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਕਿਰਪਾ ਕਰਨ ਮੋਰਚੇ ਦੀ ਚੜ੍ਹਦੀ ਕਲਾ ਹੋਵੇ ਜਿਹੜੇ ਸਿੰਘ ਨੇ ਉਹਨਾਂ ਦੀ ਆਪਾਂ ਤਾਂ ਇਹ ਵੀ ਨਹੀਂ ਮੰਗ ਕਰਦੇ ਵੀ ਉਹ ਇਹ ਜ਼ਰੂਰੀ ਵੀ ਉਹਨਾਂ ਨੂੰ ਇੱਥੇ ਹੀ ਲਿਆਂਦਾ ਜਾਵੇ ਉਹਨਾਂ ਨੂੰ ਆਜ਼ਾਦ ਕੀਤਾ ਜਾਵੇ ਉਹਨਾਂ ਨੇ ਬਲਕਿ ਇੱਥੋਂ ਦੀ ਸੱਭਿਅਤਾ ਦੇ ਵਿੱਚ ਬਾਹਰੋਂ ਆ ਕੇ ਵੱਡੇ ਹਿੱਸੇ ਹੀ ਪਾਏ ਨੇ ਅਤੇ ਕੌਮ ਨੂੰ ਜਾਗਰਤ ਵੀ ਕੀਤਾ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਕੰਮ ਉਹਨਾਂ ਨੇ ਆਪਣੇ ਹੱਥੀਂ ਕੀਤਾ ਵੀ ਨਸ਼ੇ ਜਿਹੜੇ ਸਰਕਾਰਾਂ ਨੇ ਵਾਅਦਾ ਕੀਤਾ ਸੀ ਇੰਨੇ ਚਿਰ ਦੇ ਵਿੱਚ ਕਾਬੂ 'ਚ ਕਰਾਂਗੇ ਪਰ ਨਹੀਂ ਹੋ ਪਾਏ ਉਹਨਾਂ ਦੇ ਕੋਲੋਂ ਸਰਕਾਰਾਂ ਇਸ ਪੱਖ ਦੇ ਵਿੱਚ ਪਛੜੀਆਂ ਵੀ ਆ ਇੱਕ ਤਾਂ ਇਹ ਨਹੀਂ ਸਮਝ ਪੈਂਦਾ ਕਈ ਵਾਰੀ
ਤੇ ਆਪਾਂ ਤਾਂ ਚਲੋ ਸਪੀਕਰ ਲਾ ਕੇ ਜਾਂ ਕਿਸੇ ਤਰ੍ਹਾਂ ਸਰਕਾਰ ਦੇ ਕੋਲ ਆਵਾਜ਼ ਪਹੁੰਚਾਉਣੀ ਹੁੰਦੀ, ਪਰ ਸਰਕਾਰ ਕੋਲ ਕਿਹੜੀਆਂ ਚੀਜ਼ਾਂ ਦਾ ਘਾਟਾ ਹੁੰਦਾ? ਸਰਕਾਰ ਨਾਲ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਸਕਰੀਨ ਲਾਈ ਪਈ ਆ ਵੀ ਸਾਡੀ ਅਸੀਂ ਕੀ ਦਿੱਤਾ, ਲੋਕਾਂ ਨੂੰ ਪਤਾ ਹੀ ਹੈ ਕੀ ਦਿੱਤਾ, ਕਿਹੜਾ ਵਿਅਕਤੀ ਅਣਜਾਣ ਹੈ। ਹਰ ਕੇਵਰ ਐਸ ਜੀ ਪੀ ਸੀ ਜੀ ਨੇ ਸਾਹਮਣੇ ਵੀ ਕਿ ਇਹ ਤਾਂ ਗੁਰਬਾਣੀ ਦੇ ਵਾਤਾਵਰਨ ਦਾ ਮਾਹੌਲ ਦਾ ਇਹ ਸਥਾਨ ਹੈ, ਇਹ ਰਾਜਨੀਤਿਕ ਸਥਾਨ ਨਹੀਂ ਹੈ। ਇੱਥੇ ਤਾਂ ਚਲੋ ਮਹਾਰਾਜ ਕਿਰਪਾ ਕਰੇ ਵੀ ਗੁਰੂ ਰਾਮਦਾਸ ਜੀ ਦੇ ਦਰ 'ਤੇ ਜੋ ਵੀ ਪ੍ਰਾਣੀ ਆਉਂਦਾ ਖਾਲੀ ਨਹੀਂ ਜਾਂਦਾ। ਇਹਦੇ ਤੋਂ ਵੱਡੀ ਸਰਕਾਰ ਕਿਹੜੀ ਹੋ ਸਕਦੀ ਹੈ ਜਿਹੜੇ ਸਾਰੇ ਵਿਸ਼ਵ ਬ੍ਰਹਿਮੰਡ ਨੂੰ ਜਿਹੜੀ ਹੈ ਹੈਂਡਲ ਕਰਦੀ ਹੈ। ਸਾਰਿਆਂ ਦਾ ਗੁਰਮੁਖਾਂ ਪਿਆਰਿਆਂ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ, ਬਿਲ ਕਰਕੇ ਫਤਿਹ ਦੀ ਸਾਂਝ ਕਰੋ ਭਾਈ ਸਾਹਿਬ ਦੇ ਪਾਸੋਂ, ਅਗਲੀ ਕਾਰਵਾਈ ਸੁਣ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਸਾਨੂੰ ਬੜਾ ਮਾਣ ਹੈ, ਸਾਡੇ ਨਾਮਵਰ ਹਸਤੀ ਬਾਬਾ ਬਲਜਿੰਦਰ ਸਿੰਘ ਜੀ ਪਰਵਾਨਾ, ਨਾਂ ਤਾਂ ਭਾਵੇਂ ਉਹਨਾਂ ਦਾ ਪਰਵਾਨਾ ਹੈ ਪਰ ਅਸੀਂ ਉਹਨਾਂ ਨੂੰ ਬਹੁਤ ਸੁਣਦੇ ਹਾਂ। ਸਾਨੂੰ ਪਤਾ ਵੀ ਕੌਮੀ ਪਰਵਾਨੇ ਨੇ, ਉਹ ਕੌਮੀ ਯੋਧੇ ਨੇ। ਉਹਨਾਂ ਦਾ ਉਹਨਾਂ ਦੇ ਬਾਰੇ ਆਪਾਂ ਕੋਈ ਜੇ ਉਹਨਾਂ ਦੀ ਸਿਫਤ ਸਲੋਤਾ ਕਰੀਏ ਤਾਂ ਸ਼ਬਦਾਂ ਨਾਲ ਮੇਰੇ ਕੋਲ ਤਾਂ ਹੋ ਨਹੀਂ ਸਕਦੀ। ਸਾਰਾ ਜੀਵਨ ਉਹਨਾਂ ਨੇ ਆਪਾਂ ਕੌਮ ਦੇ ਲਿਖੇ ਉਹਨਾਂ ਨੇ ਆਪਣਾ ਲਾਇਆ ਹੋਇਆ ਹੈ, ਉਹ ਵੀ ਆਏ ਨੇ, ਉਹਨਾਂ ਦਾ ਸਵਾਗਤ ਵੀ ਅਤੇ ਉਹਨਾਂ ਨੂੰ ਟਾਈਮ ਵੀ ਬਾਅਦ 'ਚ ਦਿੱਤਾ ਜਾਏਗਾ। ਪਰਮਜੀਤ ਸਿੰਘ ਜੀ ਅਕਾਲੀ, ਉਹਨਾਂ ਤੋਂ ਹੁਕਮ ਹੋਇਆ ਹੈ ਪ੍ਰਬੰਧਕਾਂ ਵੱਲੋਂ ਵੀ ਉਹਨਾਂ ਨੇ ਸਿਰਫ 2 ਮਿੰਟ ਵਾਸਤੇ ਹਾਜ਼ਰੀ ਲਵਾਉਣੀ ਹੈ, ਫਤਿਹ ਦੀ ਸਾਂਝ ਪਾਉਣੀ ਹੈ। ਉਹਨਾਂ ਨੂੰ ਮੈਂ ਕਹਾਂਗਾ ਵੀ ਆਣ ਕੇ ਫਤਿਹ ਦੀ ਸਾਂਝ ਪਾਉਣ, ਸੰਗਤਾਂ ਨੂੰ ਦਰਸ਼ਨ ਦੇਣ ਕੇ ਨਿਹਾਲ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪ ਸੰਗਤਾਂ ਜਾਣਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਡਿਬੜੂਗੜ੍ਹ ਵਿਖੇ ਬੰਦ ਸਾਡੇ ਸਿੰਘਾਂ ਦੇ ਵਾਸਤੇ ਜਿਹੜਾ ਮੋਰਚਾ ਲੱਗਿਆ ਹੋਇਆ, ਅੱਜ ਮੋਰਚੇ ਦਾ 18ਵਾਂ ਦਿਨ ਹੈ ਜੀ। ਮੋਰਚੇ ਦੇ 18ਵੇਂ ਦਿਨ ਦੇ ਨਾਲ ਨਾਲ ਹੀ ਜਿਹੜੀ ਸਾਡੇ ਇੱਥੇ ਪਰਿਵਾਰਾਂ ਦੀ ਹਾਲਤ ਆ ਉਹ ਆਪ ਸੰਗਤਾਂ ਦੇ ਸਨਮੁੱਖ ਆ, ਇੰਟਰਨੈੱਟ ਰਾਹੀਂ ਸੰਗਤਾਂ ਤੱਕ ਪਹੁੰਚ ਰਹੀ ਆ, ਦੇਸ਼ਾਂ ਤੱਕ ਕਿ ਮਾਤਾ ਜੀ ਦੀ ਸਰੀਰਕ ਹਾਲਤ ਜਾਂ ਬਾਪੂ ਜੀ ਦੀ ਜਿਹੜੀ ਸਰੀਰਕ ਹਾਲਤ ਆ, ਬਾਕੀ ਪਰਿਵਾਰਾਂ ਦੀ ਹਾਲਤ ਆ ਉਹ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ। ਦੂਸਰੀ ਬੇਨਤੀ ਹੈ ਕਿ ਡਿਬੜੂਗੜ੍ਹ ਵਿਖੇ ਜਿਹੜੇ ਸਾਡੇ ਸਿੰਘ ਨੇ ਉਹਨਾਂ ਦੇ ਵਿੱਚੋਂ ਭਾਈ ਬਸੰਤ ਸਿੰਘ ਦੀ ਸਰੀਰਕ ਹਾਲਤ ਇੰਨੀ ਜ਼ਿਆਦਾ ਨਾਜੁਕ ਆ ਕਿ ਉਹਨਾਂ ਦੀ ਜਿਹੜੀਆਂ ਕਿਡਨੀਆਂ ਨੇ ਉਹ ਪੂਰਾ ਫੰਕਸ਼ਨ ਨਹੀਂ ਕਰ ਰਹੀਆਂ, ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀਆਂ। ਅਤੇ ਬਾਕੀ ਦੇ ਜਿੰਨੇ ਵੀ ਸਿੰਘ ਨੇ ਵਿਦ ਭਾਈ ਅੰਮ੍ਰਿਤਪਾਲ ਸਿੰਘ, ਜ਼ਿਆਦਾ ਕਮਜ਼ੋਰੀ ਹੋਣ ਕਰਕੇ ਸਰੀਰਕ ਹਾਲਾਤ ਜਿਹੜੇ ਨੇ ਉਹ ਉਹਨਾਂ ਦੇ ਬਹੁਤ ਜ਼ਿਆਦਾ ਵੀਕ ਨੇ। ਉਹਦੇ ਬਾਵਜੂਦ ਜਿਹੜੀਆਂ ਸਰਕਾਰਾਂ ਨੇ, ਭਾਵੇਂ ਉਹ ਪੰਜਾਬ ਦੀ ਸਰਕਾਰ ਆ ਭਾਵੇਂ ਸੈਂਟਰ ਦੀਆਂ ਏਜੰਸੀਆਂ ਨੇ, ਉਹਨਾਂ ਦੇ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਰਿਐਕਸ਼ਨ ਨਹੀਂ ਹੈਗਾ ਉਹਨਾਂ ਦੇ ਵੱਲੋਂ, ਕਿਸੇ ਵੀ ਤਰ੍ਹਾਂ ਦਾ ਕੋਈ ਹਜੇ ਤੱਕ ਪਰਿਵਾਰ ਤੱਕ ਜਾਂ ਮੋਰਚੇ ਤੱਕ ਸੁਨੇਹਾ ਨਹੀਂ ਆਇਆ ਕਿ ਇਹਦਾ ਕੋਈ ਹੱਲ ਕੀਤਾ ਜਾਵੇ। ਅੱਜ ਜਿਹੜੇ ਪਰਿਵਾਰ ਨੇ ਉਹ ਡਿਬੜੂਗੜ੍ਹ ਵਿਖੇ ਸਿੰਘਾਂ ਨੂੰ ਮਿਲਣ ਗਏ ਨੇ, ਤਕਰੀਬਨ 5 ਪਰਿਵਾਰਾਂ ਸਿੰਘਾਂ ਦੇ ਪਰਿਵਾਰ ਮਿਲਣ ਗਏ ਨੇ, ਕਿਉਂਕਿ ਉੱਥੋਂ ਦੇ ਹਾਲਾਤ ਨਹੀਂ ਪਤਾ ਲੱਗ ਰਹੇ। ਸਰਕਾਰਾਂ ਦੀ ਜਿਹੜੀ ਫੋਨ ਦੀ ਸੁਵਿਧਾ ਉਹ ਬੰਦ ਕੀਤੀ ਹੋਈ ਆ, ਜਿਹੜੀ ਹੋਰ ਕੋਈ ਮਾੜੀ ਮੋਟ ਸੁਵਿਧਾ ਪਾਣੀ ਵਗੈਰਾ ਦੀ ਅਸੀਂ ਸਿੰਘਾਂ ਨੂੰ ਮਿਲਦੀ ਸੀ ਬਾਹਰੋਂ ਉਹ ਵੀ ਬੰਦ ਕਰ ਦਿੱਤੀ ਆ। ਹੁਣ ਉੱਥੋਂ ਸਿੰਘਾਂ ਦੇ ਹਾਲਾਤ ਕੀ ਨੇ, ਕਿਸ ਹਾਲਾਤ ਵਿੱਚ ਨੇ, ਕੀ ਉਹਨਾਂ ਨੂੰ ਕੋਈ ਫੋਰਸ ਫੀਡ ਤਾਂ ਨਹੀਂ ਕਰ ਰਿਹਾ, ਕਿਸੇ ਤਰ੍ਹਾਂ ਦਾ ਕੋਈ ਧੱਕਾ ਤਾਂ ਨਹੀਂ ਕੀਤਾ ਜਾ ਰਿਹਾ, ਇਹ ਕੁਛ ਵੀ ਨਹੀਂ ਪਤਾ। ਸੋ ਅੱਜ ਪਰਿਵਾਰ ਗਏ ਨੇ, ਇੱਕ ਦਿਨ 'ਚ ਉਹਨਾਂ ਨੇ ਪਰਿਵਾਰ ਨੇ ਪਹੁੰਚਣਾ, ਉਸ ਤੋਂ ਬਾਅਦ ਜਿਹੜੇ ਮੌਕੇ ਦੇ ਹਾਲਾਤ ਨੇ ਉਹ ਪਤਾ ਲੱਗਣੇ ਨੇ। 13 ਤਰੀਕ ਤੱਕ ਦਾ ਅਲਟੀਮੇਟਮ ਜਿਹੜਾ ਵਾ ਉਹ ਕਮੇਟੀ ਵੱਲੋਂ ਦਿੱਤਾ ਹੋਇਆ ਵਾ, ਅਤੇ 14 ਤਰੀਕ ਨੂੰ ਕਮੇਟੀ ਜਿਹੜੀ ਆ ਉਹਨੇ ਅਗਲਾ ਫੈਸਲਾ ਜਿਹੜਾ ਉਹ ਸੁਣਾਉਣਾ। ਸੰਗਤਾਂ ਦੇ ਵਿਚਾਰਨਾਂ 'ਚ ਬੇਨਤੀ ਹੈ ਕਿ ਆਪਾਂ ਇਸ ਤਰ੍ਹਾਂ ਢਿੱਲ ਮੱਠ ਨਾ ਵਰਤਾਈਏ, ਜੇ ਅੱਜ ਆਪਾਂ ਨਹੀਂ ਖੜ੍ਹਦੇ ਹੁਣ 14 ਤਰੀਕ ਨੂੰ ਅਲਟੀਮੇਟਮ ਦਾ ਸਮਾਂ ਖਤਮ ਹੋ ਜਾਣਾ, ਅਤੇ ਉਸ ਦਿਨ ਆਪਣਾ ਫਰਜ਼ ਬਣਦਾ ਵੀ 14 ਵਾਲੇ ਦਿਨ ਘੱਟੋ ਘੱਟ ਆਪਾਂ ਇੱਥੇ ਵੱਡੀ ਗਿਣਤੀ 'ਚ ਹਾਜ਼ਰ ਹੋਈਏ, ਤਾਂ ਕਿ ਜਿਹੜਾ ਪ੍ਰੋਗਰਾਮ ਮੋਰਚੇ ਨੂੰ ਦਿੱਤਾ ਜਾਊਗਾ ਆਪਾਂ ਸਾਰੇ ਉਸ ਮੋਰਚੇ ਦੇ ਦਿੱਤੇ ਹੋਏ ਪ੍ਰੋਗਰਾਮ ਨੂੰ ਸਫਲ ਕਰਨਾ ਅਤੇ ਰਲ ਮਿਲ ਕੇ ਕਰਾਂਗੇ ਅਤੇ ਗੱਲ ਬਣਨੀ ਆ, ਨਹੀਂ ਤਾਂ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਬੱਤਰ ਨੇ। ਦੱਸਣ ਦੀ ਗੱਲ ਵਾਰ ਵਾਰ ਤੁਹਾਨੂੰ ਕੁਝ ਜ਼ਿਆਦਾ ਨਹੀਂ ਪਤਾ ਲੱਗਣੀ ਵੀ ਸਰਿੰਗਾਂ ਦੀ ਸਰੀਰਕ ਹਾਲਤ ਕਿੱਦਾਂ ਦੇ ਨੇ ਅਤੇ ਇੱਥੇ ਪਰਿਵਾਰਾਂ ਦੇ ਹਾਲਾਤ ਕਿੱਦਾਂ ਦੇ ਨੇ। ਸੋ ਬੇਨਤੀ ਆ ਸੰਗਤਾਂ ਤੱਕ ਜਿੱਥੇ ਵੀ ਇਹ ਆਪ ਜੀ ਸੰਗਤਾਂ ਦੇ ਕੋਂਟੈਕਟ ਨੇ, ਜਿੱਥੋਂ ਤੱਕ ਆਵਾਜ਼ ਜਾਂਦੀ ਆ ਸੁਨੇਹਾ ਪਹੁੰਚਾ ਸਕਦੇ ਹਾਂ ਸੁਨੇਹਾ ਪਹੁੰਚਾਈਏ ਵੀ ਕੋਸ਼ਿਸ਼ ਕਰੀਏ ਵੀ ਘੱਟੋ ਘੱਟ 14 ਤਰੀਕ ਵਾਲੇ ਦਿਨ ਅਸੀਂ ਇੱਥੇ ਵੱਡੀ ਗਿਣਤੀ 'ਚ ਹਾਜ਼ਰ ਹੋਈਏ, ਤਾਂ ਕਿ ਜਿਹੜਾ ਮੋਰਚਾ ਕੋਈ ਚੰਗਾ ਪ੍ਰੋਗਰਾਮ ਦਿੰਦਾ
जिहड़ा भी कोई सख्त प्रोग्राम देंदा आपां उहदी पालना कर सकीए। धन्नवाद। वाहिगुरू जी का खालसा वाहिगुरू जी की फतेह। बहुत सारिया संगतां जो मालवे विचों आईया ने, दूर दराडे तो आईया ने, उन्हां दा बहुत तह दिलों धन्नवाद भी है। तो माझे दीआं संगतां नूं बेनती है भी भाई आपां तां बिल्कुल साडे विच ही माझे दे विच खास करके जिहड़ा मोर्चा लगा है ते असीं क्यों पिछे रहीए, साढ़े वास्ते नमोशी वाली गल है। साढ़े माझे वाली सारिया संगतां नूं मैं अपील करांगा, बेनती करांगा, वह भी आया करन। हुण तो हुण भाई सुखराज सिंह जी उन्हां नूं मैं बेनती करांगा कि वह पांच सत्त मिनट वास्ते विचारां दी सांझ अपनी संगत दे नाल पाउणगे। भाई अमृतपाल सिंह तो उन्हां दे समूह साथी जो कि डिब्रूगढ़ जेल दे विच असाम, जो कि इत्थे 2700 किलोमीटर दूर आ, उत्थे 16 मार्च तो भुख हड़ताल ते बैठे आ, ते इत्थे 22 तरीक तो उन्हां दे माता जी पिता जी ते होर समूह जिहड़े साथी आ उन्हां दे परिवार भुख हड़ताल ते आ। उन्हां दे संबंध जिहड़ा मोर्चा लग्गिया उहनूं 18वां दिन हो गया। आओ सब तो पहलां आप जी नूं गुरु गोबिंद सिंह जी वल्लों बख्शी फतेह बुलाईए। निम्रता सहित वाहेगुरू जी का खालसा वाहेगुरू जी की फतेह। फतेह आपां बुलाउणों हट गए हां। वाहेगुरू जी की फतेह। तां ही हुण गुड मॉर्निंग का जोर हो गया, बाय बाय का। यह गुरु की फतेह है, मेरी तो है नहीं गी। दसवें पातशाह ने जिन्हें 26 जी उहदे आपदे शहीद होए आ सिक्खी की खातर, ते भाई मणि सिंह दे 52 ते होर अनेक मरजी वड़े सिख लखां की गिनती जा। यह गुरु साहब की फतेह, द्वारा बुलाओ वाहेगुरू जी का खालसा वाहेगुरू जी की फतेह। आपां तां बेनतियां ही कर रहे हैं सरकार नूं, पंजाब सरकार नूं ते दिल्ली सरकार नूं ही, 47 तो ही कर रहे हैं वैसे तो। ते हुण थोड़ा जिहा आपां नूं ज़्यादा जिहड़ा तंग करन लग गए। इत्थे वीर जी बैठे मेरे नाल गल्लां बातां कर रहे रात, वह कहिंदे वी आपां यार कसूर की अमृतपाल भाई साहब दा, चलो उन्हां दा साथी फड़ लिया। उन्होंने कहा भी चाहे तो उत्ते परचा कर दिओ, चाहे उन्हें रिहा कर दो। यही गल होंगी ना, चाहे कसूर आज परचा कर दो तो असं जवानत करा लाँगे। यही कहा से नहीं गल मनी तो उन्होंने कराऊ किया गुरु ग्रंथ साहब की अगवाई दे। पहला उन्हें एसटीमेट दिता पहले किन्ने दिन, पर जो ना सुनी उन्होंने उन्होंने कराऊ करता। फिर वो सिंह छड भी दिता, तो फिर 20-22 दिन जाके मगरों ये काम किया। ये क्यों किया कि आप गुलाम हाँ। संत बाबा जरनैल सिंह खालसा पिंडराले कहिंदे सी, उन्हां नूं समझ आ गई सी भी सिखो आप गुलाम हाँ। ये देश नूं आजाद कराया, 90% कुर्बानियां 93 दे के फांसियां ले चढ़े अपने सिंह, उन्हां नूं समझ आ गई आप गुलाम हाँ। तो आपां नूं उदों 40 साल बाद भी नहीं आया। नारे नूरे मार लैने, राज करेगा खालसा पंथ की जीत, चाहे पाठ बहुत करी जाने, चलो जरूरी है पाठ तो जिन्हें मर्जी करो, वध तो वध सेवा सिमरन। इस करके आपां पहलां मनना पऊगा ये गुलाम आ इस देश दे। साडा राज हुंदा सी पहलां बाबा बंदा सिंह बहादुर ने राज किया, जमीना दे सानू मालक बनाया, जिन्हें जमीना के पिछे हुण अपने किसान लड़ रहे आ। आ पिछे जे शुभ करन सिंह अपना सिंह शहीद भी हो गया, उदू पहला 750 हो गया।
पानी अपने खोले राजधानी आप नहीं मिली आप हजे भी मनी बैठे हैं याद हो गए आप राजधानी नहीं दिती गई पहला पंजाबी सूबा लेना सी किनिया शहीदियां हुई वो भी साढ़ा अद्धा वड तक किन्ना कटता खालसा राज जिन्ना पंजाब सी पहला पाकिस्तान ने नहीं करता अद्धा अदों ज्यादा ही महापुरश यही कहते भी आप गुलाम हाँ जी पग गुलाम है इनू याद करा यही कहते रहे अपन शहीद भी हो गए लखां उन्होंने नाल हजारा ही शहीद होए सिंह छोटे छोटे बच्चे भी शहीद कर गए इतने वीर जी दस के गए भी कि छोटे बच्चों भी उन्होंने नहीं बख्शिया कंधा के नाल मारिया किन्ने पुलिस मुकाबले बनाए सानू साड्या तो ही शहीद करवाया साड़ी पुलिस साहब की आपस ही लड़ाया क्योंकि इन्हें नफरत आ सिखी नाल गुरु नानक के घर नाल सिखी नाल नफरत आ गुरु नानक साहब सब का भला मंगते हैं नानक नाम चढ़दी कला तेरे भाने सरबत का भला सारे का भला ये पंथ मंगता निर्मल पंथ भुखे नू रोटी खवानी लंगर छकाउणा असीं कहिंदे नें गुरु का लंगर गुरु साहब ने 20 रुपया का जिहड़ा लंगर है चलाया सी आ पिछे जे करोना जी की हाल होया किन्ने लंगर लाए आपां सारियां संगतां ने जिथे जिथे भी बैठे हैं तो सारी अमरीका ने भी कहता भी हरेक थां गुरद्वारा होना चाहिए हरेक थां सिख होवे अमरीका ने कहा जिहड़ा सारी दुनिया तो तगड़ा देश मानदे अमीर भी सिख हरेक थां होने चाहिए आ गुरद्वारे होने चाहिए वध तों वध ते इन्हां दा प्रचार होना चाहिए तो उहो ही प्रचार भाई साहब कर रहे सी बाणी ते बाणे दा भी बाणी तो दूर ना होईए आपां बाणी ते बाणे नाल जुड़े रहीए सेवा ते सिमरन नाल जुड़े रहीए ग्रंथ ते पंथ नाल जुड़े रहीए गुरु मान्यो ग्रंथ यह अपने गुरु ने गुरुआं ने कहा लड़ ला के दसवें पातशाह आपां नूं सब सिखण को हुकर है गुरु मान्यो ग्रंथ गुरु ग्रंथ जी मान्यो प्रगट करांगे दे फिर अगे भी कहा खुआर होए सब मिलेंगे बचे शरण जोए तो फिर अगे कहता राज करेगा खालसा आकी रहे न कोई दसवें पातशाह आपां नूं कहता तो उहो ही इह प्रचार भाई साहब कर रहे सी इन्हां ने वारस जथेबंदी दीप सिंह सिद्धू ने बनाई है संदीप सिंह उर्फ दीप सिद्धू उहदे इह मुखी सीगे उन्हां तों बाद ये वेख लो प्रचार ते अपने ते जिहड़ी पाबंदी लाती है इस करके नौजवानों तुसीं जिन्हां ने उन्हां ने नशे छड के अमृत छकिया इत्थे मैनूं गिनती दा ज्यादा तां नहीं पता भाई दस के गए तों पहलां गुरप्रीत सिंह जी 15-20 या नौजवान जिहड़े सीगे उन्हां ने अमृत छकिया नशे सुटते ये सरकारां कदों दीआं कह रहीआं नशा असीं नहीं रहिण देणा असीं फिर वोटां पा दिंदे आ जदों मतदान करदे आ मतदान क्यों कहिंदे आ वी आदी मत दा दान करना जो मतदान करते उदों आपां गलती कर लैंदे आ जिहड़े खालसे ठल्ले हुंदे उहनां नूं वोटां पाया करो भगवंत मान खालसा नहीं सी असीं भुलेखे खा गए आ गरंटियां इन्हां ने करतीआं दस असीं उहदे च फस जांदे आ कसे दाल रोटी च फस जांदे आ बिजली बिजली साड़ी जिहड़ी मुक्तां ने दित्ती है साड़ी बिजली इत्थे पैदा हुंदी आ पाणी साडा धरती साड़ी आ पाणी असीं उह वरत नहीं सकदे फसलां असीं पैदा करदे आ असीं उहदा भाअ नहीं आपदी मंग सकदे हुण इही लड़ाई है जिहड़ा उत्थे दुवारी वारी दिल्ली जाणा पैंदा आपां नूं होर दस दिओ जो कोई है की तां वी सानूं सारियां फसलां दे भाअ तां सही दिओ तुहानूं फसल दिंदे आ इधर बार्डर आ इत्थे 40 रुपये कणक 50 रुपये साढ़े नाल आ वट दे वट इहनूं बार्डर खोलो मोदी सरकार ते आपां नूं कहिंदा 15-15 लाख रुपया तुहानूं देवांगे जदों मैं प्रधानमंत्री बनिया मोदी साहब नूं कहिंदे आ उह दे पहलां तां 24 च तुसीं फेर तैयारी करी जांदे आ स्वामीनाथन जिहड़ी रिपोर्ट आ फसलां दे भाअ लागू करने उह कहिंदे देवांगे उह वी मुकर के हुण आ दे उह तां जुबले आ थोनू समझना पऊगा भी गुलामी चो निकलना पऊगा खालसा राज लाउणा पऊगा सब नू रोटी मिलेगी कपड़ा मिलेगा मकान मिलणगे साडे जिहड़े लोड़वंद भरा आपां गरीब भी कह दिंदे आ उहनां नू उहनां दी हालत वेख लो उहनां नू सब कुछ मिलेगा चढ़दी कला हो जूगी खालसा राज 24 च वोटां आ जाणियां खालसे ते मोहरां लायो जी
ਤੁਸੀਂ ਮੋਹਰਾਂ ਲਾਉਣੀਆਂ ਖਾਲਸੇ ਸਾਰਿਆਂ ਨੂੰ ਅਪੀਲ ਕਰਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਾਂ ਖਾਲਸਾ ਰਾਜ ਤਾਂ ਹੀ ਆਊਗਾ। ਹੁਣ ਮੈਂ ਦੋ ਚਾਰ ਨਾਰੇ ਲਾਉਣੇ ਆ, ਜੇ ਤੁਸੀਂ ਸਹਿਮਤ ਆ। ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ, ਦਸਤਾਰ ਦੀ ਚੜ੍ਹਦੀ ਕਲਾ ਹੋਵੇ, ਗੁਰੂ ਨਾਨਕ ਬਾਬੇ ਦੇ ਘਰ ਦੀ ਚੜ੍ਹਦੀ ਕਲਾ ਹੋਵੇ, ਉੱਚਾ ਦਰ ਬਾਬੇ ਨਾਨਕ ਦਾ। ਮੈਂ ਸੋਭਾ ਸੁਣ ਕੇ ਆਇਆ, ਇਹ ਉੱਚਾ ਦਰ ਹੈਗਾ। ਇੱਥੇ ਸਾਰੇ ਜੁੜੋ, ਇੱਥੇ ਆਵੋ, ਜਿਹੜੇ ਘਰਾਂ 'ਚ ਬੈਠੇ ਆ ਉਹ ਵੀ ਇੱਥੇ ਵੱਧ ਤੋਂ ਵੱਧ ਪਹੁੰਚੋ। ਕੋਈ ਅੰਮ੍ਰਿਤਪਾਲ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ, ਅੰਮ੍ਰਿਤ ਛਕਾਇਆ ਉਹਨਾਂ ਨੇ, ਨਸ਼ਿਆਂ ਤੋਂ ਦੂਰ ਕੀਤਾ, ਜਿਹੜੇ ਨਸ਼ੇ ਆਪਾਂ ਨੂੰ ਮਾਰਦੇ ਆ। ਹੁਣ ਦੋ ਤਿੰਨ ਨਾਰੇ ਲਾਉਣੇ ਆਪਾਂ। ਦੀਪ ਸਿੱਧੂ ਵੀ ਐਵੇਂ ਕਹਿੰਦਾ ਜੀ, ਪਾਤਸ਼ਾਹੀ ਦਾਵਾ ਸਾਡਾ, ਅਸੀਂ ਪਾਤਸ਼ਾਹ ਬਣਾਇਆ, ਸਾਨੂੰ ਰਾਜ ਏ ਬਣਾਇਆ ਆਪਾਂ ਨੂੰ ਗੁਰੂ ਸਾਹਿਬ ਨੇ। ਅੰਮ੍ਰਿਤ ਛਕੋ, ਗੁਰੂ ਦੇ ਲੜ ਲੱਗੋ। ਇਸ ਕਰਕੇ ਸੁਣੀਏ, ਮੰਨੀਏ, ਮਨ ਕੀਤਾ ਪਾਓ, ਗੁਰੂ ਦੀ ਗੱਲ ਸੁਣੋ, ਗੁਰੂ ਦੀ ਆਖੇ ਲੱਗੀਏ। ਸਾਡੇ ਬੱਚਿਆਂ ਨੂੰ ਵੀ ਬਾਣੇ ਅਤੇ ਬਾਣੇ ਨਾਲ ਜੋੜੀਏ। ਪੰਥ ਦੀ ਜੜ੍ਹਾਂ ਚੜ੍ਹਦੀ ਕਲਾ ਆਪੇ ਹੋ ਜਾਣੀ ਆ। ਪੰਥ ਕੀ, ਪੰਥ ਕੀ, ਦੇਵ ਤੇਵ, ਦੇਵ ਤੇਵ, ਪੰਥ ਕੀ, ਚੂਲ ਤੇ ਨਿਸ਼ਾਨ ਰਹਿਣ, ਚੂਲ ਤੇ ਨਿਸ਼ਾਨ ਰਹਿਣ, ਲਾਲ ਤੇ ਦੀਵਾਨ ਰਹਿਣ। ਰਾਜ ਕਰੇਗਾ, ਰਾਜ ਕਰੇਗਾ, ਆਕੀ ਰਹੇ ਨਾ ਕੋਈ, ਰਾਜ ਕਰੇਗਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਆਪਣੇ ਨਗਰ ਤੋਂ ਜਿਹੜਾ ਜਥਾ ਆਇਆ ਹੈ, ਬਾਬਾ ਜਸਵੰਤ ਸਿੰਘ ਜੀ, ਬਾਬਾ ਲੱਖਾ ਸਿੰਘ ਜੀ, ਜੱਲੂਪੁਰ ਖੇੜੇ ਵਾਲੇ, ਉਹਨਾਂ ਨੂੰ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਉਹ 15-20 ਮਿੰਟ ਵਾਸਤੇ ਆਪਣੇ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕਰਮ ਬਣਾਉਣੇ ਪੈਂਦੇ ਨੇ, ਜਸ ਮਿਲਦਾ ਹੈ ਸੁਭ ਕਰਮਾਂ ਨਾਲ, ਤੇ ਕਰਮ ਬਣਾਉਣੇ ਪੈਂਦੇ ਨੇ, ਜਸ ਦਿੰਦਾ ਹੈ ਜੋ ਦੁਨੀਆ ਦੇ, ਜਸ ਉਹਦੇ ਗਾਉਣੇ ਪੈਂਦੇ ਨੇ। ਇੱਕ ਨਜ਼ਰ ਤੇਰੀ ਸਵੱਲੀ ਲਈ, ਦਿਲ ਦਾ ਨਜ਼ਰਾਨਾ ਕਾਫੀ ਨਹੀਂ, ਮਸਤਾਂ ਦਿਲਦਾਰ ਦੀ ਰਹਿਮਤ ਲਈ ਸਿਰ ਪੀਟ ਚੜਾਉਣੇ ਪੈਂਦੇ ਨੇ। ਮਸਤਾਂ ਦਿਲਦਾਰ ਦੀ ਰਹਿਮਤ ਲਈ ਸਿਰ ਪੀਟ ਚੜਾਉਣੇ ਪੈਂਦੇ ਨੇ। ਪੁੰਨਿਆ ਤੱਕ ਚੰਦ ਹੱਥ ਹੱਥ ਵੱਧਦਾ, ਫਿਰ ਘਟੇ ਤੇ ਰੋਵੇ, ਅੱਧ ਖਿੜੇ ਫੁੱਲ ਕੋਈ ਨਹੀਂ ਪੁੱਛਦਾ, ਖਿੜੇ ਤੇ ਹਰ ਕੋਈ ਕੋਵੇ, ਪੂਰੀ ਸ਼ੈ ਤਾਈਂ ਡਰ ਘਾਟੇ ਦਾ, ਡਰ ਨਹੀਂ ਅੱਧੀ ਤਾਈਂ, ਪਿਆਰ ਤੇਰੇ ਦੀ ਮੰਜ਼ਿਲ ਦਾ ਤਾ ਕਦੀ ਤਾਂ ਪੂਰੀ ਹੋਵੇ। ਸੁਧੀ ਸਤਮੀ ਪੋਦੀ ਸੱਚ ਗੱਲਾਂ, ਸ਼ਨੀਵਾਰ ਦੇ ਦਿਨ ਸੀ ਆਏ ਜੋ ਜੀ, ਸ਼ਰਧਾ ਵਾਲਿਆਂ ਦੀ ਪੂਰੀ ਕਰਨ ਸਰਦਾ, ਰੂਪ ਤਾਰ ਕੇ ਬਾਲ ਦਾ ਆਏ ਜੋ ਜੀ। ਮਛਾ ਨੇ ਆਖਿਆ ਬਾਜ ਤੇਰੇ, ਫੱਕੇ ਸ਼ੱਕੇਰਾਂ ਦੇ ਸ਼ੰਕੇ ਹਰੇ ਗੇੜਾ, ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ, ਦਸਵੇਂ ਪਾਤਸ਼ਾਹ ਦੀ ਰੀਸ ਕਰੇ ਗੇੜਾ। ਸੁਧੀ ਸਤਵੀ ਪੋਦੀ ਸੱਚ ਗੱਲਾਂ, ਸ਼ਨੀਵਾਰ ਦੇ ਦਿਨ ਸੀ ਆਏ ਜੋ ਜੀ, ਸ਼ਰਧਾ ਵਾਲਿਆਂ ਦੀ ਪੂਰੀ ਕਰਨ ਸ਼ਰਧਾ, ਰੂਪ ਤਾਰ ਕੇ ਬਾਲ ਦਾ ਆਏ ਜੋ ਜੀ। ਮਛਾ ਨੇ ਆਖਿਆ ਬਾਜ ਤੇਰੇ, ਸੱਚੇ ਫਕਰਾਂ ਦੇ ਸ਼ੰਕੇ ਹਰੇ ਗੇੜਾ, ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ, ਦਸਵੇਂ ਪਾਤਸ਼ਾਹ ਦੀ ਰੀਸ ਕਰੇ ਗੇੜਾ। ਬਾਰ ਉਮਰ ਤਾਰਿਆ ਸੇਠ ਜਗਦਾ,
ਸਿਵ ਦੰਤ ਦੇ ਪਰਮ ਨਿਵਾਰ ਦਿੱਤੇ। ਮੈਣੀ ਰਾਣੀ ਨੇ ਜਦੋਂ ਅਰਦਾਸ ਕੀਤੀ ਅਰਦਾਸ ਕੀਤੀ ਅਰਦਾਸ ਕੀਤੀ ਉਦੋਂ ਸਤਿਗੁਰ ਨੇ ਮੋੜ ਮੁਹਾਰ ਦਿੱਤੇ। ਮਾਤਾ ਜੀ ਉਸ ਤੋਂ ਮੰਗਦੇ ਕੀ ਹਰਦਮ ਵਸਦਾ ਤੁਸਾਂ ਦੇ ਘਰੇ ਜਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ। ਉਹ ਕੱਚੇ ਘੜੇ ਗਲੀਆਂ ਨਾਲ ਤੋੜੇ ਮੈਨੇ ਗਾਗਰਾਂ ਤੀਰ ਕਮਾਣ ਲਈ ਕੇ ਮਾੜੇ ਪਾਸਿਆਂ ਤੋਂ ਮਨ ਮੋੜ ਦਿੱਤੇ ਦੱਸਣ ਜੰਗ ਦਾ ਟੰਗ ਜਵਾਨ ਲਈ ਕੇ ਲੜਨ ਦਾ ਦੱਸਦਾ ਹਾਣੀਆਂ ਨੂੰ ਜਿਹੜਾ ਕਰੇ ਦਰਸ਼ਨ ਉਹਦਾ ਤਰੇ ਬੇੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ। ਉਹ ਹੁਕਮ ਪਿਤਾ ਦਾ ਪੁੱਜਾ ਆਨੰਦਪੁਰੀਓ ਸਾਣੇ ਬੇਟਾ ਪਰਿਵਾਰ ਦੇ ਚੱਲ ਆਉਣਾ ਇੱਥੇ ਜਮਾਂ ਨੇ ਲਾਲ ਦੇ ਕੰਮ ਤੇਰੇ ਇੱਥੇ ਜਮਾਂ ਨੇ ਲਾਲ ਜੀ ਕੰਮ ਤੇਰੇ ਛੇਤੀ ਪੂਰੀ ਆਨੰਦ ਦੇ ਵੱਲ ਆਉਣਾ। ਨਾਥ ਜਬਰ ਦੇ ਦੈਂਤ ਨੂੰ ਪਾਉਣ ਆਇਆ ਨਾਥ ਜਬਰ ਦੇ ਦੈਂਤ ਨੂੰ ਪਾਉਣ ਆਇਆ ਬੜਕਾ ਮਾਰਦਾ ਤੇ ਲਗਰਾਂ ਚੜੇ ਜਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ। ਉਹ ਪੰਨੇ ਸ਼ਹਿਰ ਤੋਂ ਪੂਰੀ ਆਨੰਦ ਪੁੱਜੇ ਆਉਂਦੇ ਸੈਂਕੜੇ ਜੀਵਾਂ ਨੂੰ ਤਾਰ ਆਏ ਰਸਤੇ ਵਿੱਚ ਆਉਂਦੇ ਜਿੰਨਾ ਵੱਲ ਤੱਕਦੇ ਦਾਤੇ ਸਭ ਦੇ ਕਸ਼ਟ ਨਿਵਾਰ ਆਏ। ਉਹ ਨਦੀ ਪਾਪਾਂ ਦੀ ਜੋ ਠਾਠਾ ਮਾਰਦੀ ਸੀ ਉਸਨੂੰ ਬਿਨਾਂ ਗੋਬਿੰਦ ਦੇ ਤਰੇ ਗੇੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਗੇੜਾ। ਉਹ ਜਦੋਂ ਆਣ ਕੇ ਆਖਿਆ ਪੰਡਤਾਂ ਨੇ ਨਾਵੇਂ ਪਾਤਸ਼ਾਹ ਮਰਨੋਂ ਬਚਾਓ ਸਾਨੂੰ ਸਾਡੀ ਜ਼ਿੰਦਗੀ ਸਹਿਮ ਨਾ ਸੁੱਕ ਰਹੀ ਹੈ ਅਸੀਂ ਸ਼ਰਨ ਆਏ ਕੰਠ ਲਾਵੋ ਸਾਨੂੰ। ਸਾਥੋਂ ਖੁਸ਼ ਦੀ ਜਾਪ ਦੀ ਅਣਖ ਸਾਡੀ ਮੌਤ ਅਸਾਂ ਦੀ ਨੂੰ ਦੱਸੇ ਵਰੋ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ। ਓ ਸਤਿਗੁਰ ਆਖਿਆ ਪਿਤਾ ਜੀ ਨੂੰ ਮੰਨੋ ਵਾਜਦਾ ਪਿਤਾ ਜੀ ਜਾਓ ਦਿੱਲੀ ਖੇਰਾਂ ਕੋਲੋਂ ਪਹੁੰਚਾਓ ਲੇਲਿਆਂ ਨੂੰ ਸੀਸ ਆਪਣਾ ਪਿਤਾ ਜੀ ਲਾਓ ਦਿੱਲੀ। ਜਿੱਥੇ ਪਿਤਾ ਜੀ ਦੀ ਮੌਤ ਦਾ ਨਾਮ ਲਿਖਿਆ ਉਸ ਫਾਰਮ ਨੂੰ ਹੋਰ ਕੋਈ ਭਰੇ ਗੇੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਗੇੜਾ। ਉਹ ਨੌ ਸਾਲ ਬਾਲ ਗੋਬਿੰਦ ਦਾ ਤੇ ਲੋਕਾਂ ਵਾਦ ਪਿਤਾ ਨੂੰ ਤੋਰ ਦੇਣਾ ਅਸੀਂ ਹਿੰਦ ਦੀ ਜੋਤ ਜਗਾ ਦਿਆਂਗੇ ਬਿਨਾ ਜਿੰਦ ਦੇ ਹਿੰਦ ਨੂੰ ਹੋਰ ਦੇਣਾ। ਜੋਗੀਆ ਔਲ ਨੀ ਹੋਰ ਕੋਈ ਐਸ ਵਰਗਾ ਲੋਕਾਂ ਵਸ ਕੇ ਹੱਸ ਕੇ ਮਰੇ ਜਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ। ਆਓ ਇੱਕ ਵਾਰ ਸਾਰੀ ਸੰਗਤ ਜਿੰਨੀ ਵੀ ਸੰਗਤ ਸੰਯੁਗਤ ਮੋਰਚੇ ਵਿੱਚ ਬੈਠੀ ਆ ਮੋਰਚਾ ਮਰ ਜੀਵੜੇ ਲਾ ਕੇ ਬੈਠੇ ਆ ਜਾਗਦੀ ਜ਼ਮੀਰ ਵਾਲੇ ਲਾ ਕੇ ਬੈਠੇ ਆ ਆਓ ਸਾਡੀ ਤੇ ਆਪਣੀ ਹਾਜ਼ਰੀ ਲਵਾ ਦਿਓ। ਕੋਈ ਵੀ ਇਹੋ ਜਿਹੀ ਰੂਹ ਨਾ ਆਵੇ ਸ਼ਾਇਰ ਕਹਿੰਦਾ ਜਿਹਦੀ ਰੱਗ ਦੇ ਵਿੱਚ ਫਤਿਹ ਤੇ ਉਹਦੀ ਜੱਗ ਵਿੱਚ ਵੀ ਫਤਿਹ ਜਿਹਦੀ ਮੈਦਾਨ ਵਿੱਚ ਫਤਿਹ ਉਹਦੀ ਦੀਵਾਨ ਵਿੱਚ ਵੀ ਫਤਿਹ ਜਿਹਦੀ ਦੀਵਾਨ ਵਿੱਚ ਫਤਿਹ ਤੇ ਉਹਦੀ ਮੈਦਾਨ ਵਿੱਚ ਵੀ ਫਤਿਹ। ਆਓ ਸਾਡੀ ਤੇ ਆਪਣੀ ਹਾਜ਼ਰੀ ਲਵਾਓ ਪਿਆਰ ਦਾ ਸਬੂਤ ਪਿਆਰ ਵਿੱਚ ਭਿੱਜ ਕੇ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਬਹੁਤ ਹੀ ਚੜ੍ਹਦੀ ਕਲਾ ਵਾਲੀ ਫੌਜ ਗੁਰੂ ਕੀ ਫੌਜ ਤੇ ਕਰੂਗੀ ਮੌਜ ਉਹ ਮਰ ਜੀਵੜੇ ਇੱਥੇ ਬੈਠੇ। ਅਸੀਂ ਬਹੁਤਾ ਸਮਾਂ ਨਹੀਂ ਲੈਣਾ
15-20 मिनटां दा समा मिलिया दास नूं। दास भाई साहब भाई अमृतपाल खालसा वारस पंजाब उन्हां दे नगर नगर नहीं उन्हां दे परिवार विच्चों कि जो बहुत नेड़े गुरु महाराज कृपा करन उन्हां ते मेहर भरिया हथ रखण चढ़दी कला दे पैरे लाउण अंग संग हो के सहायता करन जो कि जालम सरकारां माफ करिया जे ये अज नहीं आ ये गुरु नानक तो चल पिया सी प्रोग्राम गुरु नानक नूं भी बाबर नूं जाबर कहना पै गया सी बाबर नूं जाबर कहना पै गया सी। अगे मेरा वीर एक गल करके गया कि मुसलमाना दा अज भी जोर तो उदों भी जोर इन्नी गल नहीं सी कोई कह सकदा कि हिंदू धर्म चंगा इन्नी पावर नहीं सी रखाउंदे जोड़ो अज साडे ते राज कर रहे। उस वेले बाबे नानक ने आख्या कि जो धर्म आ वो तुहाडा तुहानू प्यारा ते साडा सानू प्यारा। उस वेले गल उदों तक कौम जवानियां माणदी रहू जदों डुलदा ए खून जवानियां दा उदों तक कौम जवानियां माणदी रहू जदों डुलदा खून जवानियां दा उस कौम दा हुंदा भविख रोशन हुंदा बलिदान जदों बलिदानियां दा कौमां वास्ते सीतली धरना फर्ज बनदा है पंथ दे बानियां दा जालम जुल्म कमाउणगे जदों तीकर ते किस्सा चलदा रहूगा कुरबानियां दा किस्सा चलदा रहूगा कुरबानियां दा। जदों इस वेल ते बाबे नानक ने आख्या यावरा बावर बावरा तू यावर बहुत तू गलती करदा पर तू अपने खीरी फे गुरु नानक देव जी नू महाराज चक्कियां विच बंद करता क्योंकि इस जेड़े जोगी पुणा करदे गुरु दे जिस तरीके दे नाल भाई साहब भाई साढ़े अमृतपाल सिंह ने सिंघां नू इस बने लाया तो गुरु नानक देव जी भी लाउंदे सी जदों चक्कियां विच बंद होए मरदाना कहन लगा बाबा नानका ओ तेरे नाल आण के भी चक्कियां पीणियां पैणगियां। खेर गुरु नानक देव जी कहन लगे मरदानिया छड़ दे तू ना छड़ आ जिहड़े बाकी उहनां दीआं वी छड़ा दे छड़ातियां चक्कियां आपे चलन डह गईआं चक्कियां आ के दरोगे ने वेख्या कि चक्कियां चलियां चली जांदियां। खेर ਇਹ ਗੱਲ ਪਹੁੰਚ ਗਈ ਬਾਦਸ਼ਾਹ ਦੇ ਕੋਲ ਆਣ ਕੇ ਵੇਖਿਆ ਮੌਕਾ ਗੁਰੂ ਨਾਨਕ ਦੇ ਟਹਿ ਕੇ ਚਰਨੀ ਪੈ ਗਿਆ। ਇਸ ਵਕਤ ਉਦੋਂ ਬਾਅਦ ਗੁਰੂ ਅਰਜਨ ਦੇਵ ਦੀ ਸ਼ਹੀਦੀ ਜਹਾਂਗੀਰ ਬਾਦਸ਼ਾਹ ਨੇ ਕਰਵਾਈ ਚੰਦੂ ਨੇ ਕਰਵਾਈ। ਉਸ ਤੋਂ ਬਾਅਦ ਫਿਰ ਨਹੀਂ ਬਾਜ ਆਏ ਹਰਗੋਬਿੰਦ ਪਾਤਸ਼ਾਹ ਮੀਰੀ ਦੇ ਪੀਰੀ ਦੇ ਮਾਲਕ ਦੋ ਜਹਾਨ ਦੇ ਵਾਲੀ ਸੋਹਣਿਆਂ ਦੇ ਸੁਲਤਾਨ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕਰਤਾ ਜਿੱਥੋਂ ਇਸੇ ਤਰੀਕੇ ਦੇ ਨਾਲ 22 ਧਾਰ ਦੇ 52 ਰਾਜੇ ਜਿਹੜੇ ਉਹ ਗਵਾਲੀਅਰ ਦੀ ਜੇਲ੍ਹ ਦੇ ਵਿੱਚੋਂ ਹਰਿਆ ਕਰਵਾ ਕੇ ਲਿਆਂਦੇ। ਇਸ ਤਰੀਕੇ ਦੇ ਨਾਲ ਹੀ ਬਾਬੇ ਨਾਨਕ ਦੀ ਕਿਰਪਾ ਹੋਈ ਅਤੇ ਭਾਈ ਜਿਸ ਤਰ੍ਹਾਂ ਹਰਗੋਬਿੰਦ ਪਾਤਸ਼ਾਹ ਜੇਲ੍ਹ ਵਿੱਚੋਂ ਬਾਹਰ ਆਇਆ ਇੱਦਾਂ ਸਾਡੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀ ਜੋ ਭਾਈ ਸਾਹਿਬ ਭਾਈ ਹਰਜੀਤ ਸਿੰਘ ਉਹਨਾਂ ਦੇ ਚਾਚਾ ਜੀ ਜੋ ਕਿ ਮਾਫ਼ ਕਰਿਆ ਜੇ ਦਾਸ ਦੇ ਨਾਲ ਸਰਪੰਚੀ ਵੀ ਕਰਦੇ ਰਹੇ। ਬੜੀ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਜਦੋਂ ਮਿਹਰ ਹੋਈ ਉਹਦੀ ਨਿਗਾਹ ਸੋਲੀ ਹੋਈ ਅਤੇ ਸਾਰੇ ਕਾਰਜ ਰਾਸ ਹੋ ਜਾਣੇ ਆ। ਇੱਥੇ ਬਸ ਨਹੀਂ ਔਰੰਗਜ਼ੇਬ ਪਾਤਸ਼ਾਹ ਦੀ ਵਾਰੀ ਆ ਗਈ ਆ ਉਹਨੇ ਕਲਗੀਆਂ ਵਾਲੇ ਦਾ ਸਾਰਾ ਸਰਬੰਸ ਸ਼ਹੀਦ ਕਰ ਦਿੱਤਾ। ਫਿਰ
ਜਦੋਂ ਜ਼ਫਰਨਾਮਾ ਲਿਖਿਆ ਉੱਤੇ ਬੜਾ ਕੁਛ ਲਿਖ ਕੇ ਭੇਜ ਦਿੱਤਾ ਔਰੰਗਜ਼ੇਬ ਪਾਤਸ਼ਾਹ ਨੂੰ। ਉਹਨੇ ਆਖਿਆ ਸਾਡਾ ਪਿਤਾ ਸ਼ਹੀਦ ਕਰਵਾ ਦਿੱਤਾ ਜੀ, ਸਾਡੇ ਮਾਤਾ ਸ਼ਹੀਦ ਕਰਵਾ ਦਿੱਤੇ ਜੀ, ਸਾਡੇ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ ਜੀ, ਸਾਡੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ ਜੀ। ਔਰ ਯਾਦ ਰੱਖ, ਸਾਡੇ ਪ੍ਰਾਣਾਂ ਤੋਂ ਪਿਆਰੇ ਸਿੰਘ ਵੀ ਸ਼ਹੀਦੀਆਂ ਪਾ ਗਏ ਆ, ਪਰ ਯਾਦ ਰੱਖ ਅਜੇ ਖਾਲਸਾ ਪੰਥ, ਅਜੇ ਕੁੰਡਲੀਆ ਸੱਪ ਤੇਰੇ ਦੁਆਲੇ ਆ। ਇਸ ਵਾਸਤੇ ਐਡਾ ਵੱਡਾ ਜਿਹੜਾ ਪ੍ਰੋਗਰਾਮ ਜ਼ਫਰਨਾਮੇ ਵਿੱਚ ਭੇਜਿਆ, ਆਓ ਮੈਂ ਇਹ ਇੱਕ ਕਵਿਤਾ ਇੱਥੇ ਕਹੂੰਗਾ। ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾ ਦੀ, ਉਸ ਵੇਲੇ ਦਾ ਜਿਸ ਵੇਲੇ ਭਾਈ ਅੰਮ੍ਰਿਤ ਸਿੰਘ ਨੂੰ ਘੇਰਾ ਪੈਂਦਾ ਵਾ, ਫੜ ਕੇ ਖੜਦੇ ਆ ਤੇ ਡਿਬਰੂਗੜ੍ਹ ਜੇਲ੍ਹ ਵਿੱਚ ਖੜਦੇ ਆ ਤੇ ਨਜ਼ਰ ਬੰਦ ਕਰਦੇ ਆ, ਤੇ ਉਹ ਫੇਰ ਉੱਥੇ ਵੀ ਚੜ੍ਹਦੀ ਕਲਾ ਸੁਣੀਏ ਪਿਆਰ ਦੇ ਨਾਲ। ਉੱਚਾ ਲਾਮਾ ਕੱਦ ਗੱਭਰੂ ਦੇ ਬੁੱਤ ਨੂੰ, ਜੇਲ ਵਿੱਚ ਬੰਦ ਕੀਤਾ ਮਾਂ ਦੇ ਪੁੱਤ ਨੂੰ, ਜੇਲ ਵਿੱਚ ਬੰਦ ਕੀਤਾ ਮਾਂ ਦੇ ਪੁੱਤ ਨੂੰ। ਉਹ ਮੁਕਦੇ ਦਿੱਤੀਆਂ ਘਟੀ ਮਸਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ। ਉਹ ਉੱਚਾ ਲੰਮਾ ਕੱਦ ਗੱਭਰੂ ਦੇ ਬੁੱਤ ਨੂੰ, ਜੇਲ ਵਿੱਚ ਬੰਦ ਕੀਤਾ ਮਾਂ ਦੇ ਪੁੱਤ ਨੂੰ, ਜੇਲ ਵਿੱਚ ਬੰਦ ਕੀਤਾ ਮਾਂ ਦੇ ਪੁੱਤ ਨੂੰ। ਹਮਕੋ ਹੁਕਮ ਨੇ ਦਿੱਤੀ ਘਟੀਆ ਮਿਸਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ। ਉਹ ਚਿਹਰੇ ਉੱਤੇ ਲਾਲੀ ਸਭ ਨੂੰ ਪਿਆਰਾ ਸੀ, ਸਿੱਖ ਕੌਮ ਦਾ ਉਹ ਬਣਿਆ ਸੁਹਾਰਾ ਸੀ, ਸਿੱਖ ਕੌਮ ਦਾ ਉਹ ਬਣਿਆ ਸੁਹਾਰਾ ਸੀ। ਉਹ ਛੱਡ ਦਾ ਜਕਾਰੇ ਬੋਸ ਬੋਲੇ ਸੋ ਨਿਹਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ। ਉਹ ਝੂਠ ਬੇਈਮਾਨੀ ਜਿੱਥੇ ਰਾਜ ਕਰਦੀ, ਪਹੁੰਚ ਕੇ ਸਜਾਈ ਮੀਂਹ ਵਾਂਗ ਵਰਦੀ, ਪਹੁੰਚ ਕੇ ਸਜਾਈ ਮੀਂਹ ਵਾਂਗ ਵਰਦੀ। ਉਹ ਕਰਦੇ ਨਦਾਰੇ ਕਰਕੇ ਕਮਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ। ਉਹ ਮੋਹਰੀ ਬਣ ਚੱਲੇ ਖਾਲਸਾ ਵਹੀਰ ਦਾ, ਓਟ ਆਸਰਾਏ ਸੰਤਾਂ ਵਾਲੇ ਤੀਰ ਦਾ, ਓਟ ਆਸਰਾਏ ਸੰਤਾਂ ਵਾਲੇ ਤੀਰ ਦਾ। ਤੋੜਦਾ ਜੰਜੀਰਾਂ ਭੰਨਦਾ ਜੰਜਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ। ਉਹ ਮਿਲਦੇ ਨਾ ਹੱਕ ਖੋ ਕੇ ਲੈਣੇ ਪੈਂਦੇ ਨੇ, ਮਿਲਦੇ ਨਾ ਹੱਕ ਖੋ ਕੇ ਲੈਣੇ ਪੈਂਦੇ ਨੇ, ਦੁੱਖ ਤਕਲੀਫਾਂ ਘਟ ਸਹਿਣੇ ਪੈਂਦੇ ਨੇ, ਦੁੱਖ ਤਕਲੀਫਾਂ ਘਟ ਸਹਿਣੇ ਪੈਂਦੇ ਨੇ। ਉਹ ਡਰ ਜਾਂਦੇ ਪਾਪੀ, ਡਰ ਜਾਂਦੇ ਪਾਪੀ ਵੇਖ ਅੱਖਾਂ ਲਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ। ਉਹ ਸ਼ੁਰੂ ਤੋਂ ਹੀ ਸਿੰਘਾਂ ਨਾਲ ਹੁੰਦੀ ਆਈਏ, ਜੋਧਿਆਂ ਨਾ ਕਰੇ ਧੌਣ ਵੀ ਝੁਕਾਈਏ, ਜੋਧਿਆਂ ਨਾ ਕਰੇ ਧੌਣ ਵੀ ਝੁਕਾਈਏ। ਉਹ ਗੁਰੂ ਅੰਗ ਸੰਗ ਸਹਿੰਦਾ ਹੈਗਾ ਨਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ। ਉਹ ਬਚ ਗਿਆ ਕੰਮ ਕਰਨਾ ਹੈ ਪੂਰਾ ਹੈ, ਜੇ ਦਿਲ ਵਾਲਾ ਸੁਪਨਾ ਅਜੇ ਅਧੂਰਾ ਹੈ, ਅਜੇ ਦਿਲ ਵਾਲਾ ਸੁਪਨਾ ਅਧੂਰਾ ਹੈ। ਉਹ ਕੁਲਵੰਤ ਸਿੰਘ ਹਾੜ ਲਿਵਾ ਵਿਛਾਤਾ ਜਾਲ ਜੀ,
ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ, ਚੜ੍ਹਦੀ ਕਲਾ ਦੇ ਵਿੱਚ ਅੰਮ੍ਰਿਤਪਾਲ ਜੀ। ਜਿਨ੍ਹਾਂ ਨੇ ਆਪਣੇ ਨਗਰ ਦੇ ਵਿੱਚ ਭਈ ਆਂਦੇ ਕਿ ਮਗਲ ਬਰਾਰੇ ਬਹੁਤ ਜ਼ਿਆਦਾ ਆ, ਇਸ ਵਾਸਤੇ ਮੈਂ ਇਹ ਗੱਲ ਕਹਾਂ, ਉਹ ਕੌਮ ਨਹੀਂ ਕਦੇ ਗੁਲਾਮ ਰਹਿੰਦੀ ਜਿਸ ਕੌਮ ਦੇ ਵੀਰ ਦਲੇਰ ਹੁੰਦੇ। ਉਹ ਬੇਰੀ ਉਸੇ ਨੂੰ ਇੱਟਾਂ ਵੱਜਦੀਆਂ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ। ਉਹ ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ, ਬੰਦ ਪਿੰਜਰੇ ਦੇ ਵਿੱਚ ਸ਼ੇਰ ਹੁੰਦੇ। ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ, ਬੰਦ ਪਿੰਜਰੇ ਦੇ ਵਿੱਚ ਸ਼ੇਰ ਹੁੰਦੇ। ਕਦ ਸਦਾ ਨਹੀਂ ਬਾਗੀ ਬੁਲਬੁਲ ਬੋਲੇ, ਸਦਾ ਨਹੀਂ ਮੌਜ ਬਹਾਰਾਂ, ਸਦਾ ਨਹੀਂ ਇਹ ਹੁਸਨ ਜਵਾਨੀ, ਸਦਾ ਨਹੀਂ ਖਿੜਦੀਆਂ ਗੁਲਜ਼ਾਰਾਂ, ਸਦਾ ਨਹੀਂ ਇਹਨਾਂ ਦਾ ਰਾਜ ਰਹਿਣਾ। ਅੰਤ ਰਾਜ ਖਾਲਸੇ ਦਾ ਆ ਜਾਣਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਇਹ ਜੋ ਪਰਿਵਾਰ ਬਹੁਤ ਹੀ ਚੜ੍ਹਦੀ ਕਲਾ ਵਾਲਾ ਵਾ, ਬਹੁਤ ਚੜ੍ਹਦੀ ਕਲਾ ਵਾਲਾ, ਸਾਰਾ ਹੀ ਗੁਰਮੁਖ ਪਰਿਵਾਰ, ਮਾਲਕ ਨੇ ਇਹਨਾਂ 'ਤੇ ਕਿਰਪਾ ਬੜੀ ਕੀਤੀ ਆ। ਇਹੋ ਜਿਹੇ ਯੋਧੇ ਨੂੰ ਜਿਹਨਾਂ ਜਿਸ ਮਾਂ ਨੇ ਜਨਮ ਦਿੱਤਾ, ਅਸੀਂ ਉਹਨੂੰ ਲੱਖ ਲੱਖ ਸਲਾਮ ਕਰਦੇ ਹਾਂ। ਗੁਰੂ ਮਹਾਰਾਜ ਉਸ ਮਾਈ 'ਤੇ ਚੜ੍ਹਦੀ ਕਲਾ ਰੱਖੇ, ਉਸ ਭਾਈ ਜਿਹੜੇ ਸਾਡੇ ਵੀਰ, ਸਾਡੇ ਭਾਈ ਸਾਹਿਬ ਭਾਈ ਹਰਜੀਤ ਸਿੰਘ ਸਰਪੰਚ ਸਾਹਿਬ, ਜੋ ਕਿ ਆਪਣੇ ਨਗਰ ਦੇ ਜੱਲੂਪੁਰ ਖੈੜਿਆਂ ਦੇ ਦਾਸ ਦਾ ਉਹੀ ਪਿੰਡ ਆ, ਗੁਰੂ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ੇ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਮੋਰਚਾ ਛੇਤੀ ਟੁੱਟ ਜਾਣਾ ਅਤੇ ਗੁਰੂ ਮਹਾਰਾਜ ਨੇ ਤੋੜ ਦੇਣਾ। ਸੱਚੇ ਪਾਤਸ਼ਾਹ ਅੰਗ ਸੰਗ ਹੋ ਕੇ ਸਹਾਇਤਾ ਕਰਨ, ਸਾਰਿਆਂ ਦੀ ਚੜ੍ਹਦੀ ਕਲਾ ਕਰਨ। ਇਸੇ ਤਰੀਕੇ ਦੇ ਨਾਲ ਜਿੰਨੀ ਵੀ ਸੰਗਤ ਆ, ਜਿੱਥੋਂ ਤੱਕ ਦਾਸ ਦੀ ਆਵਾਜ਼ ਜਾਂਦੀ ਹੋਵੇ, ਵੱਧ ਤੋਂ ਵੱਧ ਹਾਜ਼ਰੀ ਭਰਨ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਕੇ ਅਰਦਾਸਾਂ ਬੇਨਤੀਆਂ ਕਰਨ ਕਿ ਮਾਲਕਾ ਇਹ ਮੋਰਚੇ ਦਾ ਮਸਲਾ ਹੱਲ ਸਾਡਾ ਕਰ ਦੇ। ਗੁਰੂ ਮਹਾਰਾਜ ਉਹਨਾਂ 'ਤੇ ਅੰਗ ਸੰਗ ਹੋ ਕੇ ਸਹਾਇਤਾ ਕਰਨ, ਤੰਦਰੁਸਤੀ ਦੀ ਦਾਤ ਬਖਸ਼ਣ। ਸੱਚੇ ਪਾਤਸ਼ਾਹ ਇਹਨਾਂ ਕੁਛ ਕਹਿੰਦੇ ਬਈ, ਕਵਿਤਾ 'ਤੇ ਇੱਕ ਅਰਦਾਸ ਨੇ ਹੋਰ ਲਾਉਣੀ ਸੀ, ਪਰ ਪਿੱਛੇ ਪ੍ਰੋਗਰਾਮ ਖਿੱਚ ਵੜੀ ਆ, ਇਸ ਵਾਸਤੇ ਇੱਕ ਵਾਰ ਫੇ ਫਤਿਹ ਬੁਲਾ ਦਿਓ, ਸਾਰੇ ਜਾਣੇ ਗੱਜ ਕੇ ਫਤਿਹ ਬੁਲਾਇਓ, ਹਾਜ਼ਰੀ ਜ਼ਰੂਰ ਲਵਾ ਦਿਓ, ਉੱਥੋਂ ਤੱਕ ਪਹੁੰਚਾ ਦਿਓ ਫਤਿਹ ਕਿ ਭਾਈ ਫਤਿਹ ਖੀਰੀ ਸਾਡੀ ਫਤਿਹ ਹੀ ਹੋਣੀ ਆ। ਆਓ ਪਿਆਰ ਦਾ ਸਬੂਤ ਗੱਜ ਕੇ ਕਹਿ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਜਿਵੇਂ ਕਿ ਅੱਗੇ ਵੀ ਮੈਂ ਸ਼ੁਕਰਾਨਾ ਕੀਤਾ ਸੀ ਭਾਈ ਬਲਜਿੰਦਰ ਸਿੰਘ ਜੀ ਪਰਵਾਨਾ ਜੀ, ਜਿਨ੍ਹਾਂ ਨੂੰ ਆਪਾਂ ਸੋਸ਼ਲ ਮੀਡੀਆ 'ਤੇ ਬਹੁਤ ਸੁਣਦੇ ਹਾਂ, ਇਹੋ ਜਿਹੇ ਸੂਰਬੀਰ ਯੋਧੇ, ਇਹੋ ਜਿਹੇ ਸੂਰਬੀਰ ਕੌਮੀ ਪਰਵਾਨੇ, ਸੂਰਬੀਰ ਯੋਧੇ ਜਿਹੜੇ ਅੱਜ ਸਾਡੇ ਵਿੱਚ ਹਾਜ਼ਰ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇੱਥੇ ਸੰਗਤਾਂ ਵਿੱਚ ਆਣ ਕੇ ਆਪਣੇ ਵਿਚਾਰ ਰੱਖਣ। ਸੋ ਭਾਈ ਬਲਜਿੰਦਰ ਸਿੰਘ ਜੀ ਪਰਵਾਨਾ ਜੀ, ਨਾ ਤਾਂ ਜੇਲ੍ਹਾਂ ਤੋਂ ਡਰਦੇ ਨੇ ਅਤੇ ਨਾ ਇਹ ਮਰਨ ਤੋਂ ਡਰਦੇ ਨੇ। ਗੱਲਾਂ ਕਰਨੀਆਂ ਤਾਂ ਸੌਖੀਆਂ ਹੁੰਦੀਆਂ ਨੇ, ਪਰ ਅਮਲ ਵਿੱਚ ਕਰ ਜਿਹੜੀਆਂ ਜਿਹੜਾ ਕੋਈ ਗੱਲ ਅਮਲ ਵਿੱਚ ਲਿਆਉਂਦਾ ਹੈ ਗੱਲ ਨੂੰ, ਉਹਨਾਂ ਵਾਸਤੇ ਆਪਾਂ ਉਹਨਾਂ ਸੂਰਬੀਰਾਂ ਨੂੰ ਜ਼ਿਆਦਾ ਸਲਾਮ ਕਰੀਏ। ਸੋ ਕੌਮੀ ਪਰਵਾਨੇ ਸਾਡੇ ਪਰਵਾਨਾ ਜੀ ਤੁਹਾਡੇ ਸਾਹਮਣੇ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਕੋਲੇ ਆਲਮ ਸੁਲਤਾਨ ਵਾਲੀਏ ਦੋ ਜਹਾਨ ਪਾਤਸ਼ਾਹ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਾਜ਼ਰ ਨਾਜ਼ਰ ਜਾਣ ਕੇ ਅਸੀਸਾਂ ਲਈਏ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ। ਸਾਰੇ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪ੍ਰਚਾਰਕ ਆਏ ਸੀ ਵੀਰ, ਵੀ ਕਹਿੰਦੇ ਫਤਿਹ ਨਹੀਂ ਬੁਲਾਉਂਦੇ, ਫਤਿਹ ਬੁਲਾਉਣੀ ਚਾਹੀਦੀ ਆ। ਅੱਗੇ ਆਵਤ ਸਿੰਘ ਜੋ ਆਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਇਹ ਫਤਿਹ ਗੁਰੂ ਸਾਹਿਬ ਨੇ ਸਾਡੀ ਝੋਲੀ ਵਿੱਚ ਐਵੇਂ ਨਹੀਂ ਪਾਈ, ਇਹਦੇ ਕਾਰਨ ਨੇ ਕੋਈ। ਗੁਰੂ ਸਾਹਿਬ ਤੋਂ ਪਹਿਲਾਂ
सत करतार दा नारा जां गुरबरे अकाल दा नारा ते अमृत दी जड़ी रेत से चरण धोए रहलास कर गुरसिखा अमृत फैलाया वो चरण पौल चलदा सी पर कलगीधर पातशाह ने उन्हों खंडे बाटे च बदलिया ते फतेह सिखां दी झोली च पाई। खालसा जी मैं दो मिनट इस विषय ते बोलांगा क्योंकि मैनू चंगा लग्या कविशर सिंह ने जो हाजरी भरी दवान दे विच कथावाचक प्रचारक ढाडी कविशर सिंह समा जिहड़ा ज़्यादा देना चाहिए। गुरु गोबिंद सिंह पातशाह जदों भाई मनी सिंह जी बैठे सी सवाल जवाब किए सी उन्होंने फतेह दे बाबत, भाई मनी सिंह जी ने पूछा महाराज जी तुसीं साडी झोली च फतेह पाई आ क्यों पाई है। गुरु गोबिंद सिंह पातशाह ने जवाब दिता सी भाई मनी सिंह जू को फतेह को बिरतांत बरिंद आप मुखार बिंद नाथ जू सुनायो है। जां तां अज तो बाद फतेह गज वज के बुलाया करोगे जां फिर छड़ दोगे एक पासा करोगे तुसीं सुनियो पर ध्यान नाल। भाई मनी सिंह जू को फतेह को आप मुखार बिंद नाथ जू सुनायो है अपने मुख तो गुरु गोबिंद सिंह पातशाह ने सुनाया कहिंदा गाज क्या अगारी सो मरगंध जो बुलायो जोई कहिंदे जिहड़ा गज के शेर दे वांगू पहला अगे आके फतेह बुलाउंदा है कहिंदे ये ना सोचे उन्हें फतेह बुलाई आ गाज का अगारी सो मरगंध जो बुलायो जोई। मेरे पातशाह कहिंदे मुख को सो है हो सो प्यारो मोहे पायो है कहिंदे ये ना सोचे उन्हें फतेह बुलाई आ ये सोचे भी उन्हें मेरे चेहरे दे दर्शन कर ले ने भाव गुरु गोबिंद सिंह पातशाह दे चेहरे दे जेड़े ने उन्हों ददार हो गए। फिर भाई मनी सिंह जी कहते महाराज पहली बार तो फिर इको सिंह पहल करेगा तो दूजे का की गुनाह है। तो महाराज कहते मान तो प्रमोद होए बराबर है रसीले बोल कहते उस फतेह नूं मन्ने प्रमोद खुशी दे नाल मतलब जवाब देवे जे कोई फतेह बुलावे ना तो खुशी नाल उहदा जवाब देवे मान तो प्रमोद होए बराबर रसीले बोल उस आवाज विच जिवें सिंह ने गज के बुलाई फतेह दे गज के ही उहदा जवाब देना। महाराज ने दाहिने बैठे हो सो दीवान विच आयो है कहिंदे मेरे सज्जे पासे दा अधिकारी होवेगा ते सज्जे पासे किहनूं मोने आपां हमेशा जिहनूं आपां सतकार दिंदे अपने तो वड्डा समझदे आ उहनूं आपां सज्जे पासे पाउंदे आ सराहणे वाले पासे पाउंदे आ पैंद नहीं पाउंदे कदे वी। फिर भाई मनी सिंह कहिंदे महाराज कई बार हुण बंदे गज के फतेह नहीं बुलाउंदे तुसीं गज के बुलाई अगले ने हौली आवाज च फतेह बुलाती ते पातशाह कहिंदे ने नैक्सी बीमार जो कबूल तो को बामे अंग भी कई बार कोई बंदा बीमार होंदा है उच्ची आवाज नहीं बुला सकता महाराज हौली आवाज जवाब दिता। महाराज कहिंदे जिहड़ा फतेह का जवाब हौली दे रहा वह मेरे खब्बे पासे का अधिकारी है फल उन्हों भी आ वह मेरे खब्बे पासे का अधिकारी है पर जेड़े आपां फतेह का जवाब नहीं देंदे कोई फतेह बुलावे तो चुप करके आपां बह जाने तो मेरे पातशाह कहिंदे ने पातकी पठे हो मूड़ मोयो लठायो है कहिंदे वह पातकी कहिंदे वह बंदा पापी है पठे हो उहदे वल मेरी पिठ है जिहड़ा फतेह नहीं बुलाउंदा पातकी पठे हो मूड़ कहिंदे वह मूर्ख है लुठायो कहिंदे उहदा समझ लो सारा कुछ लुटिया गया जिहड़ा फतेह का जवाब नहीं देंदा। ये गुरु गोबिंद सिंह पातशाह दे प्यारे सानू सिखिया है इस करके जदों भी आपां फतेह बुलाउने आ कोई बुलाउंदा है तां जवाब जिहड़ा गज वज के दिया करो आखो जी वाहे गुरु जी का वाहे गुरु जी के। 16 तरीक तो साढ़े भरा बैठे ने लगभग
दो चार दिन बाद इत्थे जिहड़ा मोर्चा सी प्रारंभ हो गया, मतावां ने मोर्चा आरंभ किया। मैं एक बेनती करां इस कौम नूं हमेशा भैणां ते माण रहा, बीबियां ते माण रहा। एक इंग्लिश की मैं किताब पढ़ता सी, उहदे च एक राइटर लिखदा कहिंदा बाई गेन इट्स कंसीडर दैट द गर्ल्स आर प्राउड ऑफ आवर कंट्री इन द प्रेजेंट टाइम यू आलसो सेव योर जनरेशन। वह कहिंदा भी कौम दे विच भैणां ते बीबियां ते कौम नूं बड़ा माण रहा, क्योंकि जे लोड़ लंगरां च पई आ ते इन्हां ने वह खुरचने भी चलाए ने, ते जे लोड़ जंग दे मैदान च पई आ ते इन्हां ने तलवारां भी चलाई हमेशा, ते जे टुट्टी गंढी आ ते उह मावां ने गंढी, माता भाग कौर ने गंढी आ। ते अज उही मां तो माता भाग कौर तो प्रेरणा लैके, अज उही माता सुंदर कौर जी तो प्रेरणा लैके, बीबी शरण कौर जी तो प्रेरणा लैके साडियां ये मातावां, इनू केवल भुख हड़ताल ना समझियो, ये संघर्ष है। ये आपां संघर्ष लड़ रहे हैं, ते संघर्ष केवल इस करके नहीं लड़े जांदे भी तुसी जितण ही चले हो, संघर्ष इस करके भी लड़े जांदे ने वो तुहाडे जिउंदे दा तुहाडे जागदे दा सबूत ने। ਤੁਸੀਂ ਜਿੰਨੇ ਬੈਠੇ ਹੋ ਇੱਥੇ, ਮੈਂ ਇੱਕ ਗੱਲ ਅਕਸਰ ਕਰਦਾ ਸਟੇਜਾਂ ਤੇ, ਇਹ ਗੌਰ ਨਾਲ ਸੁਣਨ ਵਾਲੀ ਗੱਲ ਹੈ ਵੀ ਕਿਉਂ ਬੈਠੇ ਇੱਥੇ? ਪ੍ਰਚਾਰਕ ਆ ਰਹੇ ਨੇ, ਹੱਕ ਲੈਣ ਬੈਠੇ ਆ, ਇਕੱਲੇ ਇਸ ਕਰਕੇ ਨਹੀਂ ਬੈਠੇ, ਕੋਈ ਕਾਰਨ ਹੈ ਇੱਥੇ ਬਹਿਣ ਦਾ। ਇਹ ਨਹੀਂ ਵੀ ਇਕੱਲੇ ਯੋਧੇ ਸਾਡੇ ਜੇਲ੍ਹਾਂ 'ਚ ਬੈਠੇ ਨੇ, ਇਕੱਲੀ ਇਹਨਾਂ ਵਾਸਤੇ ਨਹੀਂ ਬੈਠੇ ਆਪਾਂ, ਕਾਰਨ ਹੈ ਇੱਥੇ ਤੁਹਾਡੇ ਬਹਿਣ ਦਾ। ਇਹ ਮਤ ਜਾਣਿਓ ਗਿਣਤੀ ਥੋੜ੍ਹੀ ਆ ਕਿ ਬਹੁਤੀ ਆ, ਕਾਰਨ ਇਹ ਦੇਸ਼ ਏਸ਼ੀਆ ਦਾ ਦੇਸ਼ ਹੈ। ਸੈਕਟਰੀ ਸਾਹਿਬ ਨੂੰ ਬੇਨਤੀ ਕਰਾਂਗਾ ਜੇ ਸਮਾਂ ਵੱਧ ਲੱਗ ਜਾਵੇ ਤਾਂ 2 ਮਿੰਟ ਮਾਫ਼ੀ ਦੇ ਦਿਓ ਜੇ, ਕਿਉਂਕਿ ਬੁਲਾਰੇ ਬਹੁਤ ਨੇ। ਇਹ ਏਸ਼ੀਆ ਦਾ ਦੇਸ਼ ਹੈ, ਗੌਰ ਕਰਿਓ, ਇਕਾਗਰਤਾ ਬਣਾਓ, ਬੋਲੋ ਵਾਹਿਗੁਰੂ, ਫਿਰ ਬੋਲੋ ਵਾਹਿਗੁਰੂ। ਇਹ ਏਸ਼ੀਆ ਦਾ ਦੇਸ਼ ਹੈ, ਇਸ ਦੇਸ਼ ਦੇ ਵਿੱਚ ਰਿਵਾਜ ਹੈ ਲੋਕ ਵੱਡੀਆਂ ਮੰਡੇਰੀਆਂ ਦੀਆਂ ਮੜੀਆਂ 'ਤੇ ਦੀਵਾ ਬਾਲਦੇ ਨੇ। ਸਾਨੂੰ ਗੁਰਮਤ ਇਸ ਗੱਲ ਦੀ ਗਵਾਹੀ ਨਹੀਂ ਦਿੰਦੀ। ਇਸੇ ਦੇਸ਼ ਏਸ਼ੀਆ 'ਚ ਕਬਰਾਂ ਦੇ ਉੱਪਰ ਚਿਰਾਗ ਬਾਲਿਆ ਜਾਂਦਾ, ਕਬਰਾਂ 'ਤੇ ਚਿਰਾਗ। ਨੋਟ ਕਰਿਓ, ਪੱਛਮੀ ਦੇਸ਼ ਵੈਸਟਰਨ ਕਲਚਰ ਜਿਹਨੂੰ ਕਹਿ ਦਿੰਦੇ ਹਾਂ, ਕੰਟਰੀ ਕਹਿ ਦਿੰਦੇ ਹਾਂ, ਉੱਥੇ ਕਬਰਾਂ 'ਤੇ ਫੁੱਲਾਂ ਦਾ ਗੁਲਦਸਤਾ ਰੱਖਿਆ ਜਾਂਦਾ ਜਾਂ ਕੈਂਡਲ ਮੋਮਬੱਤੀਆਂ ਬਾਲ ਕੇ ਰੱਖੀਆਂ ਜਾਂਦੀਆਂ। ਗੌਰ ਕਰਿਓ, 4 ਇੱਟਾਂ ਦੀ ਮੜੀ, ਕੋਈ ਉਹਦੇ 'ਚ ਹੈ ਹੀ ਨਹੀਂ, ਰੋਸ਼ਨੀ ਕਿਹਨੂੰ ਦੇ ਰਹੇ? ਦੀਵੇ 'ਚ ਤਾਕਤ ਨਹੀਂ, ਦੀਵਾ ਉੱਥੇ ਬਲਦਾ ਹੋਵੇ ਤੇ ਮੈਂ ਇੱਥੇ ਕਹਾਂ ਮੈਨੂੰ ਰਸਤਾ ਵਿਖ ਜੇ ਹੱਥ 'ਚ ਫੜ ਕੇ, ਤੇ ਮੈਂ ਸੁਭਾਵਿਕ ਰਸਤਾ ਵੇਖ ਲਵਾਂਗਾ, ਰੋਸ਼ਨੀ ਮਿਲ ਜਾਏਗੀ। ਪਰ ਦੀਵਾ ਉੱਥੇ ਬਲੇ ਤੇ ਇੱਥੇ ਰੋਸ਼ਨੀ ਨਹੀਂ ਮਿਲੇਗੀ। ਚਿਰਾਗ 'ਚ ਤਾਕਤ ਨਹੀਂ ਹੈ, ਫੁੱਲਾਂ ਦੇ ਗੁਲਦਸਤੇ 'ਚ ਤਾਕਤ ਨਹੀਂ ਵੀ ਫੁੱਲਾਂ ਦਾ ਗੁਲਦਸਤਾ ਉਹ 20-50 ਮੀਟਰ ਪਿਆ ਹੋਵੇ ਤੇ ਮੈਂ ਇੱਥੇ ਖੁਸ਼ਬੂ ਮਾਣਨ ਦਾ ਚਾਹਵਾਨ ਹੋਵਾਂ। ਫੁੱਲਾਂ ਕੋਲ ਜਾਣਾ ਪਏਗਾ, ਹੱਥ 'ਚ ਫੜ ਕੇ ਸੁਗੰਧੀ ਲੈਣੀ ਪਏਗੀ ਤੇ ਖੁਸ਼ਬੂ ਆਏਗੀ। ਪਰ ਕਿਉਂ ਦੀਵਾ ਕਿਉਂ ਬਾਲਿਆ ਗਿਆ, ਚਿਰਾਗ ਕਿਉਂ ਬਾਲਿਆ ਗਿਆ, ਫੁੱਲਾਂ ਦਾ ਗੁਲਦਸਤਾ ਕਿਉਂ ਰੱਖਿਆ ਗਿਆ? ਉਹਦਾ ਕਾਰਨ ਹੈ ਤੁਸੀਂ ਇੱਥੇ ਕਿਉਂ ਬੈਠੇ ਹੋ, ਉਹਦਾ ਕਾਰਨ ਨਾਲ ਸਮਝਿਓ ਜੇ। ਉਹ ਜਿਸ ਮੜੀ ਤੇ ਦੀਵਾ ਬਲਦਾ ਹੋਏਗਾ, ਜਿਸ ਕਬਰ ਤੇ ਚਿਰਾਗ ਬਲਦਾ ਹੋਏਗਾ, ਉੱਥੋਂ ਕੋਈ ਜਦੋਂ ਰਾਹਗੀਰ ਲੰਘੇਗਾ ਉਹ ਬਲਦਾ ਦੀਵਾ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਲਾ ਲਏਗਾ ਵੀ ਅੱਜ ਇਹਦੀ ਮੜੀ ਤੇ ਦੀਵਾ ਬਲਦਾ, ਇਹਦੀ ਔਲਾਦ ਅੱਜ ਵੀ ਜਿਉਂਦੀ ਹੈ, ਇਹਦੇ ਭਰਾ ਇਹਦੇ ਰਿਸ਼ਤੇਦਾਰ ਅੱਜ ਵੀ ਜਿਉਂਦੇ ਨੇ, ਤੇ ਆਹ ਜਿਹੜਾ ਮੋਰਚਾ ਲੱਗਾ ਇਸ ਮੋਰਚੇ ਦੇ ਕੋਲੋਂ ਉਹ ਜਿਹੜਾ ਵੀ ਭਾਵੇਂ ਕੋਈ ਪੰਥ ਦੋਖੀ ਹੋਵੇ ਭਾਵੇਂ ਕਿਸੇ ਹੋਰ ਧਰਮ ਦਾ ਹੋਵੇ, ਉਹ ਜਦੋਂ ਇੱਥੋਂ ਲੰਘਦਾ ਆਹ ਮੋਰਚਾ ਵੇਖ ਕੇ ਉਹ ਸੁਭਾਵਕ ਇਹ ਗੱਲ ਜ਼ਰੂਰ ਕਹਿੰਦਾ ਵੀ ਆਹ ਭਾਈ ਅੰਮ੍ਰਿਤਪਾਲ ਸਿਆ ਫਿਕਰ ਨਾ ਕਰ, ਉਹ ਤੇਰੇ ਭਰਾ ਜੇ ਵੀ ਪੰਜਾਬ ਦੇ ਵਿੱਚ ਜਿਉਂਦੇ ਪਏ ਨੇ। ਇਹ ਕਾਰਨ ਹੈ ਇਹਨਾਂ ਮੋਰਚਿਆਂ ਨੂੰ ਲਾਹਣ ਦਾ, ਇਹ ਕਾਰਨ ਹੈ ਇੱਥੇ ਬੈਠਣ ਦਾ। ਮੈਂ ਗੱਲ ਕਹਿ ਕੇ ਫਤਿਹ ਬੁਲਾ ਦੇਣੀ ਆ। ਇੱਕ ਨਾ ਇਹ ਗੌਰ ਕਰਿਓ ਇਸ ਗੱਲ ਵੱਲ, ਆਪਾਂ ਦੋਸ਼ ਦਿੰਦੇ ਹਾਂ
ਸਰਕਾਰਾਂ ਨੂੰ ਭਾਵੇਂ ਉਹ ਸੈਂਟਰ ਦੀ ਤੇ ਭਾਵੇਂ ਉਹ ਪੰਜਾਬ ਸਰਕਾਰ। ਪਰ ਮੈਂ ਇੱਥੇ ਉਹਨਾਂ ਨੂੰ ਕਲੀਨ ਚਿੱਟ ਦੇਣ 'ਤੇ ਨਹੀਂ ਆਇਆ, ਪਰ ਮੈਂ ਸੱਚ ਕਹਾਂਗਾ ਸਰਕਾਰਾਂ ਦਾ ਦੋਸ਼ ਤਾਂ ਕਿਤੇ 10% ਰਿਹਾ ਹੋਏਗਾ। ਇਹਦੇ 'ਚ ਦੋਸ਼ ਵੱਡਾ ਕਿਹਦਾ? ਦੋਸ਼ ਇੱਕ ਜੱਟ ਨੇ ਨਾ, ਉਹਦਾ ਮੁੰਡਾ ਨਾਲ ਸੀ, ਉਹ ਮੱਝ ਲਿਆਏ ਨਾਲ, ਉਹਦੇ ਕੱਟਾ ਸੀ ਘਰੇ ਲਿਆ ਕੇ, ਬੰਤੀ ਇੱਕ ਬਾਂਦਰ ਰੱਖਿਆ ਹੋਇਆ ਸੀ ਘਰੇ ਉਹਨੇ। ਰੋਜ਼ ਧਾਰ ਕੱਢਣ ਆਇਆ ਕਰੇ, ਚੋਣ ਆਇਆ ਕਰੇ, ਤੇ ਬਾਂਦਰ ਨੇ ਵੇਖਣਾ ਵੀ ਜਦੋਂ ਪਰਛਾਵਾਂ ਇੱਥੇ ਆ ਜਾਂਦਾ ਵੀ ਉਦੋਂ ਧਾਰਾਂ ਚੋਣ ਆਉਂਦਾ। ਬਾਂਦਰ ਚਲਾਕ ਸੀ, ਸਿਆਣਾ ਸੀ, ਉਹਨੇ ਪਰਛਾਵੇਂ ਦਾ ਹਿਸਾਬ ਲਾ ਲਿਆ ਤੇ ਜਦੋਂ ਪਰਛਾਵਾਂ ਆਉਣਾ ਉਹਦੇ ਤੋਂ 15-20 ਮਿੰਟ ਪਹਿਲਾਂ ਉਹਨੇ ਸਾਰਾ ਦੁੱਧ ਚੁੰਘ ਜਿਆ ਕਰਨਾ ਤੇ ਝੱਗ ਜਿਹੜੀ ਸੀ ਕੱਟੇ ਦੇ ਮੂੰਹ ਨੂੰ ਲਾ ਦਿਆ ਕਰਨੀ। ਇੱਕ ਦਿਨ ਨਿਕਲਿਆ, ਉਹਨੇ ਵੇਖਿਆ ਜੱਟ ਨੇ ਆ ਕੇ ਵੀ ਕੱਟਾ ਦੁੱਧ ਪੀ ਗਿਆ, ਕਿਉਂਕਿ ਝੱਗ ਲੱਗਾ ਸੀ ਨਾ ਮੂੰਹ ਨੂੰ। ਉਹ ਕਹਿੰਦਾ ਕੋਈ ਗੱਲ ਨਹੀਂ, ਚਲੋ ਚਲਾ ਗਿਆ। ਦੂਜੇ ਦਿਨ ਆਇਆ, ਬਾਂਦਰ ਨੇ ਪਰਛਾਵਾਂ ਦੁੱਧ ਫਿਰ ਚੁੰਘਿਆ ਹੋਇਆ ਸੀ ਤੇ ਝੱਗ ਕੱਟੇ ਦੇ ਮੂੰਹ ਨੂੰ ਲਾਇਆ ਹੋਇਆ ਸੀ। ਅੱਜ ਜੱਟ ਹਰਖ ਗਿਆ, ਉਹਨੇ ਡੰਡਾ ਚੁੱਕਿਆ, ਉਹਨੇ ਕੱਟਾ ਕੁੱਟਣ ਧਰਤਾ, ਕੱਟੇ ਨੂੰ ਕੁੱਟੀ ਗਿਆ। ਤੀਜਾ ਦਿਨ ਹੋਇਆ, ਫਿਰ ਇਹੀ ਹਾਲ, ਉਹਨੇ ਫਿਰ ਕੱਟੇ ਨੂੰ ਕੁੱਟਿਆ ਵੀ ਉਹਨੇ ਸੈਲ ਬੰਨਤਾ, ਉੱਥੋਂ ਫਿਰ ਇਹੀ ਹਾਲ ਹੋਇਆ। ਮੈਂ ਇਹ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ, ਇੱਥੋਂ ਗੱਲ ਸਮਝਿਓ ਜੇ, ਭਾਈ ਅੰਮ੍ਰਿਤਪਾਲ ਸਿੰਘ ਦੇ ਉੱਪਰ ਕਾਰਵਾਈ ਕਰਨ ਦਾ ਝੱਗ ਤਾਂ ਬੇਸ਼ੱਕ ਸੈਂਟਰ ਜਾਂ ਭਗਵੰਤ ਮਾਨ ਦੇ ਮੂੰਹ ਨੂੰ ਲਾਤਾ, ਪਰ ਜਿਹੜੇ ਦੁੱਧ ਪੀਣ ਵਾਲੇ ਸੀ ਉਹ ਸਾਡੇ ਆਪਣੇ ਸੀ, ਬਗਾਨੇ ਨਹੀਂ ਸੀ ਹੈਗੇ, ਉਹ ਸਾਡੇ ਸੀ, ਉਹ ਸਾਡੇ ਸੀ ਜਿਨ੍ਹਾਂ ਨੇ ਧਰੋਹ ਕਮਾਇਆ, ਜਿਨ੍ਹਾਂ ਨੂੰ ਇਹ ਲੱਗਿਆ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਅਜਨਾਲੇ ਥਾਣੇ 'ਚ ਲੈ ਕੇ ਕਿਉਂ ਚਲਿਆ ਗਿਆ, ਜਿਨ੍ਹਾਂ ਨੂੰ ਇਹ ਹੋ ਗਿਆ ਵੀ ਸਾਡੀਆਂ ਦੁਕਾਨਾਂ ਕਿਉਂ ਬੰਦ ਹੋ ਗਈਆਂ, ਜਿਨ੍ਹਾਂ ਨੂੰ ਇਹ ਹੋ ਗਿਆ ਵੀ ਸਾਡੀ ਵਡਿਆਈ ਸਾਡੀ ਪ੍ਰਭਸੱਤਾ ਕਿਉਂ ਘੱਟ ਹੋ ਗਈ। ਸੋ ਇਸ ਕਰਕੇ ਇਹ ਦੁੱਧ ਪੀਣ ਵਾਲੇ ਬਾਂਦਰ ਜਿਹੜੇ ਸੀ ਉਹ ਸਾਡੇ ਵਿੱਚ ਨੇ, ਸਾਡੇ ਵਿੱਚ ਮੌਜੂਦ ਨੇ, ਔਰ ਸਾਡੇ ਵਿੱਚ ਸਦਾ ਰਹਿਣਗੇ, ਭੇਸ ਬਦਲ ਬਦਲ ਕੇ ਆਉਂਦੇ ਰਹਿਣਗੇ। ਸੋ ਇਸ ਕਰਕੇ ਸਰਕਾਰਾਂ ਤੋਂ ਪਹਿਲਾਂ ਇਹਨਾਂ ਨੂੰ ਪਛਾਣਨਾ ਚਾਹੀਦਾ, ਤੁਹਾਨੂੰ ਇਹਨਾਂ ਦੀ ਪਛਾਣ ਕਰਨੀ ਪਏਗੀ ਤੁਹਾਨੂੰ, ਕਿਉਂਕਿ ਇਹ ਤੁਹਾਡੇ ਚ ਆ ਕੇ ਇਹ ਬੰਨ ਇਹੀ ਲਾਉਂਦੇ ਨੇ, ਖੋਰਾ ਇਹੀ ਲਾਉਂਦੇ ਨੇ, ਢਾ ਇਹੀ ਲਾਉਂਦੇ ਨੇ, ਕੰਧਾਂ 'ਚ ਪਾੜ ਇਹੀ ਪਾਉਂਦੇ ਨੇ, ਇਹੀ ਤੁਹਾਡਾ ਭੇਤ ਦਿੰਦੇ ਨੇ। ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ, ਇਹਨਾਂ ਨੇ ਸਾਡਾ ਉਹਨਾਂ ਵਿੱਚ ਰਾਗੀ ਵੀ ਚੰਗੇ ਸੀ, ਢਾਡੀ ਵੀ ਚੰਗੇ ਸੀ, ਜਿਨ੍ਹਾਂ ਨੂੰ ਕੌਮ ਬੜਾ ਪੂਜਦੀ ਮੰਨਦੀ ਆ, ਚੰਗੇ ਚੰਗੇ ਢਾਡੀਆਂ ਨੇ ਇਹਨਾਂ ਵੀਰਾਂ ਦੇ ਖਿਲਾਫ਼ ਬੋਲਿਆ, ਚੰਗੇ ਚੰਗੇ ਕਥਾ ਵਾਚਕਾਂ ਨੇ ਜਦੋਂ ਸਰੂਪ ਲੈ ਕੇ ਰੋਣ ਲੱਗ ਗਏ। ਅੱਜ ਢੱਡਰੀ 'ਤੇ ਰੋਂਦਾ ਸੀ, ਸਟੇਜ 'ਤੇ ਬਹਿ ਕੇ ਰੋਂਦਾ ਸੀ, ਉਦੋਂ ਹਾਲਾਂ ਮੈਂ ਹੈਰਾਨ ਹਾਂ, ਰੋਂਦਾ ਸੀ। ਸਿੱਖਾਂ ਦਾ ਮੁੱਦਾ ਹੋਰ ਕੋਈ ਮੁੱਦਾ ਹੋਵੇ ਕਦੇ ਨਹੀਂ, ਸਿੱਖਾਂ ਦਾ ਮੁੱਦਾ ਹੋਵੇ 2-2 ਘੰਟੇ ਦੀਵਾਨ ਲਾਉਂਦਾ ਉਹ ਆਪਣੇ ਬੰਦ ਕਮਰੇ 'ਚ ਬਹਿ ਕੇ। ਮੈਂ ਬੇਨਤੀ ਕਰਾਂ ਗੁਰੂ ਪਿਆਰਿਓ, ਕੋਈ ਗੱਲ ਨਹੀਂ, ਜੇਲ੍ਹਾਂ ਕੋਈ ਮਾੜੀਆਂ ਨਹੀਂ ਹੁੰਦੀਆਂ। ਜੇ ਭਾਈ ਸਾਹਿਬ ਜਾਂ ਸਾਡੇ ਭਰਾ 10 ਇੱਥੇ ਜਿਹੜੇ ਅੰਮ੍ਰਿਤਸਰ ਦੀ ਜੇਲ੍ਹ 'ਚ ਬੈਠੇ ਨੇ ਉਹ ਵੀ ਤਾਂ ਬਰਾਬਰ ਦੇ ਨਾ, ਕਿਉਂਕਿ FIR ਤਾਂ ਇੱਕੋ ਹੀ ਹੈ ਨਾ, FIR ਉਹੀ ਹੈ। ਜੇ ਜ਼ਮਾਨਤਾਂ ਇਹਨਾਂ ਸਿੰਘਾਂ ਦੀਆਂ ਨਹੀਂ ਹੋਈਆਂ ਤਾਂ ਜ਼ਮਾਨਤਾਂ ਅੰਮ੍ਰਿਤਸਰ ਵਾਲੇ ਜਿਹੜੇ ਭਰਾ ਸਾਡੇ ਇਸ ਸਮੇਂ ਜੇਲ੍ਹਾਂ 'ਚ ਬੰਦ ਨੇ, ਜ਼ਮਾਨਤਾਂ ਉਹਨਾਂ ਦੀ ਵੀ ਨਹੀਂ ਹੋਈਆਂ, ਅਤੇ ਹਾਲਾਤ ਕਿਵੇਂ ਨੇ, ਕੀ ਹਾਲਾਤ ਨੇ ਉਹਨਾਂ ਸਿੰਘਾਂ ਦੇ, ਕਿੱਦਾਂ ਜੇਲ੍ਹਾਂ 'ਚ ਰਹਿੰਦੇ ਪਏ ਨੇ, ਕਿੰਨੇ ਕੁ ਸਾਡੇ ਵੀਰਾਂ ਨੇ, ਕਿੰਨੇ ਕੁ ਭਰਾਵਾਂ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਅੰਮ੍ਰਿਤਸਰ 'ਚ ਕਿੱਦਾਂ ਰਹਿੰਦੇ ਪਏ ਨੇ ਸਿੰਘ, ਕਿੰਨੇ ਕੁ ਜਿਹੜਾ ਸੰਦੀਪ ਸਿੰਘ ਸੰਨੀ ਸਾਡਾ ਭਰਾ ਜਿਹਨੇ ਗੱਡੀ ਚਾੜਿਆ ਉਸ ਵੇਲੇ, ਕਿੰਨੇ ਕੁ ਬੰਦਿਆਂ ਨੇ ਪਟਿਆਲੇ ਉਹਦੀ ਸਾਰ ਲੈ ਲਈ ਜੇਲ੍ਹ ਦੇ ਵਿੱਚ, ਕਿੰਨਿਆਂ ਕੁ ਨੇ ਪੁੱਛ ਲਿਆ। ਮੈਂ ਇਹ ਨਹੀਂ ਕਹਿ ਰਿਹਾ ਵੀ ਆਖੇ ਜੀ ਮੈਂ ਜਾਣਾ, ਮੇਰੀ ਜਿੰਨੀ ਕੁ ਔਕਾਤ ਮੈਂ ਕਰਦਾ ਹਾਂ ਅਤੇ ਕਰਦਾ ਰਹਾਂਗਾ, ਇਹ ਕਿਸੇ ਨੂੰ ਦੱਸਣ ਜਾਂ ਮੈਨੂੰ ਪੁੱਛਣ ਦੀ ਲੋੜ ਨਹੀਂ ਹੈਗੀ, ਪਰ ਸਾਡਾ ਫਰਜ਼ ਪਛਾਣਨੇ ਸ਼ੁਰੂ ਕਰੀਏ। ਅਤੇ ਬਾਕੀ ਭਾਈ ਤੁਸੀਂ ਬੈਠੇ ਹੋ, ਬੈਠੇ ਰਹੋ, ਇਨਸਾਫ਼ ਕਹਿੰਦੇ ਹਿੰਮਤ ਮਰਦਾਦ ਮਦਦ ਖੁਦਾ ਕਰ ਬੁਲੰਦ ਆਪਣੀ ਬੁਲੰਦੀਓ ਕੋ ਬੁਲੰਦ ਇਤਨਾ ਖੁਦ ਖੁਦਾ ਤੁਮਸੇ ਆ ਕੇ ਕਹੇ ਬਤਾ ਤੇਰੀ ਰਜ਼ਾ ਕਿਆ ਹੈ। ਉਹ ਭਾਗਾਂ ਵਾਲੇ ਹੋ ਇਹ ਮੋਰਚਾ ਨਹੀਂ ਲੱਗਾ, ਉਹ ਭਾਗਾਂ ਵਾਲੇ ਗੁਰੂ ਰਾਮਦਾਸ ਦੇ ਦਰ ਦੀ ਮਿੱਟੀ ਉਹ ਧੂੜ ਉਹ ਤੁਹਾਡੇ ਮੱਥੇ ਨੂੰ ਰੋਜ਼ ਸੰਗਤ ਦੀ ਜਿਹੜੀ ਚਰਨਾਂ ਨੂੰ ਲੱਗਦੀ ਹੈ ਇਹ ਕਿਤੇ ਬਿੱਧ ਬਣੀ ਆ, ਆਹ ਸਾਡੇ ਭਰਾਵਾਂ ਨੇ ਬਿੱਧ ਬਣਾਈ ਆ, ਅਤੇ ਤੁਸੀਂ ਗੁਰੂ ਰਾਮਦਾਸ ਦੇ ਦਰ ਦੀਆਂ ਅਸੀਸਾਂ ਪੇ ਇਕੱਠੀਆਂ ਕਰਦੇ। ਇਹ ਦਿਨ ਆਏਗਾ, ਉਹ ਬਦਲਾਵ ਆਏਗਾ, ਉਹ ਸਮਾਂ ਆਏਗਾ, ਕਿਉਂਕਿ ਜੇ ਸਮਾਂ ਆ ਨਹੀਂ ਸਮੇਂ ਉਹ ਵੀ ਨਹੀਂ ਰਹੇ, ਜੇ ਉਹ ਨਹੀਂ ਤਾਂ ਸਮੇਂ ਆ ਗਏ।
समा हमेशा बदलता है, इतिहास बदलता है। इस गल का कदे दुख ना मनायो भी हाए भी सानू साढ़े धक्का धक्का साढ़े ना कदों नहीं होया। इतिहास कट लो जे कदों नहीं होया, पर उस धक्के दे खिलाफ खड़न वाली कौम उदों भी खड़ी आ। जैतों का मोर्चा दो तीन साल चलिया लगातार, फिर जाके कित अड़ी सी ना गुरु ग्रंथ साहब पातशाह अखंड पाठ साहब जी की खंड खंडत हो गया सी, ते सिखां ने शहादतां देती 120 पाई, अड़ी सी ना वी अखंड पाठ साहब करना ही करना है। फिर विधान सभा च जाके जुलाई 1925 तो पास होया, 23 दे विच वो मोर्चा शुरू होया सी। ते मैं बेनती करा गुरु प्यारे हो तगड़े होवो तगड़े रहो। वो गुरु साहब कलगीधर पातशाह गुरु गोबिंद सिंह महाराज साडे सदा नाल ने, सदा अंग संगे अपंगंग विपूते कलगीधर पातशाह वै प्रगट्यो मर्द कमड़ा वरियाम अकेला। वाहो वाह गोबिंद सिंह आपे गुरु चेला। वो बाजा वाले ताजा वाले साजा वाले मिठिया आवाजा वाले बाणी पढ़िया करो, जोश आवे तुहाडे अंदर दसम पातशाह दी बाणी दा प्रचार करिया करो। युद्ध कलगीधर पातशाह दी बाणी ने बनाउणे ने, पढ़िया करो। खखंड बहंडम खलदल खंडम आतरण अमंडम बरबंडम पजदंड अखंडम तेज प्रचंडम ज्योत अमंडम भान प्रभु सुजनता करनम ध्रुव धरनम किलवे हरनम आ सरनम जय जय जयकार सृष्टि उबारण मम प्रतपारण जय तेग। पढ़िया करो कलगीधर पातशाह की बाणी। इतने जिन्हें नितनेम कराया करो वो तो वह इतने बैठे अभ्यास कराया करो। मूल मंत्र माला माला मेरे को ले लो, जिन्हें लैनिया मैं गड्डी रखदा, दो दो सौ तीन तीन सौ माला सौ सौ माला मैं गड्डी रखदा हुना। मूल मंत्र कराया करो तो भाई साहब संत सिंह की चढ़ती कला वास्ते एक माला करो, भावें 108 मणकियां की जिन्ना टाइम करनी है बोलना नहीं, माला करन तो बाद गल करो अरदास करो। मैं सच कहना साढ़े को बाणी घट गई है, बस लड़दे जरूर पए आ, बाणी का अभ्यास कट गया। जे संत जरनैल सिंह पिंडराणा की गल्लां करदे आ ते जपजी साहब का 101 पाठ का नितनेम सी रोजाना का, ते असीं जपजी साहब दे नहीं ते चपई साहब के 51 पाठ तक कर लिए, नहीं 21 कर लिए, जपजी साहब के 11 कर लिए। 101 पाठ करने कोई वड्डी गल नहीं, गुरु पैरे हुंदे बड़े आराम नाल हुंदे ने। चपई साहब के 300-400 पाठ भी बड़े आराम नाल हुंदे ने। तुहाडे अंदर फुरना होना चाहिए, करन दे भावना होनी चाहिए है। तो माला लै लियो, बाणी पढ़ियो, बाणी पढ़िया करो। कलगीधर पातशाह के शस्त्र नाम माला पढ़िया करो। कागड़ दंग काती कटारी कड़क तगड़ दंग तीर दंग तुपक तड़क झाड़ दंग अगड़ दंग बगड़ दंग बाजे खगड़ दंग कच्ची मांग कच्चे पढ़िया करो, क्योंकि उन्हें सूरबीर पैदा करते हैं। वो सूरबीर सोच तुहाडी पैदा करनी है, वो सोच नूं बाणी ने बनाउणा। पापी को दंड दियो है ते जदों जकार क्यों धर्मिया का अंत नूं जित तुहाडी होनी है, अंत नूं जित योधिया सूरबीरां गुरु दे सिधांतां दी होनी है। सच दे वणजारे तुरदे रहे ने, कूड़ दे वणजारे डोबण वास्ते हमेशा आए ने, मारन वास्ते आए ने, पर सच दे वणजारियां दा रस्ता सदैव काल अमर रहा है। सो इन्नियां कोई बेनतियां करदा मैं खिमल दा जा चुका, अरदास करिया करो, बाणी पढ़िया करो। मेरिया मावां दी देह रोगता वास्ते भी सच्चे पातशाह जिन्ना चिर ये बेमोर्चा है साडियां भैणां साडियां मावां चढ़दी कला विच रहण, सच्चे पातशाह कोई ऐसा दिन ना विखाई भी सानू जिते जाग आउंदी जाके फिर जिउंदियां जी ने सानू जाग आउंदी, जिउंदियां जी ने सानू तरस आउंदा किसे ते ये दिन ना वेखणे पैण। अरदास करो, बाणी पढ़ो, ते जिन्हां ने भाई मूल मंत्र दियां माला लैणियां ने मैं गड्डी च मेरे को हमेशा ही होंदियां, हुण भी लै लो भावें, ते जे चाहिदे ने मैं 200-400 माला इत्थे रखा दांगा इत्थों लै के, ते जाप करिया करो। वाहिगुरु जी का खालसा वाहिगुरु जी की फतेह। तो आए ने उन्हां दा भी तहे दिलों धन्नवाद है। सो परवाना जी दे जिहड़े उन्होंने बचन कहे ने उन्हां ते महाराज सच्चे सतगुरु जी गुरु रामदास जी के चरणों में बेनती यही करते हैं कि यहो जे सूरबीर योधे साढ़े पैदा आते रहन, सानू जी कौम सेध देंदे रहन। सो इन्हां दी आमद की खुशी में मैं जकारा बुलावांगा। बोलो सो निहाल। सो इन्हां दे धन्नवादी भी हाँ, बाबा भाई सुखमीत सिंह जी अमृतसर वाले कविशे जी जथे वाले ये बड़े चिर तो उतावले ने, क्योंकि इन्होंने होले महल की हाजिरी भरनी ने, तो इन्हों दो मिनट वास्ते जो इन्होंने मैं बेनती करा भाई दो मिनट वास्ते सिर्फ हाजिरी भरन वाले ने भाई अमरजीत सिंह जी निजामपुर वाले। वाहेगुरू जी का खालसा श्री वाहेगुरू जी की फतेह जी। वाहेगुरू जी का खालसा
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਆਪ ਸਮੁੱਚੀਆਂ ਸੰਗਤਾਂ ਉਸ ਸੰਘਰਸ਼ ਦੇ ਵਿੱਚ, ਉਸ ਮੋਰਚੇ ਦੇ ਵਿੱਚ, ਜਿਸ ਮੋਰਚੇ ਨੂੰ ਸਾਧ ਸੰਗਤ ਜੀ ਭੁੱਖ ਹੜਤਾਲ, ਸਾਧ ਸੰਗਤ ਜੀ ਭੁੱਖ ਫਰੀਦਾ ਮੌਤੋਂ ਭੁੱਖ ਬੁਰੀ, ਸਤਸੰਗ ਦੀ ਜਿਹੜੀ ਭੁੱਖ ਹੈ ਇਹ ਹਰਾਉਂਦੀ ਵੀ ਹੈ ਅਤੇ ਜਿਤਾਉਂਦੀ ਵੀ ਹੈ। ਸੋ ਆਪਣੇ ਮਹਾਨ ਸੂਰਬੀਰ ਯੋਧਿਆਂ ਦੀ ਜੋ ਰਿਹਾਈ ਵਾਸਤੇ ਇਹ ਮੋਰਚਾ ਚੱਲ ਰਿਹਾ ਹੈ। ਸਤਸੰਗ ਦੀ ਭੁੱਖ ਹੜਤਾਲਾਂ ਕਰਨੀਆਂ ਇਹ ਕੋਈ ਮਾਮੂਲੀ ਗੱਲ ਨਹੀਂ। ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਨੇ ਜਾਂ ਜੇਲ੍ਹਾਂ ਦੇ ਵਿੱਚ ਸਤਸੰਗ ਜੀ ਅਜਿਹੇ ਸੰਘਰਸ਼ਮਈ ਭੁੱਖ ਹੜਤਾਲ ਕਰਨ ਵਾਸਤੇ ਸਤਸੰਗਤ ਜੀ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਨੇ, ਅਤੇ ਇੱਕ ਹਫ਼ਤੇ ਦੇ ਪਿੱਛੋਂ ਜਿਹੜਾ ਸਰੀਰ ਹੈ ਉਹ ਬਿਲਕੁਲ ਨਿਰਬਲ ਹੋ ਜਾਂਦਾ। ਇਹੋ ਜਿਹਾ ਸਰੀਰ ਸਤਸੰਗਤ ਜੀ ਹੋ ਜਾਂਦਾ ਵੀ ਉੱਠ ਕੇ ਵੀ ਬੈਠਿਆ ਨਹੀਂ ਜਾਂਦਾ। ਅੱਜ ਆਪਣੇ ਜੋ ਭਰਾ ਨੇ ਜੇਲ੍ਹ ਦੇ ਵਿੱਚ ਸਤਸੰਗ ਜੀ ਬੰਦ, ਕਿੰਨੇ ਦਿਨਾਂ ਤੋਂ ਭੁੱਖ ਹੜਤਾਲ ਚੱਲ ਰਹੀ ਹੈ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਸਮੁੱਚੀ ਸਤਸੰਗ ਜੀ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਆਪ ਕਿਰਪਾ ਕਰਿਓ, ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਹੌਸਲਾ ਬਖਸ਼ਿਸ਼ ਹੋਵੇ। ਸਤਸੰਗਤ ਜੀ ਦਾਸ ਨੇ ਜਦੋਂ ਭਾਈ ਪਰਵਾਨਾ ਜੀ ਕੌਮੀ ਪਰਵਾਨੇ ਜਦੋਂ ਨਿਜ਼ਾਮਪੁਰ ਮੋੜ 'ਤੇ ਸਤਸੰਗਤ ਜੀ ਬੇਅਦਬੀ ਹੋਈ ਹੈ, ਸਮੁੱਚੀਆਂ ਸੰਗਤਾਂ ਨੂੰ ਪਤਾ ਹੈ ਵੀ ਅਸੀਂ ਇੱਕ ਆਵਾਜ਼ ਸੰਗਤਾਂ ਨੂੰ ਲਾਈ ਤਾਂ ਬੇਅੰਤ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਮੋਰਚੇ ਦੇ ਵਿੱਚ ਪਹੁੰਚੀਆਂ ਅਤੇ ਪਾਪੀ ਨੂੰ ਸੋਧਾ ਲਾਇਆ ਅਤੇ ਉਸ ਨੂੰ ਸਤਸੰਗਤ ਜੀ ਆਪਣੀਆਂ ਸਰਕਾਰਾਂ ਨੇ, ਏਜੰਸੀਆਂ ਨੇ ਉਹ ਚੀਜ਼ ਨੂੰ ਹੋਰ ਤਰ੍ਹਾਂ ਪੇਸ਼ ਕੀਤਾ ਅਤੇ ਬਦਨਾਮੀ ਬਾਰੇ ਆਪ ਜੀ ਨੂੰ ਪਤਾ ਹੈ ਵੀ ਜਦੋਂ ਚੜ੍ਹਦੀ ਕਲਾ ਹੁੰਦੀ ਹੈ, ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਸਤਸੰਗਤ ਜੀ ਜਰਿਆ ਨਹੀਂ ਗਿਆ, ਤਾਂ ਦੇਖੋ ਕਿਹੜੇ ਤੋਂ ਕਿਹੜੇ ਪਾਸੇ ਸਤਸੰਗਤ ਜੀ ਇਹ ਉਹਨਾਂ ਦੀ ਬਦਨਾਮੀ ਕਰਨ ਵਾਸਤੇ। ਪਰ ਜਿਹੜਾ ਸੱਚ ਹੈ ਸਤਸੰਗਤ ਜੀ, ਸੱਚ ਕਦੇ ਛੁਪਦਾ ਨਹੀਂ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੀਏ ਵੀ ਜਿਹੜੀਆਂ ਜੇਲ੍ਹਾਂ ਨੇ ਸਤਸੰਗਤ ਜੀ, ਜੇਲ੍ਹਾਂ ਕੋਈ ਬਹੁਤੀਆਂ ਔਖੀਆਂ ਨਹੀਂ, ਦਾਸ ਦੇ ਸੰਘਰਸ਼ ਦੇ ਵਿੱਚੋਂ ਪੰਥ ਦੀ ਸੇਵਾ ਵਾਸਤੇ ਸਤਸੰਗ ਜੀ ਤਕਰੀਬਨ 7 ਸਾਲ ਆਪਣੀ ਜ਼ਿੰਦਗੀ ਦੇ ਵਿੱਚੋਂ ਪੰਥ ਵਾਸਤੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਵਾਸਤੇ 5 ਸਾਲ ਪਹਿਲਾਂ ਸੰਨ 1990 ਤੋਂ ਲੈ ਕੇ 96 ਤੱਕ ਟਾੜਾ ਦੇ ਅਧੀਨ ਜੇਲ੍ਹ ਕੱਟੀ ਹੈ ਅਤੇ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਨ ਸ਼ਾਨ ਬਦਲੇ ਸਤਸੰਗਤ ਜੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦਾ ਸੀ ਅੰਦਰ ਸੁਣਦੇ ਸੀ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੀ ਬੜੀ ਚੜ੍ਹਦੀ ਕਲਾ ਹੈ ਅਤੇ ਕਿੰਨੇ ਉਹਨਾਂ ਦੇ ਸਤਸੰਗਤ ਜੀ ਜੋ ਸਾਥੀ ਨੇ ਜੋ ਉਹਨਾਂ ਨੂੰ ਸ਼ੇਅਰ ਵੀ ਕਰਦੇ ਸਨ, ਉਹਨਾਂ ਨੂੰ ਸਤਸੰਗਤ ਜੀ ਫੜ ਫੜ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ। ਪਰ ਜਿਹੜਾ ਸਤਸੰਗਤ ਜੀ ਸੱਚ ਹੈ, ਸੱਚ ਕਦੇ ਛੁਪਦਾ ਨਹੀਂ, ਸੱਚ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਜਾਂਦਾ ਹੈ। ਸੋ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਸਤਸੰਗਤ ਜੀ ਜੋ ਚੜ੍ਹਦੀ ਕਲਾ ਹੈ, ਜੇਲ੍ਹ ਦੇ ਵਿੱਚ ਸਦਾ ਡੱਕਿਆਂ ਨਹੀਂ ਰਹਿੰਦੇ, ਇਸ ਵਕਤ ਉਹਨਾਂ 'ਤੇ NSA ਲਾਈ ਹੈ। ਪਰ ਅਰਦਾਸ 'ਤੇ ਜਦੋਂ ਸਤਸੰਗਤ ਜੀ ਟਾੜਾ ਲਾਈ ਸੀ ਤਾਂ ਉਸ ਸਮੇਂ ਕੋਈ ਵੱਡੇ ਦੋਸ਼ ਨਹੀਂ ਸਨ। ਦੋਸ਼ ਕੀ ਲਾਏ ਸੀ? ਪਾਪੀ ਪੂਲਾ ਜੋ ਹਜ਼ੂਰ ਸਾਹਿਬ ਲੰਗਰ ਸਾਹਿਬ ਕਬਜ਼ਾ ਕਰਨ ਵਾਸਤੇ ਗਿਆ ਸੀ, ਉਸ ਸਮੇਂ ਸਤਿਕਾਰਯੋਗ ਬਾਬਾ ਸ਼ੀਸ਼ਾ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ, ਉਹਨਾਂ ਨੇ ਦਾਸਾਂ ਨੂੰ ਬੁਲਾਇਆ, ਦਾਸ ਭਾਈ ਮਾਧਾ ਸਿੰਘ ਜੀ ਬੱਬਰ ਦੇ ਨਾਲ। ਉਸ ਸਮੇਂ ਸਤਸੰਗ ਜੀ ਤਰੀਕਾ ਕੁਝ ਹੋਰ ਸੀ ਅਤੇ ਉਸ ਸਮੇਂ ਸਤਸੰਗ ਜੀ ਸੋਚਾਂ ਕੁਝ ਹੋਰ ਸਨ। ਪਰ ਜਿਹੜਾ ਭੁੱਖ ਹੜਤਾਲ ਦਾ ਸਤਸੰਗ ਜੀ ਆਪਾਂ ਨੇ ਇਹ ਰਾਹ ਚੁਣਿਆ, ਇਹ ਇੱਕ ਜਿਹੜਾ ਰਸਤਾ ਹੈ ਸਤਸੰਗ ਜੀ ਸਰਕਾਰ ਨੂੰ ਹਰਾਉਣ ਵਾਸਤੇ, ਸਭ ਤੋਂ ਵੱਡਾ ਇਹੋ ਹੀ ਇੱਕ ਆਪਣੇ ਵਾਸਤੇ ਹਥਿਆਰ ਹੈ। ਜੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰੀਏ ਕਿ ਭਾਈ ਇਸ ਮੋਰਚੇ ਵਿੱਚ ਜਿੱਥੇ ਮਾਤਾਵਾਂ
ਤੇ ਆਪਣੇ ਬਜ਼ੁਰਗ ਸਤਸੰਗ ਜੀ ਬੈਠੇ ਨੇ ਉਹਨਾਂ ਦਾ ਆ ਕੇ ਸਾਥ ਦਈਏ ਤਾਂ ਕਿ ਜੋ ਇਹ ਮੋਰਚਾ ਚੜ੍ਹਦੀ ਕਲਾ ਦੇ ਨਾਲ ਸਤਸੰਗ ਜੀ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਇਹ ਸੰਘਰਸ਼ਮਈ ਮੋਰਚਾ ਜੋ ਆਪਣਾ ਚੱਲ ਰਿਹਾ ਹੈ ਉਹ ਚੜ੍ਹਦੀ ਕਲਾ ਦੇ ਨਾਲ ਸਤਸੰਗ ਜੀ ਚੜ੍ਹਦੀ ਕਲਾ ਦਾ ਸੁਨੇਹਾ ਜਾਵੇ ਜਿਹੜੇ ਆਪਣੇ ਭਰਾ ਨੇ ਉਹ ਜੇਲ੍ਹਾਂ ਦੇ ਵਿੱਚੋਂ ਰਿਹਾਅ ਹੋ ਕੇ ਫਿਰ ਆ ਕੇ ਕੌਮ ਦੀ ਅਗਵਾਈ ਕਰਨ ਇਤਨਾ ਕਹਿੰਦੇ ਹੋਏ ਸਤਸੰਗ ਜੀ ਖਮਾ ਦੇ ਜਾਚਕ ਹਾਂ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪੰਜ ਪਿਆਲੇ ਪੰਜ ਪੀਰਾ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਤਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਤ ਖਾਵਣ ਵਾਰੋ ਵਾਰੀ ਦਲ ਪੰਜਣ ਗੁਰ ਸੂਰਮਾ ਵੜ ਜੋ ਦਾਬ ਪਰ ਉਪਕਾਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨਕਲ ਰਾਖੀ ਮੇਰੀ ਸਤਿਗੁਰ ਪਿਆਰੇ ਅਰਜਣ ਨੇ ਜੀ ਸਤਿਗੁਰ ਪਿਆਰੇ ਅਰਜਣ ਨੇ ਇੱਕ ਪਰ ਉਪਕਾਰ ਕਮਾਇਆ ਹੈ ਸਨ ਪਵੇ ਜਲ ਪਾਰਕ ਰਾਵਣ ਲਈ ਗੁਰਬਾਣੀ ਜਹਾਜ ਬਣਾਇਆ ਹੈ ਜੋ ਦਿਨ ਰਾਲੀ ਗੁਰੂ ਗ੍ਰੰਥ ਸਾਡੇ ਲਈ ਜੀਵਨ ਜੱਟੀ ਹੈ ਇਹਦੇ ਕੇ ਅੱਖਰ ਹੀਰਾ ਹੈ ਇਹਦੇ ਕੇ ਅੱਖਰ ਮੋਤੀ ਹੈ ਸਤਿਗੁਰ ਪਿਆਰੇ ਅਰਜਨ ਨੇ ਇੱਕ ਪਰ ਉਪਕਾਰ ਕਮਾਇਆ ਹੈ ਸਨ ਪਵਜਲ ਪਾਤ ਰਾਵਣ ਲਈ ਗੁਰਬਾਣੀ ਜਹਾਜ ਬਣਾਇਆ ਹੈ ਜੋ ਤਿਨ ਰਾਲੀ ਗੁਰੂ ਗ੍ਰੰਥ ਸਾਡੇ ਲਈ ਜੀਵਨ ਜੋਤੀ ਹੈ ਇਹਦੇ ਕੇ ਅੱਖਰ ਹੀਰਾ ਹੈ ਇਹਦੇ ਕੇ ਅੱਖਰ ਮੋਤੀ ਹੈ ਸਾਨੂੰ ਦਾਤਾ ਵੰਡਦਾ ਹੈ ਸਾਨੂੰ ਦਾਤਾ ਵੰਡਦਾ ਹੈ ਇਹਦੇ ਦਰ ਤੇ ਸੀਸ ਚੁਕਾਉਂਦੇ ਨੇ ਇੱਥੇ ਤਾਮ ਤੇਲ ਤੇ ਕਲਬ ਦ੍ਰਿਸ਼ ਨਿਤ ਮੰਗਣ ਮੰਗਾ ਆਉਂਦੇ ਨੇ ਮੈਂ ਡਿੱਠਾ ਕੁੱਲ ਜਮਾਨੇ ਨੂੰ ਹੱਦ ਸ਼ੈ ਜੀ ਰੀਤੀ ਡਿੱਠੀ ਹੈ ਗੁੜ ਸ਼ੱਕਰ ਮਿਸ਼ਰੀ ਮਾਖਿਓ ਤੋਂ ਨਾਨਕ ਦੀ ਬਾਣੀ ਮਿੱਠੀ ਹੈ ਮਾਰ ਜਮਾਂ ਦੀ ਪੈ ਸਕਦੀ ਜੋ ਪੜੇ ਇਸ ਦੀ ਵਾਰਾਂ ਨੂੰ ਜਪ ਜੀ ਦੇ ਸ਼ਬਦ ਹਜ਼ਾਰੇ ਵੀ ਲਾਗੇ ਨੇ ਪਾਰ ਹਜ਼ਾਰਾਂ ਨੂੰ ਮਣੀ ਮਣੀ ਏ ਸੁੱਖਾਂ ਦੀ ਏ ਗੁਰ ਅਰਜਨ ਫੁਰਮਾਉਂਦਾ ਹੈ ਰਹਿ ਰਾਸ ਕਰੋ ਤਾਂ ਜੀਵਨ ਦਾ ਹਰ ਕੰਮ ਰਾਸ ਹੋ ਜਾਂਦਾ ਹੈ ਸਿੱਧ ਰਿੱਤ ਤੇ ਕਰਾਮਾਤ ਹਰ ਵੇਲੇ ਸੀਸ ਨਿਭਾਉਂਦੀ ਹੈ ਮੁਕਤੀ ਦੇ ਇਸ ਦੁਆਰੇ ਤੇ ਨਿਤ ਮੰਗਣ ਮੰਗਾ ਆਉਂਦੀ ਹੈ ਲਾਈ ਅਰਸ਼ ਤੋਂ ਧਰਤੀ ਤੇ ਉੱਪਰ ਆਈ ਹੈ ਇਹਦਾ ਦਰਸ਼ਨ ਉਸ ਨੂੰ ਹੁੰਦਾ ਹੈ ਜਿਹਦੇ ਹਿਰਦੇ ਵਿੱਚ ਸਫਾਈ ਹੈ ਸਭ ਟੁੱਟ ਕੇ ਬੰਨ 84 ਦੇ ਹੋ ਸਭ ਟੁੱਟ ਕੇ ਬੰਨ 84 ਦੇ ਬੀੜ ਚ ਦੋਵੀਂ ਬੱਦੀ ਗਈ
ए रब दी ज्योति गिनी गई ए रब दी सूरत मन्नी गई श्री गुरु अर्जन है जिन्हें रब दी ज्योत जगाई है ठारण ली जगत जलंदे नो सतनाम दी शैबर लाई है सहण नाई जो उपर गया तिरत बाबाया तन्ने ने एदे अगे एक सुंदर पन्ने ते खिलरे हुए सुंदर पन्ने ने गुरु ग्रंथ दी ज्योत विच दिसदा प्रतख नजारा है एक सफेद नानक बैठा है दूजे ते रविदास प्यारा है धुर की बाणी आई है दिन सगली चिंत मिटाई है ठारण ली जगत जलंदे नो सतनाम दी शैबर लाई है जग मन च पिला के सुने कोई गुरु नौवा देस लोका नो हल लभदा रा हकीकत दा कल युग ते भुलण लोका नो गीत सोने वर्गियां उगड़ियां अन लिखता शेख फरीद दिया ए तलिया बन के मैत दिया वो सदने जे पाप अकीत दिया इत रब बराबर मिलिया है सैनाई कबीर चला है नो इत नाम देवी सिंबा कोई बैठा है खट दे रहे नो रागी इस गुरबाणी नू है गुरबाणी नो सुरताल दे अंदर गाउंदे ने अमरो तो यौन फरिश्ते कई चुक चुक के शीस नवाउंदे ने अमरो तो यौन फरिश्ते कई चुक चुक के शीस नवाउंदे ने राजा ने पा राजा ने राज पाना ने पान दीवान दे उपवा महान ऐसे महान सतगुरु तन श्री गुरु ग्रंथ साहब जी ने हाजर हाजर समझदे होया आप जी संगत कर रहे हो सतगुरु जी दे क्योंकि सारा गड़ी सरा दे नजदीक ही सतगुरु दा दरबार है समझ लो कि हाजर ना हमेशा ही अंग संग रहंदे ने सतगुरु जी सारे ने सो आप जी सत संगत मले सतरिया गुरु प्रसाद परमपत पाया सूके कास्ट हरिया आप जी मोर्ची विच हाजरी लंबे समय तो सवेर तो ही हाजरियां पा रहे हो धनवंता दे जाओगे सत संगत मले सो तरिया गुरु प्रसाद परमपत पाया सूके कास्ट हरिया आओ संगत जी वड्या भग वाले ओ हुंदे ने जिहड़े जीव जिहड़े गुरु की संगत विच आउंदे ने गुरु का जस जिहड़े महान बुलारे आउंदे ने उहनां दे सच दी आवाज़ दे जो सच बोलदे ने उहनां दी आवाज़ आप जी तक पहुंचदी है आप जी सच सुनना पसंद करदे हो सच बोलदे ने आप जी बाणी भी सुनदे हो कीर्तन भी सुनदे हो कविशरी वारा ढाडी वारा लंबे समय ते जोड़ बैठे आओ असीस बशो कुछ कहण दा यतन कर सकीए सीमित दा समां है दासां दे कोल के दो रचनावां कह के खिमत जच खोवांगे आओ गुरु हरगोबिंद साहिब जी नूं याद करिए तेना दी कमाई दा ध्यान रखियो आओ सतनाम श्री वाहिगुरु आओ फतेह करो जपण गज के आखणा जी वाहिगुरु जी का खालसा वाहिगुरु जी की फतेह सतगुरु बंदी छोड़ है जीवन मुक्त करे ओ डीना ऐसे महान सतगुरु मीरी पीरी दे मालक शहनशाह दे शहनशाह सतगुरु तख्ता ताजा माले दे सतगुरु आओ उहनां अगे अरदास कि साडे जिहड़े बंदी सिंह ने ओह छेती छेती रिहाई हो जाण आओ उहनां दे संबंध विच इक कविता पेश करन जा रहे हां सो आओ बड़े प्यार सत्कार से सर्व करना जी संमत 1652 हार महीने सी मी मेरा दे वसे तप दे ठर गए सीने सी मी मेरा दे वसे तप दे ठर गए सीने सी जन्म लिया कर आके मां गंगा दिलगिरी दे दल पंजन गुर योदे मालक मीरी पीरी दे दल पंजन गुर योदे मालक मीरी पीरी दे संत 1652 हार महीने सी मी मेरा दे वसे तप दे ठर गए सीने सी मी मेरा दे वसे तप दे ठर गए सीने सी जे
ਜਨਮਲਿਆ ਕਰੀ ਆਕੇ ਮਾਂ ਗੰਗਾ ਦਿਲਗੀਰੀ ਤੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਖੁਸ਼ੀਆਂ ਬਹੁ ਬਣਾਈਆਂ ਸ੍ਰੀ ਗੁਰੂ ਅਰਜਨ ਪਿਆਰੇ ਨੇ ਪੁੰਨ ਦਾਨ ਬੜ ਕੀਤੇ ਲੰਗਰ ਲਾਤੇ ਪਾਰੇ ਨੇ ਪੁੰਨ ਦਾਨ ਬੜ ਕੀਤੇ ਲੰਗਰ ਲਾਤੇ ਪਾਰੇ ਨੇ ਕਰ ਗਿਆ ਸੁਤਰ ਗਿਆ ਦਰਸ਼ਨ ਗੈਰ ਗੰਭੀਰੀ ਤੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਪ੍ਰਿਥਵੀ ਕੈਰ ਤਮਾਇਆ ਸਦਕੇ ਦਾਈ ਸਪੇਰੇ ਨੂੰ ਪ੍ਰਿਥਵੀ ਕੈਰ ਤਮਾਇਆ ਸਦਕੇ ਦਾਈ ਸਪੇਰੇ ਨੂੰ ਦਈ ਵਿੱਚ ਜੈ ਸਤਿਗੁਰ ਮੇਰੇ ਨੇ ਦਈ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਸਤਿਗੁਰ ਮੇਰੇ ਨੇ ਪਰ ਮਿੰਟਾਂ ਵਿੱਚ ਬਾਗ ਖੋਲਤੇ ਪਰ ਮਿੰਟਾਂ ਵਿੱਚ ਬਾਗ ਖੋਲਤੇ ਪਾਪ ਅਖੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਜਹਾਂਗੀਰ ਦੀ ਨੀਤੀ ਨੇ ਫਿਰ ਭੜਥੋਂ ਪਾ ਦਿੱਤਾ ਵਿਦੋਸ਼ੇ ਸ੍ਰੀ ਗੁਰੂ ਅਰਜਨ ਨੂੰ ਸ਼ਹੀਦ ਕਰਾ ਦਿੱਤਾ ਵਿਦੋਸ਼ੇ ਸ੍ਰੀ ਗੁਰੂ ਅਰਜਨ ਨੂੰ ਸ਼ਹੀਦ ਕਰਾ ਦਿੱਤਾ ਸਭ ਉਨਮਾਨ ਲੱਗਾ ਤੇ ਜ਼ਾਲਮ ਦੀ ਅਖਟੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਬਹੁਤ ਤਲਵਾਰਾਂ ਪਹਿਲੀਆਂ ਮੇਰੀ ਤੇ ਪੀਰੀ ਦੀ ਬਾਦਸ਼ਾਹ ਤੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਬਾਦਸ਼ਾਹ ਤੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਸਿਰ ਸ਼ਾਹੀ ਦਸਤਾਰ ਸਜਾਵਲੀ ਸਿਰ ਸ਼ਾਹੀ ਦਸਤਾਰ ਸਜਾਵਲੀ ਠਾਠੇ ਮੇਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਬਾਦਸ਼ਾਹਾਂ ਦੇ ਵਾਂਗਰ ਕਲਗੀ ਲਾ ਕੇ ਬਹਿੰਦੇ ਸੀ ਸ਼ਸਤਰ ਧਾਰੀ ਯੋਧੇ ਹਰ ਦਲ ਵਿੱਚ ਹੋ ਰਹਿੰਦੇ ਸੀ ਸ਼ਸਤਰ ਧਾਰੀ ਦਲ ਵਿੱਚ ਹੋਣ ਹਮੇਸ਼ਾ ਰਹਿੰਦੇ ਸੀ ਹਾਥੀ ਘੋੜੇ ਬਾਜ ਨਗਾਰੇ ਹਾਥੀ ਘੋੜੇ ਬਾਜ ਨਗਾਰੇ ਚੋ ਜੇ ਮੇਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਜਦ ਚੜ੍ਹਤ ਕੁਰਾਂ ਦੀ ਵੇਖੀ ਬਾਦਸ਼ਾਹ ਵੀ ਡਰਿਆ ਸੀ ਜਦੋਂ ਚੜ੍ਹਤ ਚੜ੍ਹਤ ਚੜ ਚੜ੍ਹਤ ਚੜ੍ਹਤ ਜਦੋਂ ਚੜ੍ਹਤ ਗੁਰਾਂ ਦੀ ਵੇਖੀ ਬਾਦਸ਼ਾਹ ਵੀ ਡਰਿਆ ਸੀ ਭੇਜ ਗਵਾਲੀਅਰ ਕਿਲੇ ਗੁਰਾਂ ਨੂੰ ਬੰਦੀ ਕਰਿਆ ਸੀ ਭੇਜ ਗਵਾਲੀਅਰ ਕਿਲੇ ਗੁਰਾਂ ਨੂੰ ਬੰਦੀ ਕਰਿਆ ਸੀ ਪਲਟਾਓ ਬੀਜ ਬੀਜ ਦੇ ਚੁੱਪ ਪਲਟਾਓ ਬੀਜ ਬੀਜ ਦੇ ਅਣਖ ਪਨੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਹਰ ਮੰਦਰ ਦੇ ਲਾਗੇ ਤਖਤ ਅਕਾਲ ਬਣਾ ਦਿੱਤਾ ਫਿਰ ਧਰਮ ਸਿਆਸਤ ਇਕੱਠੇ ਸਤਿਗੁਰ ਆਸਣਾ ਦਿੱਤਾ ਫਿਰ ਧਰਮ ਸਿਆਸਤ ਇਕੱਠੇ ਸਤਿਗੁਰ ਆਸਣਾ ਦਿੱਤਾ ਆਖਰ ਰਾਜਾ ਚੁੱਕਿਆ ਚੰਨੀ ਆਖਰ ਰਾਜਾ ਚੁੱਕਿਆ ਚਰਨੀ ਸਣੇ ਵਜ਼ੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੇਰੀ ਪੀਰੀ ਦੇ ਅਣਖੀਓ ਨੇ
ਪਰਤੀ ਕੱਲੇ ਦੇ ਦੁਆਬੇ ਦੇ ਰੱਖ ਜੰਗੀ ਜਰਨੈਲ ਬਿਧੀ ਚੰਦ ਵਰਗੇ ਮਾਝੇ ਦੇ ਰੱਖ ਜੰਗੀ ਜਰਨੈਲ ਬਿਧੀ ਚੰਦ ਵਰਗੇ ਮਾਝੇ ਦੇ ਪਲਟਾਓ ਬੀਜ ਬੀਜ ਦੇ ਜੋ ਪਲਟਾਓ ਬੀਜ ਬੀਜ ਦੇ ਅਣਖ ਪਨੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਜਹਾਂਗੀਰ ਜਾ ਮਰਿਆ ਗਦੀ ਸ਼ਾਹ ਜਾਣ ਬਹਿ ਗਿਆ ਉਹ ਤਾਕਤ ਲੈ ਸਾਰੀ ਜਿੱਤਣ ਸਤਿਗੁਰ ਨੂੰ ਬਹਿ ਗਿਆ ਉਹ ਤਾਕਤ ਲੈ ਸਾਰੀ ਜਿੱਤਣ ਸਤਿਗੁਰ ਨੂੰ ਬਹਿ ਗਿਆ ਪੌਣੇ ਅੰਤ ਨੂੰ ਹਾਰਨ ਜਿੱਤਣਾ ਪੌਣੇ ਅੰਤ ਨੂੰ ਹਾਰਨ ਜਿੱਤਣਾ ਸੱਚ ਅਖੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਜਿਹੜਾ ਵੀ ਜਰਨੈਲ ਗੁਰਾਂ ਦੇ ਉਹ ਚੜ ਕੇ ਆਉਂਦਾ ਰਿਹਾ ਜਿਹੜਾ ਵੀ ਜਰਨੈਲ ਗੁਰਾਂ ਤੇ ਚੜ ਕੇ ਆਉਂਦਾ ਰਿਹਾ ਵਪਾਰਾਇਆ ਲਿਖਦਾ ਆਖਰ ਨੂੰ ਪਛਤਾਉਂਦਾ ਰਿਹਾ ਵਪਾਰਾਇਆ ਲਿਖਦਾ ਆਖਰ ਨੂੰ ਪਛਤਾਉਂਦਾ ਰਿਹਾ ਅੰਮ੍ਰਿਤਸਰੀਏ ਬੋਲ ਬੋਲ ਤੇ ਅੰਮ੍ਰਿਤਸਰੀਏ ਬੋਲ ਬੋਲ ਤੇ ਬੋਲ ਖੀਰੀ ਦੇ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਦਲ ਪੰਜਨ ਗੁਰ ਯੋਧੇ ਮਾਲਕ ਮੀਰੀ ਪੀਰੀ ਦੇ ਸਤਿਆਸ ਬੋਲਦੇ ਆਖੇ ਮਤ ਜੱਟ ਕੇ ਸਤਿਗੁਰੂ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਾ ਨੇ ਸਾਰੇ ਅੱਗੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰੀਏ ਗੁਰੂ ਹਰਗੋਬਿੰਦ ਸਾਹਿਬ ਜਾ ਕੇ ਸਾਡੇ ਬੰਦੀ ਸਿੰਘ ਸ਼ਹੀਦ ਛੇਤੀ ਰਿਹਾ ਹੋ ਜਾਣ ਜੇਲ੍ਹਾਂ ਤੋਂ ਵੀ ਅਜੋਕੇ ਸਮੇਂ ਵਾਲੇ ਅਤੇ ਪ੍ਰਾਤਮ ਜਿਹੜੇ ਪਹਿਲਾਂ ਵੀ ਨੇ ਅਤੇ ਸਰਕਾਰਾਂ ਨੂੰ ਬੇਨਤੀ ਹੈ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਹੋਰ ਅਨੇਕਾਂ ਮਰਜੀਵੜੇ ਯੋਧੇ ਜਿਹੜੇ ਉਹ ਛੇਤੀ ਤੋਂ ਛੇਤੀ ਰਿਹਾ ਕੀਤੀ ਜਾਣ ਅਤੇ ਜੇਲ੍ਹਾਂ ਤੋਂ ਜੇ ਤੁਸੀਂ ਇੱਥੇ ਅਸਾਮ ਵਿੱਚ ਕਿਉਂਕਿ ਜੇਲ੍ਹ ਦੂਰ ਪੈ ਜਾਂਦੀ ਇਸ ਕਰਕੇ ਜੇਲ੍ਹ ਜੇ ਪਹਿਲੀ ਗੱਲ ਤਾਂ ਛੱਡ ਹੀ ਦੇਣ ਕਿਉਂਕਿ ਸਿੰਘਾਂ ਨੂੰ ਪਹਿਲੇ ਸਿੰਘਾਂ ਨੂੰ ਛੱਡੇ ਪਰ ਹੋਣ ਵਾਲੇ ਸਿੰਘਾਂ ਨੂੰ ਵੀ ਛੱਡਣਾ ਚਾਹੀਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੇ ਨਹੀਂ ਛੱਡ ਸਕਦੇ ਤੁਸੀਂ ਜੇਲ੍ਹਾਂ ਦੇ ਤਬਦੀਲ ਕਰ ਦੇਣ ਅੰਮ੍ਰਿਤਸਰ ਜੇਲ੍ਹ 'ਚ ਕੋਈ ਆਜਨ ਸਿੰਘ ਸੋ ਮਹਾਰਾਜ ਕਿਰਪਾ ਕਰਨ ਸਾਰੇ ਅਗਰ ਅਰਦਾਸ ਕਰੀਏ ਗੁਰੂ ਸਾਹਿਬ ਜੀ ਅੱਗੇ ਸਿੰਘ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ ਜਿੱਥੇ ਵੀ ਹਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੈਕਟਰੀ ਸਾਹਿਬ ਜੀ ਦਾ ਧੰਨਵਾਦ ਆਓ ਇੱਕ ਜਕਾਰਾ ਰਾਈਏ ਸ਼ਹੀਦਾਂ ਸਿੰਘਾਂ ਦੇ ਸੰਬੰਧ ਵਿੱਚ ਫਿਰ ਖਿਮਤ ਦੇ ਅੱਜ ਹੋਵਾਂਗੇ ਇਸੇ ਤਰ੍ਹਾਂ ਹੀ ਹਾਜ਼ਰੀ ਭਰੀ ਦੀ ਅਰਦਾਸ ਭਾਈ ਸੁਖਮੀਤ ਸਿੰਘ ਜੀ ਨਾਲ ਦੇ ਸਾਥ ਭਾਈ ਸੁਖਜੀਤ ਸਿੰਘ ਜੀ ਜਕਾਰਾ ਰਾਈਏ ਨਿਆਲਾ ਜਾਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਭਾਵੇਂ ਨਿਆਲਾ ਜਾਏ ਸ੍ਰੀ ਅਕਾਲ ਜਾਏ ਸ਼ਹੀਦਾਂ ਸਿੰਘਾਂ ਦੇ ਚਰਨਾਂ ਨੂੰ ਭਾਵੇਂ ਸ੍ਰੀ ਅਕਾਲ ਸੋਣ ਵਾਲੇ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਇਸ ਜਥੇ ਦਾ ਹੁਣ ਮੈਂ ਬਾਬਾ ਬੋਤਾ ਸਿੰਘ ਜੀ ਦਮਦਮੀ ਟਕਸਾਲ ਵਾਲੇ ਜੋ ਫੁਆੜੇ ਤੋਂ ਆਏ ਨੇ ਉਹਨਾਂ ਦਾ ਵੈਸੇ ਪਹਿਲਾ ਨੰਬਰ ਸੀਗਾ ਪਰ ਕਿਸੇ ਕਾਰਨਾਂ ਕਰਕੇ ਮੈਂ ਉਹਨਾਂ ਨੂੰ ਲੇਟ ਟਾਈਮ ਦੇ ਰਿਹਾ ਵੈਸੇ ਉਹ ਮੇਰੇ ਨਾਲ ਨਾਰਾਜ਼ ਵੀ ਸਨ ਮੈਂ ਉਹਨਾਂ ਤੋਂ ਮਾਫ਼ੀ ਚਾਹੁੰਦਾ ਹਾਂ ਇਸ ਤੋਂ ਪਹਿਲਾਂ ਮੈਂ ਜ਼ਿਲ੍ਹਾ ਮਾਨਸਾ ਪਿੰਡ ਸੈਦੋਵਾਲ ਤੋਂ ਜਥੇ ਦੇ ਰੂਪ ਵਿੱਚ ਸੰਗਤੀ ਰੂਪ ਵਿੱਚ ਹਾਜ਼ਰੀ ਭਰਨ ਆਈ ਹੈ ਸੰਗਤ ਮੈਂ ਉਹਨਾਂ ਦਾ ਧੰਨਵਾਦ ਦੀ ਹਾਂ ਹਜੂ ਭਾਈ ਜਗਜੀਤ ਸਿੰਘ ਜੀ ਪਿੰਡ ਗੋਲੇਵਾਲਾ ਤੋਂ ਟਹਿਲ ਸਿੰਘ ਜੀ ਪਿੰਡ ਭੁੱਲਰ ਤੋਂ ਮੋਗਾ ਜ਼ਿਲ੍ਹਾ ਤੋਂ ਸੰਗਤ ਲੈ ਕੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਭਾਈ ਸੁਖਦੇਵ ਸਿੰਘ ਜੀ ਸੁੱਖਾ ਫੌਜੀ ਨਿਹੰਗ ਸਿੰਘ ਜੀ ਪਿੰਡ ਪੱਡੇ ਰੋਜ਼ ਆਉਂਦੇ ਨੇ ਜਿਹੜੇ ਪਰਿਵਾਰ ਦੇ ਬੜੇ ਨਜ਼ਦੀਕੀ ਨੇ ਅਤੇ ਮੋਰਚੇ ਦੀ ਪਹਿਰੇਦਾਰੀ ਵੀ ਕਰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹੁਣ ਪਿੰਡ ਆਪਣਾ ਭਾਈ ਬੋਤਾ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਨੂੰ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਵਿਚਾਰਾਂ ਨਾਲ ਆਪਣੇ ਸੰਗਤ ਦੀ ਹਾਜ਼ਰੀ ਭਰਨਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੀ ਖਾਲਸਾ ਸੰਗਤ ਜੀ
गज वज के फतेह का जवाब फतेह में दो। वाहेगुरु जी का खालसा वाहेगुरु जी की फतेह। धन धन सतगुरु जी की अपार बख्शिश रहमत का सदका आप सारे गुरु जस के नाल रल मिल के लाहे प्राप्त कर रहे हैं। सो कविश्री जथा भाई सुखमीत सिंह जी जो अमृतसर का ही है बड़े सुंदर ढंग के नाल गुरु हरगोबिंद साहब जी की कविता द्वारा निहाल करके गए हैं। अज तो पांच दिन पहला आप जी दे नाल दास ने खालसे राज दीयां विचारां कीतियां ही सन कि सारे मुद्दियां दा इको एक हल है उहनूं शुद्ध राज कह दईए चाहे खालसा राज कह दईए चाहे राम राज्य भी कह दईए कोई अत कथनी नहीं पर राम राज्य होवे किदा दा जिदा दा इन्हां ने बनाया इदा दा नहीं जिथे सारे आराम दे विच ते आनंदित होण यही खालिस्तान खालस कहिंदे प्योर नूं जिहड़ा शुद्ध अस्थान जिथे किसे दे नाल मेर तेर ना होवे। राम कहिंदे से सारे आराम दे नाल आनंदित रमे होए राम दे नाल मिल करके एक राम नूं जानण। सो शुद्ध राज जिथे एक सच ते हक दी गल कीती जावे जिथे सारियां जीवण दे बराबर दे अधिकार होण जिथे डिब्रूगढ़ दे जिन्ने भी सिंघ ने जेलां दे विच तिहाड़ जेल दे विच अमृतसर जेल दे विच कपूरथला जेल दे विच हुशियारपुर जेल दे विच अलग अलग सूबियां दे विच अते पंजाब अलग अलग जिलियां दे विच बहुत गिणती दे विच सिंघां नूं कैद कीता होया। तुसी एक गल ए समझो कि अज तो 30-30 साल 25-25 साल जिहड़े पुराने सिंघ आ ओह नहीं छड रहे कि अज ये जिहड़ी सरकार है अज जिहड़े नवीन साडे सिंघ कैद दे विच कीते होए ये छड देणगे नहीं नामुमकिन नहीं छडणगे। सानू मेरे तो पहला सिंघ बोल के गए हो जिन्हां नूं परवाना कह रहे सी आऊगा वह दिन पर मैं एक गल दसा नहीं आना वह दिन सानू लियाना पैना आऊगा वाली आस जिहड़ी है छड्डनी पैनी है सानू लियाना पैना वह दिन असी आप खालसा है ही है आम इंसान अरदास करदा है पर जिहड़ा खालसा है वह अरदासा सोधदा है ये दोनों च फर्क है समझना इहनूं चंगी तरह। अरदास करनी ते अरदासा सोतन दे विच इन्ना अंतर हुंदा है अरदास करन वाला कहिंदा महाराज तुसीं सहायता करियो शायद तुहाडी कृपा नाल मैं आ काम दे विच कामयाब हो जावां। अरदासा सोधन वाला गुरु ते विश्वास करन वाला उह जदों गुरु अगे अरदास करदा उदों महाराज आप जी ने बख्शिश कीती साडे मन दे अंदर लोकाई दे भले वास्ते कार्ज सानू आरंभ करवाया ते आप कृपा करनी असी ये कार्ज करके आईए अरदासा सोधन तो भाई करन वास्ते चलिया ते फतेह करके आवांगे निश्चिंत ही फतेह करके आवांगे ये नहीं हो सकता कि फतेह ना होवे। ये सब तो वड्डी हुण ओह पंज दिन पहला मैं सारियां बेनतियां करी दित्तियां सीगियां परिवार नूं भी मातावां नूं भी बैठ के भी गल होई आ हुण जदों दीवाना दी समाप्ति तो बाद भी इत्थे ही आ पांच दिन तो असीं लगातार इत्थे हाजर है श्री अमृतसर साहब की धरती से क्योंकि मैं एक तुहानूं सारियां नूं बेनती कर दिंदा हां कि जिहड़ा जाप सीमत ते असीमत सानूं बहु गिनती दे विच 2.5 घंटे जाप दस्या जांदा पर गुरु का सिख है जिहड़ा जिहड़ा हुण साडे उत्ते मुसीबत बनी होई है ना इह तां अजपा जाप ना विसरै आदि जुगाद समाए अजपा जाप दे नाल जुड़ो अभ्यास हिरदे दे अंदरों कदे साडे भुले ना हमेशा याद रखना खालसा ओह जिहड़ा अपने आप दे विच परपक्ख जिहड़ा नींद नूं आ भुख दी जिहड़ी गल है जिहनूं भुख नींद प्यास ये सब कुछ भुली जावे खत्म ही हो जावे जिहदा इक ही लक्ष्य याद होवे किसी संसार दे उत्ते सुख किदां वरताना है। जदों गुरु नानक देव जी तकरीबन 3 महीनिया लई चुप हो गए बोले नहीं किसे दे नाल पिता कल्याणदास जी ने बड़े प्रकार विचारिया सोचिया शायद कोई बला चुंबड़ गई है जां कोई बीमारी है पता समझ कुछ नहीं सी आंदा हार के फिर एक वैद बुलाया
राय भोए की तलवंडी। वैद ने सतगुरां की बांह नूं फड़िया ते नबज चैक की, चैक करके देख रहा रोग की आ। गुरु नानक देव जी ने अपनी बांह खिंच ली, वैद बांह फड़ लिया ते गुरु साहब ने अपनी बांह खिंच ली आ। उम्र 9 साल महाराज। तो जो बांह खिंच ली तो वैद देख रहा हैरान होकर बांह क्यों खिंची। फिर महाराज गुरु नानक देव सच्चे पातशाह ने उत्थे बचन उचारिया, कहिंदे वैद बुलाया वैद की पकड़ टंडोले बाह, भोला वैद ना जाने करक कलेजे माह। वैद बुलाया वैद की पकड़ टंडोले बाह, बांह फड़ के साडा रोग लभ रहा, पर भोला वैद ना जाने, इनू भोले नू पता नहीं करक कलेजे माह। साडे जिहड़ा दर्द आ हिरदे दे विच आ। दर्द किहदा सी? गुरु साहब दे हिरदे दे अंदर। पटवारी दे पुत्र सन, किसी चीज की कोई कमी सी? दर्द साडा सी, दर्द लोकाई दा सी। कोई कहिंदा सी ओम नमो शिवाय ठीक, दूजा कहिंदा नहीं ओम भगवते वासुदेवाय नमः, तीजा कहिंदा ओम ब्रह्मणाय नमः। आपो अपने मत दे अनुसार लोकां नूं भड़का दिता सी। शूदर ते वैश नूं कुछ नहीं सी जाणिया जांदा। गुरु नानक साहब ने जिहड़ी जंग प्रारंभ कीती उहनूं फतेह भी कीता। अज जे खालसा कहे ना कि गुरु सह प्रतख रूप दे विच आके सानू कोई शक्ति देणगे जां सामने आके हुक्म लाणगे, कोई हुक्म नहीं लगना। खालसा मेरो रूप है खास, ईया का नाबदू वाइया का नस्ताई, नेहती नसीरतल मुस्ताकीम सीरतला जीना। असी जिन्ने भी इस संसार दे उत्ते आए, खालसे नू गुरु साहब ने अपना रूप, खालसा होवे खुद खुदा, जिन खूबी खूब खुदा है। एक गल वखरी है कि सानू पहचान नहीं हो रही। जिस दिन वो पहचान हो गई, वो भी खालसा सी। बाबा बघेल सिंह हुणी सारे बैठे आनंदता दिल्ली तख्ते दे उत्ते, मुगलिया सल्तनत बराज बैठी हुई है। ते मन दे अंदर विचार आया, फौजा जेड़ियां लुधियाने लागे जथा उतरिया होया बाबा बघेल सिंह दा, मन दे अंदर विचार आ गया, कहिंदे चलो अज दिल्ली फतेह करिए। दिने पहले दिन दे पंजवें पैर विचार करदे आ, ते दिन दे सतवें पैर दिल्ली पहुंच जांदे आ। दिल्ली जाके सतवें पैर पंजवें पैर विचार हुंदी आ, सतवें पैर जाके दिल्ली उत्ते धाबा बोल दिंदे आ। शाम पैंदे आ दिल्ली तो सारे पठाना नूं भजा के उत्थे खालसे राज दा झंडा स्थापित कर दिंदे आ। की सी ओह खालसे? सत श्री अकाल। ये खालसे सी। मैं कहना अज मैं गल्लां करां इत्थे, बोलां इदां करदी उदां करदी आ कर, कल्लियां गल्लां नहीं, सानू चलना पैना। जे कोई कहे कि तुसीं चल रहे आ, मैं एक बेनती करा, 1999 विच ब्रह्म विद्या प्रारंभ कीती, दमदमी टकसाल, मौलवी पंडित अलग अलग जगह तो सारे ग्रंथा का अध्ययन करके 2012 च प्रचार प्रारंभ किया। 12 तो लैके अज 24 तक 12 साल लगातार पिंडा शहरां पिंडा शहरां दे विच ही आ। घर साडा चलो फगवाड़ा शहर कहनू आ, पर फगवाड़े शहर च कदे जाके पुछियो असीं रहिंदे आ। जदों साडियां इनक्वायरियां हुंदियां ते पुलिस वाले पुछदे आ तुहाडा आधार कार्ड तां फगवाड़े दा बोलदा, तुसीं हुंदे है नहीं इत्थे। अलग अलग लगातार ड्यूटियां लगियां होईयां। हुण इह बेनती आ कि सानू चलना पैणा अस्थिरता दे नाल। जे तुसीं कहिंदे आ कि इक मसला, चलो अज आपां कहीए कि सारे सिंह साडी फरियाद सुण के सरकार रिहा कर दिंदी आ। मान लो जदों पिछे धरना लगा सी तकरीबन 1.5 साल पहला किसानां दा, उदों मैं धरनिया ते जा के बेनतियां कीतियां सी, अज तुसीं धरने ला के अपनियां मंगां मना भी लो, मान लो आर्डीनेंस वापस भी लै लैंदे आ, ते कल्लू फिर अगले साल जां दूजे तीजे हफ्ते जां महीने बाद फिर लागू कर देण, फिर धरने लाउंगे। उही गल हो गई। अज भी तुसीं इंटरनेट ते जाके साडे चैनल खोल के देख लो, साडियां वीडियो अज तो 1.5 साल पहलां दियां पईयां होईयां, पहलां कहीआं सी इह गल्लां। अज ही मैं गल कह रहा, चलो आपां मान लैंदे आ, हल आपां करा के सिंह बाहर लै आईए। जे मान लो फिर चक के अंदर कर दते आ, फिर धरने लावांगे, किन्ना चिर लावांगे? ये मामला पता कदों समाप्त होना? जदों राज गद्दी दे उत्ते पंज प्यारे सहबान विराज गए, जदों राज गद्दी उत्ते, जदों लाल किले दे उत्ते गुरु ग्रंथ साहिब का प्रकाश हो गया, जदों पार्लीमेंट, सत श्री अकाल, जदों पार्लीमेंट ते खालसा आप बैठ गया। मैं चैनलों राही सारिआं नूं अपील करदा, भाई जिन्ने ब्राह्मण आ साडे मित्र साडे नाल प्रचार कर रहे ने, वह भी दुखी ने, ईसाई ने
विचो जेड़े सच्चे सुचे ईसाई दुखी ने, जेड़े सच्चे सुचे मुस्लिम दुखी ने, जेड़े सच्चे सुचे सिख दुखी ने। इहदे मैं नाल ही गल करदा, जेड़े झूठे ईसाई झूठे मुस्लिम झूठे सिख झूठे ब्राह्मण सारे सुखी ने, पर जेड़े सच्चे सुचे आ, क्योंकि इंसानियत जेड़ा सब तो वड्डा धर्म पता की है, इंसानियत चंगे कर्म। गुरु साहब ने गली नबेड़ी हुई, सगल धर्म है श्रेष्ठ धर्म, हर को नाम जप निर्मल कर्म। सानू कठे होके सारे चलना पैना, खालसे दा अर्थ प्योर, हो सकता वह किसी ना किसी ईश्वर जानन वाले विच जानन वाले की गल। हुण गल इह आ कि सानू इकट्ठे होना पैना सारिआं नू। मैं पिछली बार भी अपना नंबर भी बोल के गया, वह पंज दिन तो इत्थे ही दास श्री अमृतसर साहब की धरती उत्ते जोड़े घर तो बरतना वाल, बरतना तो परिक्रमा च, परिक्रमा तो अकाल तख्त साहब, सेवावां लगातार चल रही। सो इत्थे भी रात भी इत्थे ही सी असी, सो हो करके सारा देख के माता जी जो कमरे में विराजमान सन सिंघां नूं मिल के फिर गए, हुण फिर मन बणिया। हुण मैं एक तुहानूं होर गल दसदा, मेरे ना खालसे राज दीआं गल्लां कर रहे रात कोई सिंह बैठे, मैं उन्होंने कहा, मैं आप सवेरे सारिया ने जाना धरने इतने मोर्चे में जाके बेनती करनी। वो कहते मोर्चा इदा आ, मोर्चा उदा आ, भुख हड़ताल इदा उदा। मैं क्या जो तुम लगता भुख हड़ताल सही नहीं, जाके दसो, असं अपने ही हाँ सारे सिंह, उन्होंने जाके विचार तो करिए बैठी असी। मन गए जी, मन के इत तक पहुंचे सारे, तुम कैमरे चैक करो, भी सिंह ने तकरीबन नाल आए, असी अंदर पता किन्ने जाने, केवल पांच जाने, बाकी सारे वापसी मुड़ गए चले। कहते वीडियो बन गई, पता नहीं की हो जाना, पता नहीं किहदा डर आ। जदों मौत जदों आनी आ उदों ही आनी आ, कोई माई दा लाल जम्मे साडे साह खोलवे नहीं खो सकदा। हुण असीं इत्थे जे मान लो इत्थे आपां गल करिए, अज जे मातावां नूं दुख है, प्रशादा छड के बैठे ने ना, पर दुख ने अंदरला दुख। पर गुरु साहब माता जी ने पिछली वारी मेरी गल भी कहते ठीक है, गुरबाणी के अनुसार असी हो सकता ना सही होइए, पर साडे मन के अंदर दर्द आ, वो दर्द करके असी इत्थे बैठे हैं। गुरु साहब कृपा करन, हुण असी बाद चो बैठांगे विचारांगे ये गल्लां, पर तुसी सारे आपां इत्थे आ के बैठ के गल्लां बातां करके घरे च इदां नहीं गल, साडा अजपा जाप अत्यंत जरूरी आ। भजन कदे ना भुलो, वाहिगुरु जी का नितनेमी पक्के बनो। ये जिहड़ा खालसा है ना सच्चा सुचा खालसा, एक गल दसा, जेड़े बाबा जरनैल सिंह खालसा पिंडरां वाले जदों उन्होंने मोर्चे प्रारंभ किए, उन्होंने अपने जीवन दे विच अखीरले समय अंदर अगे दो घंटे आराम करते सी, ते दो घंटे भी आराम करना बंद कर दिता, नहीं सी सौंदे क्योंकि इच्छा सी एक मन दी। हाँ एक मैं आखिरी गल कह दिया, अगले बुलारे तैयार है, एक मैं आखिरी गल बोल दिया, खालसा संगत जी तुसी जिन्ना तकर इस गल नूं नहीं समझ लेंदे, बाबा जरनैल सिंह जी ने 6 जून 1984 विच जांदियां जाण तों पहलां इक अरदास कीती सी, गए वैसे किते नहीं असी कह दिंदे आ, एक अरदास कीती सीगी, ऐ गुरु हरगोबिंद साहब सच्चे पातशाह, धन गुरु रामदास सच्चे पातशाह महाराज जीओ, कृपा करियो जिन्ना तकर बेगमपुरा शहर को नाओ, जिन्ना तकर हलेमी राज नहीं आ जांदा, मैं दोबारा दोबारा धरती उत्ते आवां। ये अरदास सी बाबा जरनैल सिंह दी। सत श्री अकाल। तुहानू मैं एक गल होर दसा, तुसी जिन्ने इत्थे बैठे हो ना, चाहे भाई अमृतपाल सिंह उन्हां दे नाल दे सिंह, जे तुसी कहो ना कि ये नवी कोई उठ के पनीरी आ के कर रही आ, नवा नवा कोई नहीं हैगा, सारे ही पुराने आ। गुरबाणी दे अनुसार पूर्व जन्म के मिलह संजोगी अंतह को ना सहाई, पुनर जन्म सब होई, पुनर पुनर सब जन्म अड़िया। तुसी जिन्ने इत्थे बैठे हो सारे ही दोबारा आए हुए। अच्छा होर दोबारा नहीं, दोबारा तो दोबारा, राती मैं बैठा परिक्रमा च एक विचार रहा सी गल नूं, मैं कहा 1984 सरकार नूं भुलेखा ही आ कि असी बहुत सिख खत्म कर दिते, ओही ये भुलेखा ही है। मैं कहा सरकार नूं कि बहुत सिंह खत्म कर दिते, जदों मैं देख रहा सी ओही तां फेर तुरे फिरदे आ, बस पहचान करनी आ। तुसी जिन्ने इत्थे बैठे हो सारे ओही हो, सारे पुरातन हो, थोड़े विच ही बाबा विनोद सिंह है, थोड़े विच ही बाबा रण सिंह है, थोड़े विच ही बाबा जरनैल सिंह है,
ਤੁਹਾਡੇ ਵਿੱਚ ਹੀ ਭਾਈ ਸੁਰਿੰਦਰ ਸਿੰਘ ਹੈ, ਤੁਹਾਡੇ ਵਿੱਚ ਹੀ ਆ, ਤੁਹਾਡੇ ਵਿੱਚ ਹੀ ਆਇਆ ਹੋਇਆ। ਬਸ ਉਹਦੀ ਪਹਿਚਾਣ ਕਰਨੀ ਆ। ਉਹਦੀ ਪਹਿਚਾਣ ਕਿੱਦਾਂ ਹੋਊਗੀ? ਸਾਧਨਾ ਦੁਆਰਾ, ਆਪਣੇ ਆਪ ਦੇ ਨਾਲ ਬੈਠ ਕੇ। ਇੱਕ ਉਰਦੂ ਦੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਦੋ ਪਲ ਮੇ ਹੋ ਜਾਤਾ ਹੈ ਉਸ ਬ੍ਰਹਮ ਕਾ ਗਿਆਨ, ਕਭੀ ਆਪਣੇ ਆਪ ਕੇ ਪਾਸ ਵੀ ਬੈਠਾ ਕੀਜੀਏ। ਆਪਣੇ ਆਪ ਦੇ ਨਾਲ ਬੈਠਣਾ, ਆਪਣੇ ਆਪ ਦੀ ਵਿਚਾਰ ਕਰਨੀ। ਕਿਤਿਓਂ ਆ ਕੇ ਤੁਹਾਨੂੰ ਹੁਕਮ ਨਹੀਂ ਦੇਣਾ ਕਿ ਆ ਕਰ ਲਓ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸਮਾਣਾ ਫਤਿਹ ਕਰਨ ਤੋਂ ਪਹਿਲਾਂ, ਜਦੋਂ ਸਮਾਣਾ ਫਤਿਹ ਕਰਨਾ ਵਿਚਾਰ ਰਹੇ ਆ ਕਿ ਫਤਿਹ ਕਰ ਦੇਈਏ, ਤੇ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਦੇ ਸਾਹਮਣੇ ਸਾਕਸ਼ਾਤ ਦਰਸ਼ਨ ਹੋਏ ਤੇ ਬਾਬਾ ਜੀ ਨੇ ਹੁਕਮ ਕੀ ਲਾਇਆ? ਕਹਿੰਦੇ ਬਾਬਾ ਜੀ, ਜੰਗ ਦਾ ਸਹੀ ਸਮਾਂ ਉਦੋਂ ਜਦੋਂ ਤੁਸੀਂ ਤਿਆਰ ਹੋ, ਜਿੱਤ ਉਦੋਂ ਜਦੋਂ ਤੁਸੀਂ ਤਿਆਰ ਹੋਵੋ। ਸਾਨੂੰ ਆਦਤ ਪੈ ਗਈ ਆ। ਕਿਹੜੀ ਆਦਤ? ਸਾਡੀ ਮੰਗ ਮੰਨ ਲਓ ਜੀ, ਸਾਡੀ ਬੇਨਤੀ, ਕਿਹਨੂੰ ਮੰਗਾ ਰਹੇ ਹੋ? ਮੰਗਾਂ ਜਿਹੜੇ ਸੰਪੂਰਨ ਤੌਰ 'ਤੇ ਸਾਡੇ ਵਿਰੋਧੀ ਆ, ਨਹੀਂ ਮੰਨਣਗੇ। ਸਾਨੂੰ ਆਪ ਤਿਆਰ ਬਰ ਤਿਆਰ ਹੋ ਕੇ ਅੱਗੇ ਵਧਣਾ ਪੈਣਾ। ਆਪ ਸਾਰਿਆਂ ਨੂੰ ਫੌਜ ਚੜ੍ਹੇ ਅਕਾਲ ਕੀ ਮਕੜੀ ਨਿਆਈ ਹੋਏ, ਨੀਲਾ ਬਾਣਾ ਪਹਿਨ ਕਰ ਅਵਰ ਨਾ ਦਿਸਸੀ ਕੋਏ। ਅੱਛਾ, ਗੁਰੂ ਸਾਹਿਬ ਕਹਿੰਦੇ ਤੁਸੀਂ ਇਕੱਲੇ ਪੰਜਾਬ ਦੀ ਗੱਲ ਕਰਦੇ ਹੋ, ਨਹੀਂ, ਉਹਦਾ ਅਸਤ ਲਓ ਹਮੀ ਹੈ। ਕਹਿੰਦੇ ਜਿੱਥੋਂ ਸੂਰਜ ਚੜ੍ਹਦਾ ਆ ਤੇ ਜਿੱਥੇ ਅਸਤ ਹੁੰਦਾ ਉੱਥੇ ਤੱਕ ਅਸੀਂ ਹੀ ਹੋਵਾਂਗੇ। ਉਹਦੇ ਅਸਤ ਲਓ ਹਮੀ ਹੈ ਅਵਰ ਨਾ ਰਹਿਸੀ ਕੋਏ। ਸੱਚੇ ਸਤਿਗੁਰ ਦੇ ਰਾਜ ਵਿੱਚ ਸਤਿਯੁਗ ਹੋਸੀ ਆਣ, ਆਗਿਆ ਚੱਲੇ ਪੰਥ ਕੀ ਖਾਏ ਨਾ ਜਮਕਾ ਬਾਣ। ਜਿਹੜਾ ਆਗਿਆ ਵਿੱਚ ਚੱਲੇਗਾ, ਆਗਿਆ ਕੀ ਹੈ? ਕਦੇ ਗੁਰਬਾਣੀ ਵਿਚਾਰੋ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉੱਠਨੇ ਆਸਾਰ ਨਾਮ ਨਾਲ ਜੁੜ, ਇਸ਼ਨਾਨ ਦੀ ਗੱਲ ਵੀ ਮਹਾਰਾਜ ਬਾਅਦ ਚੋਂ ਕਰਦੇ ਗੁਰੂ ਰਾਮਦਾਸ ਜੀ। ਉੱਠਦੇ ਆਸਾਰ ਨਾਮ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਬਿਖ ਪਾਪ ਦੋਖ ਲਹਿ ਜਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂਰ ਮੰਗੈ, ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ। ਇੰਨੇ ਗੁਣ ਜਦੋਂ ਖਾਲਸੇ ਵਿੱਚ ਹੋ ਜਾਣਗੇ, ਫਿਰ ਉਹ ਸਾਰੇ ਡਰ ਖਤਮ ਹੋ ਜਾਂਦੇ। ਘਬਰਾਓ ਨਾ, ਸਾਰੇ ਮੀਂਹ ਨਹੀਂ ਪੈਂਦਾ, ਕੋਈ ਘਬਰਾਉਣ ਦੀ ਲੋੜ ਨਹੀਂ। ਨਿਸ਼ਚਿੰਤ ਹੋ ਕੇ ਤੁਸੀਂ ਅਕਾਲ ਦੇ ਭਜਨ ਦੇ ਵਿੱਚ ਜੁੜ ਜਾਵੋ। ਸੋ ਗੁਰੂ ਸਾਹਿਬ ਕਿਰਪਾ ਕਰਨ, ਤਿਆਰ ਬਰ ਤਿਆਰ। ਕਦੇ ਕੋਈ ਕੰਮ ਆਪਾਂ ਆਰੰਭ ਕਰਨਾ ਨਾ, ਕੋਈ ਕੰਮ ਕਰਨਾ, ਕਦੇ ਸੋਚਣਾ ਹੀ ਨਹੀਂ ਸ਼ਾਇਦ ਹੋਊ ਸ਼ਾਇਦ ਨਹੀਂ। ਸ਼ਾਇਦ ਵਾਲੀ ਗੱਲ ਹੀ ਕੋਈ ਹੈ ਨਹੀਂ। ਜਦੋਂ ਤੁਸੀਂ ਤਿਆਰ ਹੋ ਗਏ, ਕੰਮ ਫਤਿਹ ਆ। ਅਤੇ ਆਪਾਂ ਪੰਜਾਬ ਜਿੱਤੀਏ, ਪੰਜਾਬ ਤੋਂ ਬਾਅਦ ਭਾਰਤ ਵੱਲ ਨੂੰ ਧਾਵਾ ਬੋਲੀਏ। ਜਿਸ ਦਿਨ ਭਾਰਤ ਜਿੱਤਿਆ ਗਿਆ, ਉਸ ਦਿਨ ਮੈਂ ਦੱਸਦਾ ਕਿ ਕੋਈ ਵੀ ਆਲੇ ਦੁਆਲੇ ਉਹਦੇ ਅਸਤਲੋ ਹਮੀ ਵਾਲੀ ਗੱਲ ਜਿਹੜੀ ਉਹ ਵਰਤ ਜਾਵੇਗੀ। ਸਭ ਦ੍ਰਿਸ਼ਟੀਆਂ ਖਾਲਸਾ, ਪੇਖੀਆਂ ਖਾਲਸਾ, ਸੁਨੀਅਤ ਖਾਲਸਾ, ਖਾਲਸਾ ਏਕੋ। ਖਾਲਸਾ ਖਾਸ ਅਕਾਲ ਕੀ ਫੌਜ, ਖਾਲਸਾ ਖਾਸ ਕਰੈ ਨਿਤ ਮੌਜ। ਖਾਲਸਾ ਸੋ ਜੋ ਚੜ੍ਹੈ ਤਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਖਾਲਸਾ ਸੋ ਜੋ ਸ਼ਸਤਰ ਕਉ ਧਾਰੇ, ਖਾਲਸਾ ਸੋ ਜੋ ਦੁਸ਼ਟ ਕਉ ਮਾਰੇ। ਇਹ ਖਾਲਸੇ ਦੀ ਪਰਿਭਾਸ਼ਾ ਆ। ਅਸੀਂ ਜੰਗਾਂ ਤੋਂ ਡਰਦੇ ਹਾਂ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਜਕਾਰਾ ਗਜਾ ਦੇ, ਜਦੋਂ ਸਮਾਪਤੀ ਕਰਨੀ ਆ, ਮੈਂ ਫਤਿਹ ਨਾਲ ਹੀ ਬੁਲਾ ਦਾਂਗਾ। ਬਸ ਇੰਨੀ ਕੁ ਬੇਨਤੀ ਪ੍ਰਵਾਨ ਕਰੋ, ਸਾਰੇ ਮਾਤਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਅਜਪਾ ਜਾਪ ਨਾ ਤਿਆਗੋ। ਸਿੰਘਾਂ ਨੂੰ ਬੇਨਤੀ ਆ, ਅਜਪਾ ਜਾਪ ਨਾ ਤਿਆਗੋ।